ਸ਼ਾਮਾਂਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਾਂਦਾਨ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਦੱਸ ਦਈਏ ਕਿ ਅੱਜ ਦੀ ਤਰੀਕ ਹੈ 16 ਅਕਤੂਬਰ ਤੇ ਦਿਨ ਹੈ ਜੀ ਸੋਮਵਾਰ ਤੁਸੀਂ ਇਸ ਵਕਤ ਸਾਡੇ ਨਾਲ ਬਿਠਣ ਦਾ ਸਟੂਡੀਓ ਤੋਂ ਜੁੜੇ ਹੋਏ ਨੇ ਤੇ ਮੇਰੇ ਸਾਥ ਦੇਣਗੇ ਸਰਦਾਰ ਬਖਤੌਰ ਸਿੰਘ ਟਿੱਲੋ ਹੋਰੀ ਟਿੱਲੋ ਸਾਹਿਬ ਨਾਲ ਗੱਲਬਾਤ ਅੱਗੇ ਤੋਰਨ ਤੋਂ ਪਹਿਲਾਂ ਉਹਨਾਂ ਸੱਜਣਾ ਮਿੱਤਰਾਂ ਦੇ ਲਈ ਖਾਸ ਸੂਚਨਾ ਜਿਨ੍ਹਾਂ ਦੇ ਬੱਚੇ ਡਾਂਕੀ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਅਮਰੀਕਾ ਪੁੱਜ ਚੁੱਕੇ ਨੇ ਤੇ ਉਹਨਾਂ ਦੀ ਕੇਸ ਲੜਨ ਦੇ ਲਈ ਉਹਨਾਂ ਨੂੰ ਇੱਕ ਬਹੁਤ ਵਧੀਆ ਵਕੀਲ ਚਾਹੀਦਾ ਤਾਂ ਅਮਰੀਕਾ ਦੀ ਮਸ਼ਹੂਰ ਲਾ ਫਾਮ ਗੈਲਨਗਲ ਜਿਨ੍ਹਾਂ ਦੇ ਸੀਨੀਅਰ ਟਾਰਨੀ ਐਮੀ ਗੈਲ ਹੋਰੀ ਜਿਹੜੇ ਗੋਰੇ ਨੇ ਪਿਛਲੇ ਲੰਮੇ ਸਮੇਂ ਤੋਂ 1987 ਤੋਂ ਹਜ਼ਾਰਾਂ ਸਿੱਖਾਂ ਦੇ ਕੇਸ ਲੜੇ ਵੀ ਦਿੱਤੇ ਉੱਥੇ ਪੱਕੇ ਵੀ ਕਰਵਾਇਆ ਹੁਣ ਨਿਊਯਾਰਕ ਦੇ ਸਮੇਂ ਮੁਤਾਬਕ ਤੁਸੀਂ 212 619 2859 ਤੇ ਕਾਲ ਕਰ ਸਕਦੇ ਹੋ ਤੇ ਜਾਂ ਫਿਰ ਜਦੋਂ ਜੀ ਚਾਹੇ WhatsApp ਦੇ ਉੱਤੇ ਸੁਨੇਹਾ ਛੱਡੋ ਜਾਂ ਕਾਲ ਕਰੋ ਇਮੀਗ੍ਰੇਸ਼ਨ ਕੰਸਲਟੈਂਟ ਰਾਜੀਵੀ ਸਿੰਘ ਹੋਰੀ ਜਿੰਨਾ ਇਹ ਜਿਹੜੇ 25 ਸਾਲ ਦਾ ਤਜਰਬਾ ਤੇ ਇਹਨਾਂ ਦੇ ਨਾਲ ਜੁੜੇ ਹੋਏ ਨੇ 718 612 1188 ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਇੰਡੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਹੀ ਬਿਜ਼ਨਸ ਹੈ ਤੇ 3 ਸਾਲ ਪੁਰਾਣਾ ਆਪਣੇ ਬੱਚਿਆਂ ਸਮੇਤ ਤੁਸੀਂ ਅਮਰੀਕਾ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਰਾਜੀਵੀ ਸਿੰਘ ਹੋਰਾਂ ਦੇ ਨਾਲ 718 612 11188 ਤੇ ਕਾਲ ਕਰ ਸਕਦੇ ਹੋ ਅਮਰੀਕਾ 'ਚ ਕਿਸੇ ਤਰ੍ਹਾਂ ਦੀ ਫਰਮ ਬਣਾਉਣੀ ਹੈ ਬਿਜ਼ਨਸ ਰਜਿਸਟਰਡ ਕਰਾਉਣਾ ਜਾਂ ਫਿਰ ਅਕਾਊਂਟਸ ਦੀਆਂ ਸਰਵਿਸਿਜ਼ ਲੈਣੀਆਂ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਲੋਕਪਾਲ ਸਿੰਘ ਖੋਲਾ ਦੇ ਨਾਲ 253520886 ਦੇ ਉੱਤੇ ਕਾਲ ਕਰ ਸਕਦੇ ਹੋ ਫ੍ਰिजਨੋ ਤੇ ਮੰਡੇਰਾ ਦੇ ਐਨ ਦਰਮਿਆਨ ਟੀਏ ਰੀਫਰੈਸ਼ੇਬਲ ਪਲਾਜ਼ਾ ਪੂਰਾ ਆਪਰੇਟਿਵ ਹੈ 25 ਕਿੱਲਾਂ ਦੇ ਵਿੱਚ ਇਹਨਾਂ ਕੋਲੇ ਪਾਰਕਿੰਗ ਹੈ ਇਸ ਤੋਂ ਇਲਾਵਾ ਦੇਸੀ ਟਾਬੇ ਦਾ ਟਾਬੇ ਤੇ ਤੁਸੀਂ ਦੇਸੀ ਘਿਓ ਚ ਬਣਾਇਆ ਖਾਣਾ ਖਾ ਸਕਦੇ ਹੋ ਮਸਾਲੇਦਾਰ ਚਾਹ ਪੀ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਹਾਨੂੰ ਫਿਊਲ ਲੈਣ ਦੇ ਉੱਤੇ ਕਾਫੀ ਰਿਵੈਟ ਵੀ ਮਿਲਦੀ ਹੈ ਤੁਸੀਂ ਸਚਨ ਮਲਿਕ ਜਾਂ ਰਵੀ ਗਰੇਵਾਲ ਹੋਰਾਂ ਦੇ ਨਾਲ 5599034627 ਤੇ ਕਾਲ ਕਰ ਸਕਦੇ ਹੋ ਲੋਕੇਸ਼ਨ ਇਹਨਾਂ ਦੀ ਹਾਈਵੇ 99 ਐਗਜ਼ਿਟ 144 ਤੇ ਜੀ ਐਵੇਨਿਊ 7 ਤੇ ਸ਼ਟਲ ਦੀ ਮਸ਼ਹੂਰ ਤੇ ਟਰਸਟਡ ਟਰਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਆਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜਗਦੇਵ ਸੰਧੂ ਹੋਰਾਂ ਨਾਲ 2532666924 ਜਾਂ ਗੁਰਵਿੰਦਰ ਢਾਲੀਵਾਲ ਹੋਰਾਂ ਦੇ ਨਾਲ 206354 4060 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਕੰਸਟ੍ਰਕਸ਼ਨ ਕਰਾਉਣੀ ਹੈ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206 941 54 54 ਦੇ ਉੱਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਟਿੱਲੋ ਖੋਰੀ ਨੇ ਟਿੱਲੋ ਸਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਟਿੱਲੋ ਸਾਹਿਬ ਫੌਜ ਦੇ ਵਿੱਚ ਬੜੀ ਪ੍ਰੋਮੋਸ਼ਨ ਦੇ ਨਾਲ ਮੋਦੀ ਸਾਹਿਬ ਨੇ ਆਮ ਸਪਾਈਆਂ ਦੀ ਥਾਂ ਤੇ ਅਗਨੀ ਵੀਰ ਭਰਤੀ ਯੋਜਨਾ ਚਲਾਈ ਅਗਨੀ ਵੀਰ ਭਰਤੀ ਵੀ ਕੀਤੀ ਪੰਜਾਬ ਨੇ ਪਹਿਲੇ ਦਿਨ ਤੋਂ ਇਹਦਾ ਵਿਰੋਧ ਵੀ ਕੀਤਾ ਵੀ ਅਸੀਂ ਅਗਨੀ ਵੀਰਾਂ ਦੀ ਕੋਈ ਟ੍ਰੇਨਿੰਗ ਨਹੀਂ ਕਰਾਵਾਂਗੇ ਹੋਰ ਨਹੀਂ ਕਰਾਵਾਂਗੇ ਪਰ ਜਿਸ ਤੰਗ ਦੇ ਨਾਲ ਅਮਰਤਪਾਲ ਸਿੰਘ ਦਾ ਮਾਮਲਾ ਸਾਹਮਣੇ ਆਇਆ ਅਕਲੇਸ਼ ਯਾਦਵ ਤੋਂ ਲੈ ਕੇ ਤੇ ਸਿੱਧੀ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਜਿਸ ਤੰਗ ਦੇ ਨਾਲ ਇਹਦੀ ਆਲੋਚਨਾ ਕੀਤੀ ਹੈ ਮੈਨੂੰ ਲੱਗਦਾ ਹੈ ਵਰਦ ਹੀ ਥਾਂ ਤੇ ਸਰਾਪ ਬਣਦਾ ਨਜ਼ਰ ਆ ਰਿਹਾ ਹੈ ਬਿਲਕੁਲ ਦਾਨੀਅਲ ਜੀ ਸਾਹਿਬ ਅਸਲ ਦੇ ਵਿੱਚ ਕਿਸੇ ਦੇਸ਼ ਦੀ ਅੱਜ ਦੇ ਜਮਾਨੇ ਦੇ ਵਿੱਚ ਜੇ ਆਪਾਂ ਦੇਖੀਏ ਸਟਰੈਂਥ ਉਹਦੀ ਮਜ਼ਬੂਤੀ ਕੀ ਹੈ ਇਹ ਉਹਦੀ ਫੌਜ ਤੇ ਹੁੰਦੀ ਬਿਲਕੁਲ ਬਿਲਕੁਲ ਬਹੁਤ ਸਾਰੇ ਦੇਸ਼ ਇਹੋ ਜਿਹੇ ਹੈ ਜਿਨ੍ਹਾਂ ਦੇ ਕੋਲ ਫੌਜ ਵੀ ਹੈ ਤੇ ਉਹਨਾਂ ਦੇ ਕੋਲੇ ਰਿਜ਼ਰਵ ਵੀ ਹੈ ਬਿਲਕੁਲ ਆਪਾਂ ਜਾਣਦੇ ਹਾਂ ਕਿ ਇਸ ਵੇਲੇ ਇਜ਼ਰਾਈਲ ਦਾ ਤੇ ਉਹਨਾਂ ਦੀ ਉਹ ਹੈ ਗਿਆ ਫਿਲਸਤੀਨ ਹਮਾਸ 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 ਦਾ ਝਗੜਾ ਚੱਲ ਰਿਹਾ ਹੈ ਹਮਾਸ ਇੱਕ ਟੈਰਰਿਸਟ ਟੈਰਰਿਸਟ ਆਰਗੇਨਾਈਜੇਸ਼ਨ ਹੈ ਡਿਕਲੇਅਰ ਕੀਤੀ ਹੋਈ ਹੈ ਡਿਕਲੇਅਰ ਕੀਤੀ ਹੋਈ ਹੈ ਉਹ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਲੜਾਈ ਇਜ਼ਰਾਈਲੀਆਂ ਤੇ ਫਲਸਤੀਨੀਆਂ ਦੀ ਹੈ ਗਲਤ ਹੈ ਫਲਸਤੀਨੀਆਂ ਦੀ ਬਿਲਕੁਲ ਨਹੀਂ ਲੜਾਈ ਹੈ ਫਲਸਤੀਨ ਨੇਤਾ ਇਹਨੂੰ ਕੁਬਰੀ ਵੈਨ ਵੀ ਕਰਤਾ ਸੀ ਜੀ ਇਹ ਜਿਵੇਂ ਹੁਣ ਕਈ ਚੀਜ਼ਾਂ ਹੁੰਦੀਆਂ ਆ ਆਪਾਂ ਪਿੱਛੇ ਰਸ਼ੀਆ ਦੇ ਵਿੱਚ ਦੇਖਿਆ ਸੀ ਇੱਕ ਪ੍ਰਾਈਵੇਟ ਫੌਜ ਸੀ ਜਿਹੜੀ ਯੂਕਰੇਨ 'ਚ ਲੜਦੀ ਸੀ ਬਾਅਦ ਦੇ ਵਿੱਚ ਉਹਨਾਂ ਦਾ ਕਿਤੇ ਡਿਫੈਂਸ ਮਿਨਿਸਟਰ ਨਾਲ ਕੋਈ ਮਤਭੇਦ ਆ ਗਈ ਔਰ ਉਹਨਾਂ ਦਾ ਇੱਕ ਜਿਹੜਾ ਕਮਾਂਡਰ ਸੀ ਮੁੱਖ ਕਮਾਂਡਰ ਸੀ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਵਧੀਆ ਰਸੋਈਆ ਹੁੰਦਾ ਸੀ ਉਹ ਕਮਾਂਡਰ ਉੱਥੋਂ ਲੈ ਕੇ ਤੇ ਸਿੱਧਾ ਆ ਗਿਆ ਸੀ ਰਸ਼ੀਆ ਦੇ ਵਿੱਚ ਤੇ ਮਾਸਕੋ ਵਾਲੇ ਪਾਸੇ ਨੂੰ ਚੱਲ ਪਿਆ ਸੀ ਹੂੰ ਹੂੰ ਬਾਅਦ ਦੇ ਵਿੱਚ ਕਿਸੇ ਹੋਰ ਕੰਟਰੀ ਨੇ ਵਿੱਚ ਪਾ ਕੇ ਜਿਹੜਾ ਹੈਗਾ ਉਹਨਾਂ ਦਾ ਕੰਪਰੋਮਾਈਜ਼ ਕਰਵਾਤਾ ਇਹ ਵੱਖਰੀ ਗੱਲ ਹੈ ਵੀ ਰਸ਼ੀਆ ਦੇ ਵਿੱਚ ਇੱਕ ਵਾਰੀ ਜਿਹੜਾ ਕੰਪਰੋਮਾਈਜ਼ ਕਰ ਲੇ ਹਕੂਮਤ ਨਾਲੋਂ ਬਾਹਲੇ ਦਿਨ ਜਿਉਂਦੇ ਨਹੀਂ ਹੁੰਦਾ ਤੇ ਉਹ ਮਾਰੇ ਗਿਆ ਸੀ ਹੂੰ ਹੂੰ ਉਹ ਵੀ ਜਿਹੜੀ ਫੌਜ ਹੈ ਰੈਗੂਲਰ ਫੌਜ ਨਹੀਂ ਸੀ ਜੀ ਉਹਨੂੰ ਆਪਾਂ ਕਹਾਂਗੇ ਮਿਲਸ਼ੀਆ ਹੂੰ ਹੂੰ ਇਹ ਵੀ ਜਿਹੜੀ ਹੈਗੀ ਹੈ ਜਿਹੜੀ ਆਪਣੀ ਹਮਾਸ ਹੈ ਹਮਾਸ ਵੀ ਇੱਕ ਮਿਲਸ਼ੀਆ ਹੈ ਜੀ ਔਰ ਤੁਸੀਂ ਇਹ ਦੇਖੋ ਕਿ ਜਿਹੜੀ ਤੇ ਤਾਕਤ ਹਮ ਹ ਇਜ਼ਰਾਈਲ ਹੈ ਹਮ ਹ ਇਜ਼ਰਾਈਲ ਦੀ ਖੂਫੀ ਏਜੰਸੀ ਹੈ ਜਿਹਦਾ ਨਾਮ ਮੋਸਾਦ ਜੀ ਸੀਆਈਏ ਤੋਂ ਬਾਅਦ ਦੂਜੇ ਨੰਬਰ ਦੀ ਆਰਗੇਨਾਈਜੇਸ਼ਨ ਹੈ ਹਮ ਹ ਜਿਹਨੂੰ ਬਹੁਤ ਜ਼ਿਆਦਾ ਮਤਲਬ ਵਿੱਚ ਇੰਟੈਲੀਜੈਂਸ ਦੇ ਵਿੱਚ ਮਹਾਰਤ ਹਾਸਲ ਹੈ ਹਮ ਹ ਕਿਤੇ ਵੀ ਕੁਝ ਕਰ ਸਕਦੀ ਹੈ ਔਰ ਇੱਥੋਂ ਤੱਕ ਉਹਨਾਂ ਦੀ ਟੈਕਨੀਕ ਡਿਵੈਲਪ ਕਰ ਚੁੱਕੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੈਗਾਸਸ ਦਾ ਰੋਲਾ ਪਿਆ ਸੀ ਜੀ ਹਮ ਹ ਪੈਗਾਸਸ ਦੀ ਡਾਰਹਿਗਾ ਉਹ ਤੁਹਾਡੇ ਫੋਨਾਂ ਦੇ ਵਿੱਚ ਇਨਸਰਟ ਕੀਤਾ ਸੀ ਜੀ ਇੱਕ ਕੀ ਕਮਗੇ ਨੂੰ ਪਾ ਕੀ ਕਹਿੰਦੇ ਹੁੰਦੇ ਉਹਨੂੰ ਜਿਹੜਾ ਇੱਕ ਫੋਨਾਂ ਦੇ ਵਿੱਚ ਹੁੰਦਾ ਹੈ ਉਹ ਸੌਫਟਵੇਅਰ ਸੌਫਟਵੇਅਰ ਇੱਕ ਤਾਂ ਹੁੰਦਾ ਵੀ ਬਾਹਰੋਂ ਕੀ ਮਤਲਬ ਉਹ ਆਟੋਮੈਟਿਕਲੀ ਵਾਇਰਸ ਜਿਹੜਾ ਸ਼ੁਰੂ ਹੋ ਜਾਂਦਾ ਹੈ ਆਟੋਮੈਟਿਕ ਵਾਇਰਸ ਹਾਂ ਜਿਹੜਾ ਪੱਤਸ ਉਹ ਵੀ ਇਜ਼ਰਾਈਲ ਦਾ ਸੀ ਉਹ ਵੀ ਇਜ਼ਰਾਈਲ ਦੀ ਕੰਪਨੀ ਦਾ ਬਣਾਇਆ ਹੋਇਆ ਸੀ ਔਰ ਉਹਦੇ ਨਾਲ ਸਾਰੇ ਜਿਹੜੇ ਹੈਗੇ ਆ ਵੱਡੇ ਵੱਡੇ ਪੋਲੀਟੀਕਲ ਲੀਡਰ ਚਾਹੇ ਰੂਲਿੰਗ ਪਾਰਟੀ ਦੇ ਆ ਚਾਹੇ ਵਿਰੋਧੀ ਧਿਰ ਦੇ ਸਭ ਦੀ ਜਸੂਸੀ ਹੋਣ ਲੱਗੀ ਸੀ ਵੱਡੇ ਵੱਡੇ ਪੱਤਰਕਾਰਾਂ ਦੀ ਜਸੂਸੀ ਹੋਣ ਲੱਗੀ ਸੀ ਲੇਕਿਨ ਹੁਣ ਤੁਸੀਂ ਉਹ ਦੇਖੋ ਕਿ ਜਿਹੜੇ ਦੇਸ਼ ਦੀ ਫੌਜ ਜਿਹਦੀ ਖੁਫੀਆ ਏਜੰਸੀ ਜਿਹਦੀ ਟੈਕਨੀਕ ਐਡੀ ਡਿਵੈਲਪਡ ਹੈ ਡਿਵੈਲਪਡ ਹੈ ਜੀ ਉਹਦਾ ਉਹਦੇ ਉਹਦੇ ਅੰਦਰ ਜਾ ਕੇ ਜਿਹੜੀ ਹੈਗੀ ਮਸਾਦ ਵਾਲਿਆਂ ਨੇ ਕਿਸ ਢੰਗ ਦੇ ਨਾਲ ਹੂੰ ਹੂੰ ਉੱਥੇ ਉਹਨਾਂ ਨੇ ਅਟੈਕ ਕੀਤਾ ਤਬਾਹੀ ਮਚਾਈ ਔਰ ਬਹੁਤ ਸਾਰੇ ਬੰਦਿਆਂ ਨੂੰ ਅਗਵਾ ਕਰਕੇ ਉਹ ਆਪਣੇ ਨਾਲ ਲੈ ਗਏ ਹੂੰ ਹੂੰ ਔਰ ਐਸ ਵੇਲੇ ਜਿਹੜਾ ਹੈਗਾ 8-9 ਦਿਨ ਹੋ ਗਏ ਝਗੜਾ ਚੱਲਦੇ ਜਿਸ ਇਲਾਕੇ ਦੇ ਵਿੱਚੋਂ ਲੁਕੇ ਹੋਏ ਹੈ ਉਸ ਇਲਾਕੇ ਦੇ ਵਿੱਚ ਡਾਇਰੈਕਟ ਹਮਲਾ ਕਰਨ ਦੀ ਜੇ ਜ਼ਰੂਰਤ ਨਹੀਂ ਪੈ ਰਹੀ ਕਿਉਂ ਨਹੀਂ ਜ਼ਰੂਰਤ ਪੈ ਰਹੀ ਕਿਉਂਕਿ ਉਹ ਜਿਹੜੇ ਹੈਗੇ ਮਿਲਸ਼ੀਆ ਜਿਹੜੀ ਉਹ ਕਿਸਮ ਦੀ ਟੈਰਰਿਸਟ ਆਰਗੇਨਾਈਜੇਸ਼ਨ ਉਹਨੇ ਸਿਸਟਮੀਨਾਂ ਬਣਾਇਆ ਚੰਗਾ ਤਕੜਾ ਕਿ ਧਰਤੀ ਦੇ ਵਿੱਚ ਸੁਰੰਗਾਂ ਬਣਾਈਆਂ ਹਮਾਸ ਨੇ ਹਮਾਸ ਨੇ ਮਿਲਸ਼ੀਆ ਨਹੀਂ ਹਮਾਸ ਨੇ ਹਮਾਸ ਤੋਂ ਬਾਅਦ ਮਿਲਸ਼ੀਆ ਜੈ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਨੇ ਮਿਲਸ਼ੀਆ ਤਾਂ ਉਹ ਕਹਿੰਦੇ ਨੇ ਜਿਹੜੀ ਇੱਕ ਅਮਰੀਕੀ ਯੂ ਐਸ ਰਸ਼ੀਆਲੀ ਸੀ ਨਹੀਂ ਨਹੀਂ ਉਦ ਮਿਲਿਸ਼ੀਆ ਇਹ ਹੈ ਕਿ ਇੱਕ ਫੋਰਸ ਹੁੰਦੀ ਹੈ ਜਿਹਨੂੰ ਅਸੀਂ ਪ੍ਰਾਈਵੇਟ ਫੋਰਸ ਕਹਿੰਦੇ ਨੇ ਉਹਨੂੰ ਮਿਲਿਸ਼ੀਆ ਕਹਿੰਦੇ ਅੱਛਾ ਜੀ ਆ ਪ੍ਰਾਈਵੇਟ ਫੋਰਸ ਨੂੰ ਮਿਲਿਸ਼ੀਆ ਕਹਿੰਦੇ ਉਹ ਸੀ ਹੁਣ ਸਾਡੇ ਆਓ ਤੁਸੀਂ ਸਾਡੀ ਫੌਜ ਜਿਹੜੀ ਹੈਗੀ ਬੜੀ ਸਮਰੱਥ ਫੌਜ ਹੈ ਸਾਡੀ ਫੌਜ ਨੇ 1947 ਚੋਂ ਭਾਰਤ ਆਜ਼ਾਦ ਹੋਇਆ ਤੇ ਉਦੋਂ ਮੁਲਕ ਦੋ ਹਿੱਸਿਆਂ ਚ ਵੰਡਿਆ ਗਿਆ ਸੀ ਜੀ ਫੌਜ ਵੀ ਦੋ ਹਿੱਸਿਆਂ ਚ ਵੰਡੀ ਗਈ ਸੀ 48 ਦੇ ਵਿੱਚ ਜਿਹੜੀ ਹੈਗੀ ਕਸ਼ਮੀਰ ਦੇ ਉੱਤੇ ਹਮਲਾ ਹੋਇਆ ਹਮਮ ਔਰ ਉਸ ਹਮਲੇ ਦਾ ਜਿਹੜਾ ਮੁਕਾਬਲਾ ਕੀਤਾ ਹੈ ਜੀ ਉਹ ਉਸ ਵੇਲੇ ਟੁੱਟੀ ਪੱਜੀ ਫੌਜ ਨੇ ਵਧੀਆ ਕਰ ਰਿਆ ਸੀ ਬਿਲਕੁਲ ਉਸ ਤੋਂ ਬਾਅਦ ਫਿਰ ਜਿਹੜੀ ਹੈਗੀ ਸਾਡੀ ਲੜਾਈ 1962 ਚ ਚਾਈਨਾ ਨਾਲ ਲੱਗਦੀ ਹੈ ਹੂੰ ਹੂੰ ਉਦੋਂ ਅਸੀਂ ਬਹੁਤ ਵੱਡੇ ਧੋਖੇ ਚ ਆ ਗਏ ਸੀ ਕਿਉਂਕਿ ਹਿੰਦੀ ਚੀਨੀ ਭਾਈ ਭਾਈ ਦਾ ਇੱਕ ਨਾਰਾ ਚੱਲ ਪਿਆ ਸੀ ਨਾਰਾ ਚੱਲ ਪਿਆ ਸੀ ਔਰ ਉਹਦੇ ਤੋਂ ਇਹ ਸੀ ਕਿ ਇਹਨਾਂ ਨੇ ਸਾਡੇ ਤੇ ਕਿਹੜਾ ਕੁਸ਼ ਕਰਨਾ ਅਸੀਂ ਫੌਜ ਦੀ ਤਿਆਰੀ ਕਰਨ ਦੀ بجائے ਇਹ ਕਹਤਾ ਸੀ ਪੰਡਤ ਨਹਿਰੂ ਨੇ ਕਿ ਫੌਜ ਨੂੰ ਢਾਓ ਸੜਕਾਂ ਬੜਵਾਓ ਇਹਨਾਂ ਤੋਂ ਹੂੰ ਹੂੰ ਇਹਨਾਂ ਤੋਂ ਡਿਵੈਲਪਮੈਂਟ ਦੇ ਕੰਮ ਕਰਵਾਓ ਜੀ ਫਿਰ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਤੇ ਫੌਜ ਵੱਲ ਧਿਆਨ ਦਿੱਤਾ ਗਿਆ ਤੇ ਦਾਨੇ ਵਾਲੀਆ ਸਭ ਉਹ ਅਸੀਂ ਪਾਕਿਸਤਾਨ ਤੋਂ ਜਿੱਤੀ 1971 ਦੀ ਜੰਗ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਕਾਰਗਲ ਦੀ ਜੰਗ 1999 ਦੀ ਜਿਹੜੀ ਦੁਨੀਆ ਦੀ ਕਾਜੀਪ ਕਿਸਮ ਦੀ ਜੰਗ ਸੀ ਉੱਪਰੋਂ ਉੱਪਰ ਬੈਠੇ ਬੰਦਿਆਂ ਦੇ ਨਾਲ ਹੇਠਾਂ ਤੋਂ ਫੌਜ ਲੜਾਈ ਲੜ ਰਹੀ ਹੈ ਉਹ ਵੀ ਅਸੀਂ ਜਿੱਤ ਪ੍ਰਾਪਤ ਕੀਤੀ ਕਾਦੇ ਸਿਰ ਤੇ ਸਾਡੀ ਇੱਕ ਬੜੀ ਕੀ ਵਧੀਆ ਜਿਹੜੀ ਸਮਰੱਥ ਫੌਜ ਸੀ ਹੁਣ ਇਹ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਜਦੋਂ ਪਾਵਰ 'ਚ ਆ ਗਈ ਇਹ ਐਕਸਪੈਰੀਮੈਂਟ ਬੜੇ ਕਲੱਲੇ ਕਰ ਰਹੀ ਉਹਨਾਂ ਦੇ ਵਿੱਚ ਇੱਕ ਐਕਸਪੈਰੀਮੈਂਟ ਕਰ ਲਿਆ ਜੀ ਅਗਨੀਵੀਰ ਹੂੰ ਅਗਨੀਬੀਰ ਦੀ ਜਿਹੜੀ ਹੁਣ ਟਨੇਓਰਾ ਟੋਟਲ ਉਚਾਰ ਸਾਲ ਦੀ ਹੈ ਦੱਸੋ ਕਿ ਬੰਦੇ ਨੂੰ ਭਰਤੀ ਕਰਨਾ ਹੈ ਟ੍ਰੇਨਿੰਗ ਦੇਣੀ ਹੈ 30000 ਰੁਪਏ ਨੂੰ ਮਹੀਨਾ ਦੇਣਾ ਹੈ ਇਸ ਤੋਂ ਵੱਧ ਨਹੀਂ ਦੇਣਾ ਇਸ ਤੋਂ ਵੱਧ ਨਹੀਂ ਦੇਣਾ ਤੇ ਬਾਕੀ ਜਿਹੜੀ ਹੈਗੀ ਉੱਕਾ ਪੁੱਕਾ ਜਦੋਂ ਉਹਨੇ ਜਾਣਾ ਹੈ ਆਪਦੇ ਘਰ ਨੂੰ ਹੂੰ ਉਹਨੂੰ ਦੇ ਦੇਣਾ ਵੀ ਆ ਤੂੰ ਇੰਨੇ ਪੈਸੇ ਲੈ ਲੈ ਆਪਦਾ ਤੇ ਆ ਕੇ ਉਹ ਬੰਦਾ ਨਾਕਾਮਾਂ ਜਿੱਤੇ ਨਾਲ ਹੰਸਣ ਸਾਂਜ ਹੁਣ ਉਹ ਆ ਕੇ ਕਰੂਗਾ ਕਿ ਨਾ ਉਹਨੂੰ ਰਿਜ਼ਰਵੇਸ਼ਨ ਦੇ ਵਿੱਚ ਉਸ ਤਰ੍ਹਾਂ ਦੀ ਮਿਲਨੀ ਮੈਂ ਰਿਜ਼ਰਵੇਸ਼ਨ ਨੂੰ ਹੀ ਨਹੀਂ ਮਿਲਨੀ ਰਿਜ਼ਰਵੇਸ਼ਨ ਕਿਵੇਂ ਮਿਲੂਗੀ ਉਹ ਤਾਂ ਫੌਜ ਦਾ ਹਿੱਸਾ ਹੀ ਨਹੀਂ ਹੈ ਹੂੰ ਹੂੰ ਅਕਾ ਫਾਇਦਾ ਨਹੀਂ ਸਹੀ ਨਹੀਂ ਫਾਇਦਾ ਹਿੱਸਾ ਨਹੀਂ ਜਾਗ ਨਹੀਂ ਦੀ ਰਿਹਾ ਹੂੰ ਹੁਣ ਇਹ ਤੁਸੀਂ ਦੇਖੋ ਜਿਹੜਾ ਇਹ ਮਾਮਲਾ ਜਦੋਂ ਸ਼ੁਰੂ ਹੋਇਆ ਸੀ ਇਹ ਯੋਜਨਾ ਸ਼ੁਰੂ ਹੋਈ ਸੀ ਦਾ ਵਿਰੋਧ ਹੋਇਆ ਸੀ ਹੂੰ ਇਹ ਦਾ ਵਿਰੋਧ ਪੰਜਾਬ ਚ ਹੋਇਆ ਇਹ ਦਾ ਵਿਰੋਧ ਹਰਿਆਣਾ ਚ ਹੋਇਆ ਇਹ ਦਾ ਬਿਹਾਰ ਚ ਹੋਇਆ ਬਿਹਾਰ ਚ ਹੋਇਆ ਠੀਕ ਹੈ ਇਹ ਦਾ ਵਿਰੋਧ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਵੀ ਹੋਇਆ ਹੂੰ ਹੂੰ ਕਈ ਵਾਰੀ ਆਪਾਂ ਹਿਮਾਚਲਿਕ ਪਹਾੜੀ ਰਾਜਾ ਲੇਕਿਨ ਭਾਰਤੀ ਦੇ ਲਿਹਾਇ ਨਾਲ ਦਾਨੇ ਵਾਲਿਆ ਸਭ ਦੇਖੀ ਤਾਂ ਹਿਮਾਚਲ ਦੀ ਉਹਨਾਂ ਦੀ ਜਿਹੜੀ ਹੈ ਆਬਾਦੀ ਦੇ ਮੁਕਾਬਲ ਤਨ ਉਹਨਾਂ ਦੀ ਬਹੁਤ ਵੱਡੀ ਜਿਹੜੀ ਫੌਜ ਦੇ ਵਿੱਚ ਜਿਹੜੀ ਹੈ ਹਾਜ਼ਰੀ ਕਿਤੇ ਵੱਧ ਹੈ ਉਹਨਾਂ ਦੀ ਭਰਤੀ ਕਿਤੇ ਵੱਧ ਹੈ ਮਤਲਬ ਫੌਜ ਗਾਂ ਦਾ ਸੁਭਾ ਕਿਹਾ ਜਾ ਸਕਦਾ ਉਹਨੂੰ ਉਹ ਇਹਨਾਂ ਨੇ ਸਾਰਿਆਂ ਨੇ ਵਿਰੋਧ ਕੀਤਾ ਸੀ ਪਰ ਕੋਨਾਮਾ ਨੂੰ ਉਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਰਿਟਾਇਰ ਹੋਏ ਫੌਜੀ ਹੈ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਉਹ ਲੜਾਈ ਲੜਦੇ ਸੀ ਜੀ ਜੀ ਤੁਸੀਂ ਫੌਜ ਨੂੰ ਇਹਨਾਂ ਇਗਨੋਰ ਕਰਦੇ ਹੋ ਇਹ ਇਗਨੋਰ ਕਰਨ ਦਾ ਨਤੀਜਾ ਇਹ ਹੋਇਆ ਹੁਣ ਇੱਥੇ ਦੇਖੋ ਅਮਰਤਪਾਲ ਸਿੰਘ ਡਿਊਟੀ ਤੇ ਚਾਇਨਾਤ ਹੈ ਬਾਰਡਰ ਤੇ ਬਾਰਡਰ ਤੇ ਉਹਦੀ ਮੌਤ ਹੋ ਜਾਂਦੀ ਹੈ ਹੂੰ ਮੌਤ ਹੋਣ ਤੋਂ ਬਾਅਦ ਉਹਦੀ ਡੈੱਡ ਬੋਡੀ ਹੈ ਜਿਹੜੀ ਉਹਦੀ ਡੈੱਡ ਬੋਡੀ ਸਰਕਾਰੀ ਗੱਡੀ ਦੀ ਬਜਾਏ ਇੱਕ ਐਂਬੂਲੈਂਸ ਦੇ ਵਿੱਚ ਆਉਂਦੀ ਹੈ ਤੇ ਲੈ ਕੇ ਆਉਣ ਵਾਲੀ ਕੋਈ ਫੌਜੀ ਟੁਕੜੀ ਨਹੀਂ ਹੂੰ ਉਹਦੇ ਨਾਲ ਦੇ ਦੋ ਜਵਾਨ ਹੈ ਜਵਾਨ ਹੈ ਜਿਹੜੇ ਸਿਵਲ ਡਰੈਸ ਦੇ ਵਿੱਚ ਹੈ ਉਹਨਾਂ ਦੀ ਕੋਈ ਵਰਦੀ ਨਹੀਂ ਪਾਈ ਹੋਈ ਸਿਵਲ ਡਰੈਸ ਦੇ ਵਿੱਚ ਉਹ ਬੋਡੀ ਲੈ ਕੇ ਉਸੇ ਪਿੰਡ ਪਹੁੰਚ ਜਾਂਦੇ ਉਹ ਤੋਂ ਬਾਅਦ ਸੰਸਕਾਰ ਕਰਨਾ ਪਿੰਡ ਦੇ ਲੋਕ ਇਲਾਕੇ ਦੇ ਲੋਕ ਕੁੜੀਕਦੇ ਸੀ ਕਿ ਸ਼ਾਇਦ ਆਰਮੀ ਦੀ ਕੋਈ ਟੁਕੜੀ ਆ ਟੁਕੜੀ ਆਊਗੀ ਜਿਹੜੀ ਇਹਨੂੰ ਗਾਰਡ ਆਫਨਰ ਦੇਊਗੀ ਅੰਤਮ ਬਧਾਈ ਹੂੰ ਅੰਤਮ ਬਧਾਈ ਦੀ ਕਹਿੰਦੇ ਨਾ ਜੀ ਜਦੋਂ ਨਾ ਨਹੀਂ ਤਾਂ ਫਿਰ ਹੋਇਆ ਪਿੰਡ ਦੇ ਲੋਕ ਜਿਹੜੇ ਹੈਗੇ ਇਕੱਠੇ ਹੋ ਕੇ ਕੁਝ ਸਮਾਜ ਸੇਵਕੀਆਂ ਸੇਵ ਕਰਨ ਨੂੰ ਨਾਲ ਲੈ ਕੇ ਜ਼ਿਲ੍ਹਾ ਪੁਲਿਸ ਨੂੰ ਮਿਲੇ ਹੂੰ ਹੂੰ ਜ਼ਿਲ੍ਹਾ ਪੁਲਿਸ ਨੂੰ ਜਾ ਕੇ ਐਸਐਸਪੀ ਨਾਲ ਤਾਲਮੇਲ ਕੀਤਾ ਜੀ ਤੁਸੀਂ ਦੇ ਦਿਓ ਸਲਾਮੀ ਦੀ ਉਹ ਨਹੀਂ ਦਿੰਦੇ ਅੰਤਮ ਸਲਾਮੀ ਤਾਂ ਦੇ ਦਿਓ ਖਰ ਬਹੁਤ ਵਧੀਆ ਗੱਲ ਕੀਤੀ ਮਾਨਸਾ ਪੁਲਿਸ ਨੇ ਉਹਨਾਂ ਨੇ ਆਪਣੀ ਇੱਕ ਟੁਕੜੀ ਭੇਜੀ ਤੇ ਉਹਨੂੰ ਸਲਾਮੀ ਦੇ ਦਿੱਤੀ ਭਗਵਾਨ ਸਿੰਘ ਮਾਨ ਕਹਿੰਦੇ ਮੈਂ ਹੁਕਮ ਕੀਤਾ ਸੀ ਚਲੋ ਉਹਨਾਂ ਨੇ ਕਰਤਾ ਕੁਝ ਵੀ ਹੈ ਮਤਲਬ ਉਹ ਦੇਤੀ ਕਿਉਂਕਿ ਉਹ ਤੋਂ ਪਹਿਲਾਂ ਤੁਸੀਂ ਯਾਦ ਹੋਣਾ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਹਾਈਲਾਈਟ ਜਿਹੜਾ ਕੀਤਾ ਸੀ ਉਹ ਮਾਨਕ ਗੋਇਲ ਨੇ ਕੀਤਾ ਸੀ ਮਾਨਕ ਗੋਇਲ ਨੇ ਕੀਤਾ ਮਾਨਕ ਗੋਲ ਨੇ ਹੀ ਬੇਨਤੀ ਕੀਤੀ ਸੀ ਭਗਵੰਤ ਮਾਨ ਹੋਰਾਂ ਨੂੰ ਕਿ ਘੱਟੋ ਘੱਟ ਜਿਹੜਾ 1 ਕਰੋੜ ਰੁਪਈਆ ਦੇਣੇ ਉਹ ਵੀ ਦਿਓ ਉਹ ਵੀ ਦਿਓ ਉਹ ਕਹਿੰਦੇ ਅੱਜ ਦੇ ਕੇ ਹਮ ਅੱਜ ਭਗਵੰਤ ਸਿੰਘ ਮਾਨ ਆਏ ਸੀ ਉਹਨਾਂ ਨੇ ਕਰੇ 1 ਕਰੋੜ ਰੁਪਈਏ ਦੀ ਜਿਹੜਾ ਚੈੱਕ ਵੀ ਦੇ ਗਏ ਤੇ ਉਹਨਾਂ ਦੇ ਨਾਲ ਅਫਸੋਸ ਵੀ ਪ੍ਰਗਟ ਅਫਸੋਸ ਵੀ ਪ੍ਰਗਟ ਕਰ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਇਹ ਕਿਉਂ ਨਹੀਂ ਆਰਮੀ ਦਾ ਪਹਿਲਾ ਦਾ ਬਿਆਨ ਇਹ ਆ ਗਿਆ ਹਾਂ ਵੀ ਤਾਂ ਅਗਨੀ ਵੀਰ ਸੀ ਹਾਂਜੀ ਅਗਨੀਵੀਰ ਨੂੰ ਉਹ ਫੈਸਿਲਿਟੀ ਨਹੀਂ ਮਿਲਦੀਆਂ ਹੁਣ ਬਾਅਦ ਵਿੱਚ ਹੁਣ ਬਿਹੋਰ ਬਿਆਨ ਆ ਗਿਆ ਵੀ ਆਪਦੀ ਗੋਲੀ ਨਾਲ ਮਰ ਗਿਆ ਇਹ ਦੱਸੋ ਕੀ ਗੱਲਾਂ ਇਹ ਆਪਦੀ ਗੋਲੀ ਨਾਲ ਮਰ ਗਿਆ ਹੁਣ ਕੀ ਹੈ ਮਤਲਬ ਜਿਹੜਾ ਪਹਿਲਾ ਸਟੈਂਡ ਸੀ ਇਹਦਾ ਮਤਲਬ ਹੈ ਕਿ ਉੱਪਰੋਂ ਹੁਕਮ ਹੋ ਗਿਆ ਆਰਮੀ ਨੂੰ ਕਿ ਯੂ ਟਰ ਲੋ ਯੂ ਟਰ ਲੋ ਯੂ ਟਰ ਲੈ ਕੇ ਨੂੰ ਕੋ ਨਮਾ ਰੰਗ ਦਿਓ ਹੂੰ ਹੂੰ ਕਿ ਜੀ ਇਹ ਖੁਦਕਸ਼ੀਆ ਖੁਦਕਸ਼ੀ ਵਾਲੇ ਤਾਂ ਸਿੱਧੇ ਦਿੰਦੇ ਨਹੀਂ ਹੂੰ ਹੂੰ ਜੇ ਖੁਦਕਸ਼ੀਆ ਉਥੇ ਕੋਈ ਕੇਸ ਵਗੈਰਾ ਰਜਿਸਟਰ ਕੀਤਾ ਨਾ ਤਾਂ ਫਿਰ ਵਿਸਥਾਰਤ ਬਿਆਨ ਚਾਹੀਦਾ ਵਿਸਥਾਰਤ ਬਿਆਨ ਚਾਹੀਦਾ ਸੀ ਫਿਰ ਤੁਸੀਂ ਕੀ ਐਫ ਆਈ ਆਰ ਦਰਜ ਕਰਾਈ ਐਫ ਆਈ ਆਰ ਦਰਜ ਹੋਈ ਉਹਦਾ ਪੋਸਟਮਾਰਟਮ ਦਾ ਜੁੜ ਹੋ ਗਿਆ ਹੁਣੇ ਉਹ ਕਿਉਂਕਿ ਗੋਲੀ ਲੱਗੀ ਹੈ ਗੋਲੀ ਕਿੱਥੇ ਲੱਗੀ ਕਿਵੇਂ ਲੱਗੀ ਨਾ ਤਾਂ ਤੁਸੀਂ ਕੋਲੇ ਹੋ ਨਾ ਮੈਂ ਕੋਲੇ ਜਿਹੜਾ ਇਸ ਇਸ ਤਰੀਕਾ ਕਰਨ ਅਸਲ ਦੇ ਵਿੱਚ ਜਿਹੜੀ ਇਹ ਮਿਲਸ਼ੀ ਵਾਲੀ ਗੱਲ ਹੈ ਜੀ ਇਹ ਨੂੰ ਅਸੀ ਡੈਗੂਲਰ army ਨਹੀਂ ਕਮਾਗੇ ਨੂੰ ਸੇ ਮਿਲਸ਼ੀਆ ਕਮਾਗੇ ਠੀਕ ਹੈ ਭਗਵੰਤ ਮਾਨ ਉਹਨੇ ਵਰਦੀ ਇੱਕੋ ਬੰਦੂਕ ਇੱਕੋ ਗਲਵਾ ਤਿੱਕੋ ਲੇਕਿਨ ਸ਼ਹਾਦਤ ਸ਼ਹਾਦਤ ਜਿਹੜੀ ਬਣਦੀ ਪਰ ਦੂਜੇ ਪਾਸੇ ਹਾਂ ਹਾਂ ਦੂਜੇ ਪਾਸੇ ਕਹਿੰਦੇ ਜੀ ਇਹਨਾਂ ਦੇ ਵਿੱਚੋਂ ਅਸੀਂ ਕੁਝ ਪਰਸੈਂਟੇਜ ਬੰਦਿਆਂ ਨੂੰ ਰੈਗੂਲਰ ਫੋਰਸ ਚ ਲੈ ਜਾਗੇ ਹੂੰ ਹੂੰ ਫਿਰ ਸਾਰਿਆਂ ਨੂੰ ਕਿਉਂ ਨਹੀਂ ਕਿਉਂ ਨਹੀਂ ਕੁਝ ਨੂੰ ਕਿਉਂ? ਹਾਂ ਕਿ ਹੁਣ ਤੁਸੀਂ ਇਹ ਦੇਖੋ ਕਿ 18-20 ਸਾਲ ਦਾ ਬੱਚਾ ਭਰਤੀ ਹੋ ਗਿਆ। ਹੂੰ ਹੂੰ। 4 ਸਾਲ ਬਾਅਦ 24 ਸਾਲ ਦਾ ਆ ਗਿਆ। ਹੂੰ। ਉਹ 24 ਸਾਲ ਦਾ ਆ ਕੇ ਉਹਦੀ ਮਾਈਂਡ ਸੈਟ ਉਹਦਾ ਕੀ ਬਣ ਗਿਆ? ਹੂੰ ਹੂੰ। ਉਹ ਕੰਮ ਆ ਕੇ ਕਰੂ ਕਿੱਥੇ? ਨਾ ਹੁਣ ਆਈ ਨਹੀਂ। ਉਹ ਉਹ ਤਾਂ ਹੋਊਗਾ ਕੀ? ਇਹਦਾ ਮਤਲਬ ਫਿਰ ਬੱਕਰੀਆਂ ਲੈ ਲਵੇ। ਹਾਂ। ਹੁਣ ਤਾਂ ਪੰਜਾਬ ਦੀ ਹਾਲਾਤਾਂ ਵਿੱਚ ਚਰਾੰਦ ਵੀ ਹੈ ਨਹੀਂ। ਚਰਾੰਦ ਵੀ ਹੈ ਨਹੀਂ ਹਾਂ। ਆ ਕਿੱਥੇ ਲੈ ਕੇ ਜਾਊਗਾ ਬੱਕਰੀਆਂ? ਮਤਲਬ ਨਾ ਕਾਗਾਾਂ 'ਚ ਨਾ ਹੰਸਾਂ 'ਚ ਇਹ ਸਥਿਤੀ ਬਣੀ ਵੀ ਹੈ। ਮਾੜੀ ਐ ਬੈਸੇ ਇਹ ਸਕੀਮ ਜਿਹੜੀ ਹੈ ਰੈਗੂਲਰ ਇਹਨੂੰ ਬੰਦ ਕਰ ਦੇਣਾ ਚਾਹੀਦਾ ਜੀ ਰੈਗੂਲਰ ਆਰਮੀ ਹੈ ਜਿਹੜੀ ਹੋਣੀ ਚਾਹੀਦੀ ਆਰਮੀ ਕੱਟ ਲੈ ਲੋ ਹੂੰ ਹੂੰ ਲੇਕਿਨ ਟ੍ਰੇਲ ਤਾਂ ਲੋਸ ਬੜੀ ਇਹਦੇ ਚ ਤੁਹਾਨੂੰ ਮੈਂ ਹੋਰ ਅਪਡੇਟ ਕਰ ਦਿਆਂ ਇੱਕ ਟੈਰੀਟੋਰੀਅਲ ਆਰਮੀ ਹੁੰਦੀ ਹੈ ਹਾਂਜੀ ਹੁਣ ਟੈਰੀਟੋਰੀਅਲ ਆਰਮੀ ਜਿਹੜੀ ਉਹ ਹੈ ਤਾਂ ਕੱਚੀ ਉਹ ਵੀ ਬਿਲਕੁਲ ਉਹ ਤੁਹਾਨੂੰ ਹੁਣ ਜੇ ਤੁਹਾਡੇ ਕੋਲੇ ਇੰਨੀ ਤਕੜੀ ਹੈ ਤਾਂ ਟੈਰੀਟਰੀਅਲ ਦੇ ਆਰਮੀ ਦੇ ਜਵਾਨਾਂ ਤੇ ਅਫਸਰਾਂ ਤੋਂ ਤੁਸੀਂ 12 ਮਹੀਨੇ 30 ਦਿਨ ਕੰਮ ਕਿਉਂ ਲੈਨੇ ਹੋ ਜਿੱਦਾਂ ਪਹਿਲਾਂ ਸੀਗੇ 6 ਮਹੀਨੇ ਕੰਮ ਲੈਣਾ 6 ਮਹੀਨੇ ਤੁਸੀਂ ਸਿਵਲ 6 ਮਹੀਨੇ ਕੰਮ ਲੈਣਾ 6 ਮਹੀਨੇ ਸਿਵਲ ਪਿਛਲੇ ਸਮੇਂ ਦਾ ਟਾਈਮ ਕੱਢ ਲਓ ਟੈਰੀਟਰੀਅਲ ਆਰਮੀ ਦੇ ਜਿੰਨੇ ਜਵਾਨ ਤੇ ਜਿੰਨੇ ਕੀ ਕਹਿੰਦੇ ਆ ਅਫਸਰ ਨੇ ਜੀ ਪੁਲਿਸ ਫੌਜ ਦੇ ਬੈਕਅਪ ਲਈ ਉਹ ਰੈਗੂਲਰ ਕੰਮ ਕਰ ਰਹੇ ਆ ਜੀ ਰੈਗੂਲਰ ਉਹਨਾਂ ਨੂੰ ਕੋਈ ਛੁੱਟੀ ਨਹੀਂ ਦੇ ਰਹੀ ਪੂਰਾ ਕੰਮ ਦੇਆ ਜਾ ਰਿਹਾ ਜੀ ਜੇ ਤੁਹਾਡੇ ਕੋਲੇ ਫੌਜ ਦੀ ਇੰਨੀ ਛੋਟਾ ਫਿਰ ਅਗਨੀ ਵੀਰ ਕਿਉ ਜਵਾ ਟੈਰੀਟੋਰੀਅਲ ਆਰਮੀ ਦਾ ਲਾਗ ਆਰਮੀ ਦਾ ਵੱਜੇ ਨਾ ਆਰਮੀ ਦਾ ਵੱਜੇ ਨਾ ਉਹਦਾ ਅਗਨੀ ਵੀਰ ਹੈ ਅਗਨੀ ਵੀਰ ਹੈ ਸ਼ਬਦ ਬੜਾ ਸੋਹਣਾ ਹੂੰ ਕਿ ਅਗਨੀ ਵੀਰ ਦਾ ਮਤਲਬ ਇਹ ਅਗਸਤੀ ਵੀਜਣੀ ਹਾਂ ਹਾਂ ਬਸ ਅਗਨੀ ਵੀਰਤਾ ਜੇ ਆਪਾਂ ਮਜ਼ਾਇਲ ਕਹਿ ਦਈਏ ਮਜ਼ਾਇਲ ਵਰਗੀ ਸੀ ਮਜ਼ਾਇਲ ਬਣ ਗਈ ਹੈ ਵੀ ਵਰਤ ਲਓ ਜਵਾਨੀ ਹੈਗੀ ਆ ਵਰਤ ਲਓ ਮੁੜ ਕੇ ਯੂਜ਼ ਐਂ ਥਰੋ ਬਿਲਕੁਲ ਬਿਲਕੁਲ ਇਹ ਗੱਲਾਂ ਥੋੜਾ ਹੁਣ ਤੁਸੀਂ ਫੌਜਾਂ ਦੇ ਵੀ ਤੁਸੀਂ ਕਿਤੇ ਠੀਕ ਹੈ ਜਾਂ ਇਜ਼ਰਾਈਲ ਨਾਲ ਕੰਮ ਕਰ ਲਓ ਵੀ ਭਾਈ ਜਿਹੜਾ ਵੀ ਸਕੂਲ ਕਾਲਜ ਚ ਪੜੂਗਾ ਉਹਨੂੰ 3 ਸਾਲ ਜਿਹੜੇ ਫੌਜ ਚ ਲਾਉਣੇ ਪੈਣਗੇ ਜ਼ਰੂਰੀ ਹੈ ਬਿਨਾਂ ਤਨਖਾਹ ਤੋਂ ਬਿਨਾਂ ਲਲਪਭਤ ਤੋਂ ਜੋ ਉੱਤੇ ਮੌਕੇ ਦੀ ਫੈਸਿਲਿਟੀ ਹੋਗੀ ਤੁਹਾਨੂੰ ਦੇਾਂਗੇ ਉਹ ਹੈ ਜੀ ਰੂਸ ਦੇ ਵਿੱਚ ਵੀ ਹੈਗਾ ਹਾਂ ਜਾਂ ਫਿਰ ਉਹ ਪ੍ਰੋਗਰਾਮ ਕਰਦੇ ਹੋ ਪਰ ਉੱਥੇ ਵੀ ਦਾਨੀ ਵਾਲੀ ਸਭ ਫਿਰ ਹੋਰ ਹੈ ਕਿ ਜੇ ਤੁਸੀਂ ਦਨ ਸਾਲ ਦੀ ਟ੍ਰੇਡਿੰਗ ਦੇ ਦੇਉਗੀ ਕਿਰਾ ਮੁੜ ਕੇ ਫਿਰ ਜਦੋਂ ਉਹਨਾਂ ਨੂੰ ਆਰ ਇਸਤੇਮਾਲ ਕਰਨਾ ਹੈ ਜੰਗ ਦੇ ਵਿੱਚ ਉਹਨਾਂ ਨੂੰ ਦੁਬਾਰਾ ਫਿਰ ਟ੍ਰੇਡਿੰਗ ਜਣੀ ਪੈਣੀ ਹੈ ਅਪਡੇਟ ਤਾਂ ਕਰਨੀ ਪਊਗਾ ਅਪਡੇਟ ਤਾਂ ਕਰਨਾ ਪਊਗਾ ਹਾਂ ਹਾਂ ਜੀ ਜੀ ਹਥਿਆਰ ਤਾਂ ਨਿਤ ਬਦਲਦੇ ਬਿਲਕੁਲ 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 ਇਹ ਚੀਜ਼ਾਂ ਨੇ ਤੇ ਇਹ ਧਾਗ ਨਹੀਂ ਵੀਰਾਂ ਦੀ ਆਪਾਂ ਗੱਲ ਕਰ ਲਈ ਜਿਹੜੇ ਅਗਨੀ ਲਾਉਣ ਦਾ ਕੰਮ ਕਰਦੇ ਨੇ ਹੁਣ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਦੀ ਪਾਰਟੀ ਦੀ ਵੀ ਅੱਗ ਲਾਈ ਰੱਖਦੇ ਆ ਮੈਨੂੰ ਗੱਲ ਯਾਦ ਆ ਗਈ ਚਲੋ ਆਪਾਂ ਗੱਲ ਵਿਸਤਾਰ ਹੁਣ ਕਾਂਗਰਸ ਦੇ ਲੋਕਸ ਬੜੇ ਚਾਵਾ ਨਾਲ ਗਏ ਜੀ ਬੀਜੇਪੀ ਚ ਸਾਨੂੰ ਜੀ ਕਾਂਗਰਸ ਨੇ ਦਿੱਤਾ ਕੁਛ ਨਹੀਂ ਸਾਨੂੰ ਜੀ ਕਾਂਗਰਸ ਨੇ ਐਂ ਕਰਤਾ ਜੀ ਸਾਨੂੰ ਕਾਂਗਰਸ ਨੇ ਉਹ ਕਰਤਾ ਚਾਰਕ ਦਿਨ ਉੱਥੇ ਲਾਏ ਮੈਨੂੰ ਲੱਗਿਆ ਉੱਥੇ ਉਹਨਾਂ ਦਾ ਜੀ ਨਹੀਂ ਲੱਗਿਆ ਕਿਉਂਕਿ ਉੱਥੇ ਪੜਾਅ ਸੇ ਨਹੀਂ ਕੱਢ ਸਕਦੇ ਸੀ ਬੀਜੇਪੀ ਦੇ ਵਿੱਚ ਬੀਜੇਪੀ ਦੇ ਖਿਲਾਫ ਤਾਂ ਬੋਲ ਨਹੀਂ ਸਕਦੇ ਕਾਂਗਰਸ 'ਚ ਤਾਂ ਖੁੱਲੀਆਂ ਡੋਰਾਂ ਸੀ ਜਿਹਨੂੰ ਮਰਜ਼ੀ ਗਾਲਾਂ ਕੱਢਦੇ ਉਹ ਜਿਹਨੂੰ ਮਰਜ਼ੀ ਕਹਿਦੇ ਪਾਰਟੀ ਦੇ ਖਿਲਾਫ ਬੋਲ ਪੋ ਪਾਰਟੀ ਦੇ ਉਲਟ ਚੱਲ ਪੋ ਚੱਲੋ ਲੁਧਿਆਣੇ ਤੋਂ ਆ ਕੇ ਬਠਿੰਡੇ ਖੜੇ ਹੋ ਜੋ ਹਾਂਜੀ ਹੈਗੇ ਕਾਂਗਰਸੀਓ ਹੋ ਗਏ ਆਜ਼ਾਦ ਕਰਤੀ ਸਪੋਰਟ ਅਖਾਲੀ ਦਲ ਦੀ ਜਿੱਤ ਗਿਆ ਕੋਈ ਕਿਤੋਂ ਦੀ ਤੁਸੀਂ ਟਿਕਟ ਦਾ ਸੌਦਾ ਕਰ ਲਿਆ ਕਿਤੇ ਕੋਸ਼ ਕਰ ਲਿਆ ਕਾਂਗਰਸ ਦੇ ਵਿੱਚ ਤਾਂ ਵੱਧੂ ਕੁਝ ਹੁੰਦਾ ਸੀ ਭਾਜਪਾ ਚੋਂ ਦਾਣ ਹੀ ਚੱਲਿਆ ਕਹਿੰਦੇ ਵਾਪਸ ਆ ਜਾਓ ਹੁਣ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਉਹਨਾਂ ਨੇ ਵੀ ਹੁਣ ਕਹਿੰਦੇ ਵੀ ਆਪਦਾ ਕੀ ਕਹਿੰਦੇ ਉਹ ਬੱਲੇ ਦੇ ਉੱਤੇ ਟੀੜੀ ਬੱਲਾ ਉਹ ਛੱਕੋ ਛਿੱਕਾ ਛੱਕੂ ਕਹਿੰਦੇ ਆਪਾਂ ਕੀ ਟੀੜੀ ਬੱਲੇ ਉੱਪਰ ਉਹਨੂੰ ਭੜਕਾਉਣਾ ਸ਼ੁਰੂ ਕਰਤਾ ਹਾਂ ਉਹਦੇ ਵਿੱਚ ਚੱਲ ਕਹਿੰਦੇ ਸੀ ਕਿ ਉਹ ਪਿੱਛੇ ਹੁਣ ਜਿਹੜੇ ਬਾਹਰੋਂ ਆਉਂਦੇ ਆ ਕੋਈ ਉਹਨਾਂ ਨੂੰ ਟਿਕਟਾਂ ਦਿੱਤੀਆਂ ਐਮਪੀ ਬਣਾਤੇ ਕਹਿੰਦੇ ਚੱਲ ਭਰਾਵਾ ਹੁਣ ਤੂੰ ਵੀ ਤੂੰ ਕੰਮ ਕਰ ਲੈ ਕਿਉਂਕਿ ਆਹ ਤਾਂ ਤਾਂ ਕਾਂਗਰਸ ਵਾਲੀਆਂ ਜਾਂਦੀਆਂ ਨਹੀਂ ਹੁਣ ਉਹ ਕਹਿੰਦੇ ਜਿਹੜਾ ਜਲੰਧਰ ਵਾਲਾ ਸੁਦੀਸ਼ ਗੁਰਾ ਵਾਲਾ ਸੁਨੀਲ ਰਿੰਕੂ ਤੇ ਔਖਾ ਆ ਬੈਠਾ ਅਹ ਦਨੜੀਏ ਸਭ ਅਸਲ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਨਾ ਕਾਂਗਰਸ ਪਾਰਟੀ ਇੱਕ ਖੁੱਲੀ ਜੀ ਖੇਡ ਹੈ ਹੂੰ ਕਾਂਗਰਸ ਪਾਰਟੀ ਦਾ ਇਤਿਹਾਸ ਦੇਖੀਏ ਆਪਾਂ ਪਿਛਲਾ ਤੇ ਪਿਛਲੇ ਇਤਿਹਾਸ ਦੇ ਵਿੱਚ ਵੀ ਲਗਭਗ ਇਹੋ ਜਿਹੀ ਕੁਸ਼ ਹੈ ਵੀ ਖੁੱਲੀ ਜੀ ਖੇਡ ਹੈਗੀ ਜੀ ਇੱਕ ਵਾਰੀ ਕਹਿੰਦੇ ਇੱਥੇ ਦਰਬਾਰਾ ਸਿੰਘ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ ਹੂੰ ਹੂੰ ਬਾਅਦ ਦੇ ਵਿੱਚ ਮੁੱਖ ਮੰਤਰੀ ਵੀ ਹੁੰਦੇ ਬਣਦੇ ਔਰ ਜਿਹੜੇ ਗਿਆਨੀ ਜੈਲ ਸਿੰਘ ਜੀ ਉਹ ਵੱਡੇ ਲੀਡਰ ਸੀ ਹਾਂ ਹਾਂ ਦਿੱਲੀ ਦੇ ਵਿੱਚ ਪਹੁੰਚ ਗਏ ਸੀ ਹੂੰ ਹੂੰ ਤੇ ਗਿਆਨੀ ਜੈਲ ਸਿੰਘ ਕਿਸੇ ਫੰਕਸ਼ਨ ਦੇ ਸਬੰਧ ਵਿੱਚ ਪੰਜਾਬ ਆਏ ਜੀ ਪੰਜਾਬ ਆਏ ਤੇ ਮੇਰੇ ਖਿਆਲ ਭੋਗਣਾ ਸਮਸੀ ਕਿਤੇ ਖੁਸ਼ੀ ਦੀ ਸੀ ਜਾਂ ਗਮੀ ਦੀ ਇਹ ਜਾਣਕਾਰੀ ਨਹੀਂ ਹੈ ਹੂੰ ਹੂੰ ਉੱਥੇ ਬੈਠੇ ਤੇ ਬੈਠਣ ਤੋਂ ਬਾਅਦ ਜਦੋਂ ਚਾਹ ਪਾਣੀ ਪੀਣ ਲੱਗੇ ਤੇ ਇੱਕ ਸੱਜਣ ਆਇਆ ਕੋਲੇ ਉਹਨੇ ਫਤਿਹ ਬਲਾਈ ਗੋਡੀ ਹੱਥ ਲਾਈ ਹਾਂ ਵੀ ਕੀ ਹਾਲ ਚਾਲ ਆ ਤੁਮ ਕਮ ਕੌ ਕਹਿੰਦਾ ਜੀ ਗੱਲ ਇਹ ਹੈ ਹੂੰ ਬਈ ਮੈਨੂੰ ਨਾ ਕਾਂਗਰਸ ਪਾਰਟੀ ਜੋ ਕੱਢਤਾ ਅੱਛਾ ਜੀ ਉਹ ਕਹਿੰਦਾ ਕਿਨੇ ਕੱਢਤਾ ਹੂੰ ਕਹਿੰਦਾ ਜੀ ਮੈਨੂੰ ਕੱਢਤਾ ਦਰਬਾਰਾ ਸਿਉਣੀ ਹੂੰ ਉਹਦਾ ਤੈਨੂੰ ਕੱਢਤਾ ਕਿੱਥੋਂ ਕੱਢਤਾ ਕਹਿੰਦਾ ਤੈਨੂੰ ਮੇਰੇ ਕੋਲੇ ਤਾਂ ਖੜਾ ਹੈ ਹੂੰ ਉਹਦਾ ਜੀ ਕੱਢਤਾ ਉਹਨੇ ਐਲਾਨ ਕਰਤਾ ਉਹ ਕਹਿੰਦਾ ਦੇਖ ਤੇਰੇ ਚਿੱਟੇ ਕੱਪੜੇ ਪਾਏ ਕਹਿੰਦਾ ਹਾਂ ਪਾਗ ਚਿੱਟੀ ਬਣੀ ਵੀ ਹੈ ਕਹਿੰਦਾ ਜੀ ਬਿਲਕੁਲ ਬਸ ਤੂੰ ਕਾਂਗਰਸੀ ਮੇਰੇ ਨਾਲ ਆ ਕੇ ਹੱਥ ਮਲਾ ਲਿਆ ਮੈਨੂੰ ਸੱਸੀ ਗੱਲ ਬੁਲਾਤੀ ਗੋਡੀ ਹੱਥ ਲਾ ਤੇ ਮੈਂ ਤੈਨੂੰ ਸ਼ਬਦ ਜੀ ਦੇਤੀ ਤੂੰ ਕਾਂਗਰਸੀ ਕਾਂਗਰਸੀ ਇੱਥੇ ਨਾ ਕੋਈ ਕਿਸੇ ਨੂੰ ਕੱਢਦਾ ਤੇ ਨਾ ਪਾਉਂਦਾ ਇਹ ਤਾਂ ਇੱਕ ਲਹਿਰ ਹੈ ਆਉਂਦੇ ਆ ਤੇ ਜਾਂਦੇ ਆ ਬੰਦੇ ਤੁਰੇ ਫਿਰਦੇ ਆ ਬਸ ਤੂੰ ਜਿੰਨੇ ਜਿੱਦਾਂ ਕਿੰਨੀ ਦਾ ਨਜ਼ਾਰੇ ਲੈ ਲੈ ਇਹ ਹੈ ਹੁਣ ਉਹੀ ਚੀਜ਼ ਜਿਹੜੀ ਹੈ ਤੁਸੀਂ ਦੇਖਿਆ ਹੋਣਾ ਜਦੋਂ ਆ ਰਾਹੁਲ ਗਾਂਧੀ ਹੂੰ ਹੂੰ ਭਾਰਤ ਜਿਹੜੀ ਯਾਤਰਾ ਤੇ ਆਇਆ ਤੇ ਉਹਦਾ ਬਿਆਨ ਵੀ ਐਸੀ ਮੈਨੂੰ ਹੱਸੀ ਵੀ ਬੜੀ ਆਈ ਹਾਂ ਹਾਂ ਉਹਨੇ ਕਹੇ ਸੀ ਕਾਂਗਰਸ ਪਾਰਟੀ ਕ ਪਾਰਟੀ ਨਹੀਂ ਇਹ ਪੋਲਿਟੀਕਲ ਪਾਰਟੀ ਨਹੀਂ ਇਹ ਇੱਕ ਲਹਿਰ ਹੈ ਲਹਿਰ ਹੈ ਉਹ ਲਹਿਰ ਤਾਂ ਹੁਣ ਲਹਿਰ ਦੇ ਵਿੱਚ ਤਾਂ ਹਾਲ ਉਹੀ ਹੋਣੇ ਹਾਲ ਉਹੀ ਹੋਣੇ ਜਿਹੜੇ ਬੰਦੇ ਲਹਿਰ ਦੇ ਵਿੱਚ ਆਏ ਸੀ ਕਿਉਂਕਿ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਇੱਕ ਜ਼ਮਾਨਾ ਉਹ ਹੁੰਦਾ ਸੀ ਜਦੋਂ ਕਾਂਗਰਸ ਪਾਰਟੀ ਮੁਲਕ ਦੇ ਵਿੱਚ ਮਜ਼ਬੂਤ ਸੀ ਤੇ ਮਜ਼ਬੂਤੀ ਦਾ ਵੱਡਾ ਕਾਰਨ ਸੀ ਕਿ ਹਰ ਸੂਬੇ ਦੇ ਵਿੱਚ ਉਹਦੇ ਅਲੱਗ-ਅਲੱਗ ਜਰਨੈਲ ਹੁੰਦੇ ਜਰਨੈਲ ਹੁੰਦੇ ਸੀ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡਾ ਰਾਹੁਲ ਤੋਂ ਬਾਅਦ ਜਾ ਕੇ ਜਿਹੜੀ ਨੇ ਭਾਰਤ ਜੋੜੋ ਯਾਤਰਾ ਕੀਤੀ ਤੇ ਨੇ ਕਿਹਾ ਮੈਂ ਕਾਂਗਰਸ ਪਾਰਟੀ ਨੂੰ ਬਦਲ ਰਿਹਾ ਇਹ ਇੱਕ ਬਖਰੀ ਗੱਲ ਹੈ ਲਿਖਨੇ ਇਹ ਤੋਂ ਪਹਿਲਾਂ ਹੂੰ ਹੂੰ ਇਹ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਥਿਤੀ ਇਹ ਸੀ ਕਿ ਹਾਈ ਕਮਾਂਡ ਸਾਰਾ ਕੁਝ ਹਾਈ ਕਰ ਗਈ ਹੂੰ ਹੂੰ ਉਹਨਾਂ ਦੇ ਕੋਲ ਹੀ ਸੀ ਸਭ ਕੁਝ ਉੱਥੇ ਉਹਨੇ ਦੇਖਣਾ ਵੀ ਕਿਹਨੂੰ ਬਣਾਉਣਾ ਹੈ ਕਿਹਨੂੰ ਹਟਾਉਣਾ ਹੈ ਜੇ ਕੋਈ ਬਣ ਗਿਆ ਤੇ ਉਹਨੂੰ ਇੰਨਾ ਤਕੜਾ ਨਾ ਹੋਣ ਦਿਓ ਕਿ ਕੱਲ ਨੂੰ ਸਾਡੇ ਲਈ ਖਤਰਾ ਪੈਦਾ ਹੋ ਜੇ ਉਹਨੂੰ ਕੱਢ ਦਿਓ ਉਹਨੂੰ ਹਟਾ ਦਿਓ ਇਹ سلسلہ ਚੱਲਦਾ ਰਹੇ ਇਹ ਆਪਾਂ ਬੜੇ ਬਾਰੀ ਗੱਲ ਕੀਤੀ ਹੈ ਕਿ ਵੀਰ ਭਦਰ ਸਿੰਘ ਨਾਲ ਵੀ ਇਹੀ ਕੀਤੀ ਸੀ ਹੂੰ ਹੂੰ ਉਹ ਫਿਰ ਕੈਪਟਨ ਅਮਰਿੰਦਰ ਸਿੰਘ ਇੱਥੇ ਪਾਵਰਫੁੱਲ ਹੋ ਗਿਆ ਹੂੰ ਹੂੰ ਕੈਪਟਨ ਅਮਰਿੰਦਰ ਸਿੰਘ ਪਾਵਰਫੁੱਲ ਹੋਇਆ ਤੇ ਇਹਨਾਂ ਨੇ ਦੇਖਿਆ ਵੀ ਇਹ ਤਾਂ ਬਾਲਾ ਪਾਵਰਫੁੱਲ ਲੋਕ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੈ 2004 ਦੇ ਵਿੱਚ ਜਦੋਂ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਕਲੇਸ਼ ਸੀ ਜਿਹੜਾ ਹੁਣ ਵਾਲਾ ਕਲੇਸ਼ ਹਾਂਜੀ ਇਹ ਕਲੇਸ਼ ਸੀ ਉਸ ਕਲੇਸ਼ ਵੇਲੇ ਕੈਪਟਨ ਅਮਰਿੰ ਸੰਕਟ ਦਾ ਸਾਹਮਣਾ ਕਰਨਾ ਪਿਆ ਸੁਪਰੀਮ ਕੋਰਟ ਨੇ ਕਿਹਾ ਨਹਿਰ ਬਣਾਉਣੀ ਪੈਣੀ ਹੈ ਜੇ ਪੰਜਾਬ ਸਰਕਾਰ ਨਹਿਰ ਨਹੀਂ ਬਣਾਉਂਦੀ ਕੇਂਦਰ ਨੂੰ ਹੁਕਮ ਦਿੱਤਾ ਕਿ ਤੁਸੀਂ ਸੈਂਟਰ ਜਿਹੜਾ ਹੈਗਾ ਆਪਣੀ ਸੈਂਟਰਲ ਏਜੰਸੀ ਦੀ ਮਦਦ ਨਾਲ ਨਹਿਰ ਬਣਾਓ ਔਰ ਉਹਦੇ ਵਾਸਤੇ ਇਨਡਾਇਰੈਕਟਲੀ ਕਹਿ ਵੀ ਦਿੱਤਾ ਸੀ ਕਿ ਵਾਰਡਰ ਰੋਡ ਆਰਗੇਨਾਈਜੇਸ਼ਨ ਜਿਹੜੀ ਆਰਮੀ ਦੀ ਆਰਮੀ ਦੀ ਹਾਂਜੀ ਉਹਦੇ ਰਾਹੀਂ ਤੁਸੀਂ ਬਣਾਓ ਤੇ ਫਿਰ ਇਹ ਬੜਾ ਵੱਡਾ ਸੱਪਾ ਪੈ ਗਿਆ ਇਹ ਕਿਉਂ ਆਰਮੀ ਨਾਲ ਬਣਾਉਣ ਦੀ ਨੌਬਤ ਕਿਉਂ ਆਈ ਉਹਦੇ ਚ ਇਹ ਭਮਿਆ ਦੇ ਅਕਾਲੀ ਕਹੀ ਜਾਣ ਕਾਂਗਰਸੀ ਕਹੀ ਜਾਣਾ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਜੀ ਅਸੀਂ ਨਹਿਰ ਬਣ ਨਹੀਂ ਦੇਵਾਂਗੇ ਇਹ ਨਹਿਰ ਬਣਾਉਣ ਬੜਨ ਦਾ ਮੌਕਾ ਆ ਉਦੋਂ ਵੇਖਾਂਗੇ ਕੌਣ ਕੀ ਕਰਦਾ ਪਹਿਲਾਂ ਵੀ ਜੇ ਆਪਾਂ ਦੇਖੀ ਜਦੋਂ ਨਹਿਰ ਬਣਾਉਣ ਦੀ ਗੱਲ ਚੱਲੀ ਨੌਬਤ ਆਈ ਜਾਂ ਗੱਲ ਚੱਲੀ ਉਸ ਵੇਲੇ ਜਿਹੜੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਪੱਟਾਂ ਤੇ ਹੱਥ ਮਾਰੀ ਗਈਆਂ ਹੂੰ ਹੂੰ ਇਹ ਸੀਪੀਐਮਲ ਨੇ ਤੇ ਕਾਲੀਦ ਲਲ ਨੇ ਇੱਕ ਪੂਰੀ ਦਾ ਮੋਰਚਾ ਲਾਤਾ ਹਾਂਜੀ ਨਹਿਰ ਕਿਵੇਂ ਬਣੀ ਆਪਾਂ ਬੜੇ ਬੜੀ ਦੱਸ ਚੁੱਕੇ ਹਾਂ ਵੀ ਇਹ ਕਿਹੋ ਜਿਹੇ ਹੋਏ ਆ ਕਿਹਨੇ ਕੀ ਕੀ ਚੋ ਬੈਨੀਫਿਟ ਲਏ ਬੜੀ ਬੜੀ ਤੱਕ ਹੌਲ ਦੇ ਹਰਾਂ ਦੇ ਲੋੜ ਨੇ ਹੂੰ ਹੂੰ ਇਹਨੇ ਇਹਨੇ ਜਿੰਦ ਕਰ ਲਿਆ ਸਾਰਾ ਕੁਝ ਕਰ ਕਰਾ ਕੇ ਪਰ ਕਿਉਂਕਿ ਡਿਊਰ ਪਾਲਿਸੀ ਸੀ ਜੀ ਜੀ ਰਜੀਵ ਲੰਗੋਵਾਲ ਸਮਝਾਉਂਦੇ ਦੇ ਰਾਹੀ ਵੀ ਇਹਨੇ ਕਹਤਾ ਸੀ ਵੀ ਕੋਈ ਗੱਲ ਹੀ ਨਹੀਂ ਜੀ ਹੈ ਜੀ ਤਾਂ ਅਲਟੀਮੇਟਲੀ ਜੇ ਇਹਦਾ ਵਿਰੋਧ ਕੀਤਾ ਜੋ ਦੇਖਿਆ ਕਿ ਜੰਤ ਕਲੈਰ ਦੇ ਰਾਹੀ ਇਹ ਕੰਮ ਨਹੀਂ ਮੁਕਦਾ ਹੂੰ ਹੂੰ ਫਿਰ ਦਾ ਨੇੜੇ ਸਭ ਤੁਹਾਡੇ ਯਾਦ ਹੋਣਾ ਤੀਕ ਮਜ਼ਦੂਰ ਹੈ ਜਿਹੜੇ ਉਹ ਮਾਰਦੇ ਸੀ ਹਾਂ ਉਹਨਾਂ ਦਾ ਵੀ ਕਿਸੇ ਨੇ ਨੋਟਿਸ ਨਹੀਂ ਲਿਆ ਕਿਉਂਕਿ ਗਰੀਬ ਸੀ ਗਰੀਬ ਸੀ ਕਿ ਨਾ ਗਰੀਬਾਂ ਦਾ ਕਾਉਂਟ ਉਹ ਮਜ਼ਦੂਰ ਸੀ ਉਹ ਤੋਂ ਬਾਅਦ ਫਿਰ ਕੀ ਹੋਇਆ ਕਿ ਦੋ ਤਿੰਨ ਵੱਡੇ ਇੰਜੀਨੀਅਰ ਹੂੰ ਹੂੰ ਜਿਹੜੇ ਇਹਨਾਂ ਦੇ ਸਿਖਰਲੇ ਅਫਸਰ ਸੀ ਸਟੇਟ ਲੈਵਲ ਦੇ ਉਹ ਆਪਣੇ ਦਫ਼ਤਰ ਦੇ ਵਿੱਚ ਬੈਠੇ ਸੀ ਤੇ ਇੱਕ ਬੰਦਾ ਜਾ ਕੇ ਉਹਨੂੰ ਗੋਲੀ ਮਾਰਦਾ ਹੈ ਆਪਦੀ ਟੀਮ ਦੇ ਨਾਲ ਉਸੇ ਬਲਵਿੰਦਰ ਸਿੰਘ ਜਟਾਣਾ ਜੀ ਜਿਹੜਾ ਸਿੱਧੂ ਮੂਸੇ ਵਾਲੇ ਨੇ ਜਿਹੜਾ ਦਲ ਖਾਲਸਾ ਵਾਲਾ ਸੀ ਜਿਹੜੇ ਬਲਵਿੰਦਰ ਜਟਾਣੇ ਨੇ ਫਿਰ ਉਹ ਐਸਬੀਐਲ ਦਾ ਗੀਤ ਬੈਨ ਕੀਤਾ ਸੀ ਉਹਦਾ ਬੈਨ ਕਰਨ ਦਾ ਕਾਰਨ ਇਹ ਸੀ ਅਸਲ ਦੇ ਵਿੱਚ ਜੇ ਨਹਿਰ ਰੁਕੀ ਸੀ ਤਾਂ ਉਹਦਾ ਕਰਕੇ ਰੁਕੀ ਸੀ ਹੂੰ ਹੂੰ ਚਲੋ ਗੱਲ ਲੰਬੀ ਨਾ ਹੋਵੇ ਫਿਰ ਕੀ ਹੋਇਆ ਵੀ ਜਦੋਂ ਨਹਿਰ ਰੁਕੀ ਤੇ ਸੁਪਰੀਮ ਕੋਰਟ ਦਾ ਟਿਕਟਕਾ ਹੋ ਗਿਆ ਸੁਪਰੀਮ ਕੋਰਟ ਦਾ 2004 ਚ ਫਿਰ ਫੈਸਲਾ ਗਿਆ ਬਣਾਓ ਨਹਿਰ ਉਸ ਵੇਲੇ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਵੀ ਕੀ ਕਰੀਏ ਤਾਂ ਅਮਰਿੰਦਰ ਸਿੰਘ ਨੇ ਵਾਟਰ ਟਰਮੀਨੇਸ਼ਨ ਐਕਟ ਬਣਵਾਤਾ ਜੀ ਸੁਮੁਤੀ ਆਪੋਜੀਸ਼ਨ ਨੇ ਦਾ ਸਾਥ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਅਮਰਿੰਦਰ ਸਿੰਘ ਦੇ ਨਾਲ ਗਏ ਤੇ ਗਵਰਨਰ ਨੂੰ ਜਾ ਕੇ ਕਿਹਾ ਜੀ ਆ ਬਣਾਤਾ ਸੀ ਜੀ ਇਹ ਵੱਖਰੀ ਗੱਲ ਹੈ ਕਿ ਉਹਦੇ ਧਾਰਾ 5 ਹੈ ਹੂੰ ਹੂੰ ਧਾਰਾ 5 ਦੇ ਰਾਹੀਂ ਇਹ ਕਨਸਟੀਟਿਊਸ਼ਨਲ ਪ੍ਰਬੰਧ ਕਰਤਾ ਕਿ ਰਾਜਸਥਾਨ ਤੇ ਹਰਿਆਣਾ ਨੂੰ ਜਿਹੜਾ ਪਾਣੀ ਜਾਂਦਾ ਉਹ ਜਾਂਦਾ ਰਹੂਗਾ ਜੀ ਨਾ ਮਾਣੀ ਦਿੰਦੇ ਸੀ ਨਾ ਮਾਣੀ ਦਿੰਦੇ ਸੀ ਹਾਂ ਉਹ ਨਾ ਮਾਣੀ ਦਿੰਦੇ ਬੇਸਿਕ ਗੱਲ ਇਹ ਵੀ ਕਲੇਮੇ ਹੋਣਾ ਚਾਹੀਦਾ ਸੀ ਕਿ ਪਾਣੀ ਦਾ ਸਾਰਾ ਸਾਡਾ ਜੀ ਹਰਿਆਣਾ ਸਾਡਾ ਛੋਟਾ ਭਰਾ ਸਾਡੇ ਵਿੱਚੋਂ ਨਿਕਲਿਆ ਜਿੰਨਾ ਹਿੱਸਾ ਇਹਦੇ ਕੋਲ ਜ਼ਮੀਨਾਂ ਸੀ ਉਹਨਾਂ ਦੇ ਦਿਆਂਗੇ ਹੂੰ ਹੂੰ ਤੇ ਬਾਕੀ ਨੂੰ ਜੇ ਅਸੀਂ ਵਾਧੂ ਪਾਣੀ ਦੇਵਾਂਗੇ ਰਾਜਸਥਾਨ ਨੂੰ ਦੇਵਾਂਗੇ ਤੇ ਉਹਦੇ ਵਿੱਚੋਂ ਸਾਨੂੰ ਸਾਰਾ ਮਿਲਣਾ ਚਾਹੀਦਾ ਹੈ ਰੈਲਿਟੀ ਮਿਲੀ ਚਾਹੀਦੀ ਹੈ ਪੈਸਾ ਮਿਲਣਾ ਚਾਹੀਦਾ ਜੀ ਖਰੇ ਗੱਲ ਹੋਈ ਇਹਦਾ ਕਰਕੇ ਹਾਈਕ ਉਹਨਾਂ ਦਿਨਾਂ ਚ ਹਰਿਆਣੇ ਦੀਆਂ ਲਕਸ਼ਣਾ ਆ ਗਿਆ ਸੀ ਅੱਜ ਵਾਂਗੂ ਹਾਈ ਕਮਾਂਡਰ ਨੂੰ ਇਹ ਸੰਕਟ ਖੜਾ ਹੋ ਗਿਆ ਵੀ ਹੁਣ ਹਰਿਆਣੇ ਚ ਮੂੰਹ ਕਿਵੇਂ ਦਿਖਾਵਾਂਗੇ ਹੂੰ ਹੂੰ ਚੌਧਰੀ ਦੇਵੀ لال ਵਗੈਰਾ ਨੇ ਉੱਥੇ ਉਹਨਾਂ ਨੇ ਕਹਿਤਾ ਜੀ ਅਸੀਂ ਤਾਂ ਚੱਕਾਂਗੇ ਫੱਟੇ ਇਹ ਤਾਂ ਮਤਲਬ ਹੀ ਨਹੀਂ ਕੋਈ ਉਹ ਲੋਕਤਲ ਵਾਲੇ ਨੇ ਤਾਂ ਨਤੀਜਾ ਇਹ ਹੋਇਆ ਕਿ ਅਮਰਿੰਦਰ ਸਿੰਘ ਦੇ ਨਾਲ ਹਾਈ ਕਮਾਂਡਰ ਨਾਰਾਜ਼ ਹੋ ਗਈ ਜੀ ਤਾਂ ਉਹ ਜਿਹੜੀ ਨਾਰਾਜ਼ਗੀ ਚਲਦੀ ਚਲਦੀ ਸੀ ਤੇ ਉਹ ਆ ਕੇ ਨਾਰਾਜ਼ਗੀ ਹੋ ਗਈ ਖਤਮ ਹੂੰ ਇਹ ਤਾਂ ਹੋਈ ਕਾਂਗਰਸ ਪਾਰਟੀ ਦੀ ਹਾਲਤ ਉਹਨੂੰ ਇਕੱਠੇ ਕਰਤੇ ਜਿਹੜੇ ਬੰਦੇ ਇੱਥੇ ਆਏ ਸੀ ਜੀ ਉਹ ਅਸਲ ਦੇ ਵਿੱਚ ਇਹ ਨਹੀਂ ਕਿ ਵਿਚਾਰਤਾ ਰਾ ਕਰਕੇ ਆਏ ਸੀ ਹੂੰ ਹੂੰ ਭਾਰਤੀ ਜਨਤਾ ਪਾਰਟੀ ਚ ਉਹਦਾ ਚੰਮ ਬਚਾਉਣਾ ਚਾਹੁੰਦਾ ਸੀ ਵੀ ਕੇਂਦਰ ਦੇ ਵਿੱਚ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਸਾਡੀ ਕਰੂਗੀ ਮਦਦ ਇੱਥੇ ਭਗਵੰਤ ਸਿੰਘ ਮਾਨ ਦੀ ਸਰਕਾਰ ਖਿੱਚੂਗੀ ਭਗਵੰਤ ਸਿੰਘ ਮਾਨ ਨੇ ਕਹਿੰਦਾ ਅੱਕੇ ਬੰਦਾ ਇਹੋ ਜਿਹਾ ਲਾਤਬ ਜੀ ਬਿਜਿਲੈਂਸ ਫਿਰੋਜ਼ਾ ਚੀਫ ਡਾਇਰੈਕਟਰ ਜੀ ਦੇ ਸੇਤੇ ਅਸਲੀ ਕੋਈ ਨਹੀਂ ਨਾ ਠੰਡ ਦੀ ਨਾ ਗਰਮੀ ਦੀ ਨਾ ਤੱਤੇ ਦੀ ਨਾ ਠੰਡੇ ਦੀ ਉਹ ਆਪ ਦੀ ਆਪ ਦੀ ਮਤਲਬ ਚੱਲ ਚੱਲੀ ਹੁੰਦੇ ਤੇ ਦੱਬੀ ਹੁੰਦੇ ਸੀ ਜਦੋਂ ਫੜਾਫੜਾਈ ਸ਼ੁਰੂ ਹੋਗੀ ਕੋਈ ਇਹਨਾਂ ਦੀ ਮਦਦ ਤੇ ਨਾ ਬੋੜਿਆ ਮਦਦ ਤੇ ਨਾ ਬੋੜਿਆ ਚਾਪ ਇਹ ਐ ਵੀ ਕਿਸਾਨ ਅੰਦোলন ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਦੀ ਪਿੰਡੂ ਲੋਕਾਂ ਦੀ ਨਫਰਤ ਦਾ ਪਾਤਰ ਬਣੀ ਵੀ ਹੈ ਜਿੱਦਰ ਨੂੰ ਇਹ ਜਾਂਦੇ ਸੀ ਇਹਨਾਂ ਨੂੰ ਆਪਣੇ ਕਮਾਂਡੋਜ਼ ਦੀ ਸਕਿਉਰਿਟੀ ਦਾ ਦੇਤੀ ਪਰ ਲੋਕ ਕਰਦੇ ਸੀ ਟਿਚਰਾਂ ਥੁੱਕਦੇ ਸੀ ਕਦੇ ਕੁਝ ਕਰਦੇ ਸੀ ਕਦੇ ਕੁਝ ਕਰਦੇ ਸੀ ਹੁਣ ਦੇਖਿਆ ਵੀ ਗੱਲ ਤਾਂ ਕੋਈ ਬਣਦੀ ਨਹੀਂ ਅੱਗੇ ਚੋਣਾਂ ਆਉਦੀਆਂ ਤੇ ਭਾਰਤੀ ਜਨਤਾ ਪਾਰਟੀ ਨੇ ਪੈਟ ਨਹੀਂ ਇਹ ਤਾਂ ਲੱਗਣੀ ਨਹੀਂ ਇੱਥੇ ਬੇਤਰੇ ਕਿ ਇਧਰ ਉੱਪਰ ਚਲੇ ਗਈ ਜੀ ਉਹ ਤਾਂ ਵਾਪਸ ਚਲੇਗੀ ਜੇ ਉਹਨਾਂ ਦੀ ਗੱਲ ਹੋ ਗਈ ਇਧਰ ਹੁਣ ਆ ਪਾ ਆਵਾਦਵੀ ਪਾਰਟੀ ਦੀ ਲੈ ਲੀਏ ਗੱਲ ਤੇ ਆਵਾਦਵੀ ਪਾਰਟੀ ਦਾ ਵੀ ਹਾਲ ਹੋਈ ਹੈ ਉਹੀ ਹੈ ਆਵਾਦਵੀ ਪਾਰਟੀ ਪਾਰਟੀ ਨਹੀਂ ਹੈ ਹੂੰ ਇਹ ਵੀ ਕਪਲੈਰੀ ਕਹਾ ਲਹਿਰ ਹੀ ਕਹਦੇ ਨੇ ਇਹ ਲਹਿਰ ਸੀ ਲਹਿਰ ਸੀ ਪੈਦਾ ਹੋਈ ਨਫ਼ਰਤ ਜੋ ਹੂੰ ਜਿਹੜੀ ਨਫ਼ਰਤ ਜਿਹੜੀਆਂ ਰਵਾਇਤੀ ਪਾਰਟੀਆਂ ਲੋਕਾਂ ਦੀ ਉਹਨਾਂ ਨਾਲ ਲੋਕਾਂ ਨੇ ਕਹਿੰਦਾ ਇਹਨਾਂ ਨੂੰ ਲਾਹੋ ਯਾਰ ਇਹਨਾਂ ਨੂੰ ਦਿਖਾਓ ਰੰਗ ਜਿਹੜਾ ਮਰਜੀ ਆ ਜੀ ਇਹ ਪਾਰਟੀ ਨੂੰ 92 ਸੀਟਾਂ ਦਿੱਤੀਆਂ 92 ਸੀਟਾਂ ਦੇਣ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਸਾਡੀ ਇੱਕ ਵੱਖਰੀ ਨਿਆਰੀ ਪਾਰਟੀ ਹੈ ਅਸੀਂ ਆ ਨਹੀਂ ਕਰਾਂਗੇ ਆ ਨਹੀਂ ਕਰਾਂਗੇ ਆ ਨਹੀਂ ਕਰਾਂਗੇ ਹਣ ਦਾਨੀ ਵਾਲੀ ਹਸਾਬ ਜਦੋਂ ਕੋਈ ਆ ਜਾਂਦੀ ਹੈ ਚੋਣ ਬੰਦੇ ਕਿੱਥੋਂ ਲੈ ਕੇ ਹਣ ਹਾਂ ਬੰਦੇ ਤਾਂ ਹੈ ਨਹੀਂ ਹੈ ਨਹੀਂ ਜਾਂ ਤਾਂ ਬੰਦੇ ਕਾਟਰੀ ਹੈ ਨਹੀਂ ਜਦੋਂ ਜਾਂ ਤਾਂ ਜਮਾ ਬੰਦੇ ਉਹ ਆਗੇ ਜਿਨ੍ਹਾਂ ਨੂੰ ਮਤਲਬ ਹੈ ਵੀ ਜਿਹੜੇ ਪਾਰਟੀ ਦੇ ਵਰਕਰ ਜ਼ਰੂਰ ਹੈ ਵਲੰਟੀਅਰ ਜ਼ਰੂਰ ਹੈ ਹਾਂ ਹਾਂ ਲੇਕਿਨ ਉਹਨਾਂ ਦੇ ਕੋਲ ਕੋਈ ਰਾਜਸੀ ਤਜਰਬਾ ਨਹੀਂ ਨਾ ਉਹਨਾਂ ਦੇ ਕੋਲ ਕੋਈ ਪ੍ਰਸ਼ਾਸਨਿਕ ਬੰਦੇ ਉਹਦਾ ਗਾਲਾਂ ਕੱਢਣ ਲੱਗ ਪੈਂਦੇ ਉਹਦਾ ਗਾਲਾਂ ਲੜ ਪੈਂਦੇ ਹਾਂ ਹਾਂ ਜਾਂ ਜਿਹੜੇ ਆਏ ਆ ਕੁਸ ਖਾਲੀਆਂ ਚੋਂ ਆਗੇ ਤੇ ਕੁਸ ਕਾਂਗਰਸੀਆਂ ਚੋਂ ਆਗੇ ਉਹ ਹੈ ਤੇ ਜਦੋਂ ਉਹ ਹੁਣ ਕੋਈ ਨਾ ਕੋਈ ਇਮਤਿਹਾਨ ਆ ਜਾਂਦਾ ਉਦੋਂ ਕੀ ਕਰਨ ਹੁਣ ਮਿਸਾਲ ਦੇ ਤੌਰ ਤੇ ਭਗਵੰਤ ਸਿੰਘ ਮਾਨ ਸੰਗਰੂਰ ਖਾਲੀ ਹੋ ਗਿਆ ਹੂੰ ਹੂੰ ਉੱਥੇ ਹੈਗੀ ਇਲੈਕਸ਼ਨ ਜੀ ਤੇ ਸੰਗਰੂਰ ਦੇ ਵਿੱਚ ਜਿਸ ਬੰਦੇ ਨੂੰ ਇਹਨਾਂ ਨੇ ਟਿਕਟ ਦਿੱਤੀ ਹੂੰ ਉਹਦਾ ਨਾਂ ਗੁਰਮੇਲ ਸਿੰਘ ਸਰਪੰਚ ਅੱਛਾ ਹੈ ਕਰਾਚੋ ਪਿੰਡ ਦਾ ਸਰਪੰਚ ਸੀ ਉਹ ਹੂੰ ਸਰਪੰਚ ਨੂੰ ਟਿਕਟ ਦਿੱਤੀ ਚਾ ਕੇ ਇੱਕ ਪਾਸੇ ਸਰਪੰਚ ਜਿਹਨੂੰ ਪਹਿਲਾਂ ਤਾਂ ਆਪਣੀ ਇਹ ਦੱਸਣਾ ਪੈਣਾ ਕਿ ਮੇਰਾ ਭਾਈ ਰੁਤਵਾ ਕਿੱਡਾ ਕਬੜਾ ਕੱਦ ਮੇਰਾ ਕਿੱਡਾ ਹੈ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਦਿਓ ਕੱਦ ਬੰਦਾ ਸਿਮਰਜੀਤ ਸਿੰਘ ਮਾਨ ਦੀデアਸੀ ਕਾਂਗਰਸ ਕਾਂਗਰਸਾ ਵੀ ਆ ਗਿਆ ਬੀਬੀ ਵੀ ਆ ਗਈ ਰਾਜੂਵਾਨਾ ਸਾਹਿਬ ਦੀ ਭੈਣ ਨਾ ਤਾਂ ਸੀਗਾ ਨਾ ਤਾਂ ਸੀਗਾ ਉਹਦਾ ਪਰ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਵੀ ਪਾਰਟੀ ਹੈਨੀ ਪਰ ਉਹਦਾ ਮਾਂ ਨਾ ਇਹਦਾ ਬੜਾ ਹੈ ਕਿ ਜਦੋਂ ਕੰਪੇਅਰ ਕਰਦਾ ਅਗਲਾ ਕਹਿੰਦਾ ਯਾਰ ਇਹਨਾਂ ਸਾਰਿਆਂ ਨੂੰ ਤਾਂ ਫਿਰ ਆਹੀ ਚਗੇ ਸਿਮਰਜੀਤ ਸਿੰਘ ਮਾਨ ਉੱਥੇ ਜਿੱਤ ਗਿਆ ਤੇ ਇਹਨਾਂ ਦਾ ਬੰਦਾ 5000 ਤੇ ਹਾਰ ਗਿਆ ਸੰਗਰੂਰ ਤੋਂ 5000 ਤੇ ਹਾਰਨ ਦਾ ਮਤਲਬ ਤਿੰਨ ਕ ਮਹੀਨੇ ਬਾਅਦ ਬਹੁਤ ਮਤਲਬ ਜਿਹੜਾ ਹੈਗਾ ਉਹ ਘਾਤਕ ਸੀ ਆ ਬਾਦ ਵਿੱਚ ਪਾਰਟੀਆਂ ਸਨ ਫਿਰ ਸੋਚਿਆ ਵੀ ਹੁਣ ਕੀ ਕਰੀਏ ਅੱਗੇ ਜਲੰਧਰ ਵਾਲੀ ਬਾਈ ਇਲੈਕਸ਼ਨ ਆ ਗਈ ਚੌਧਰੀ ਸੰਤੋਖ ਸਿੰਘ ਚਲੇ ਗ ਉੱਥੇ ਇਹਨਾਂ ਦੇ ਕੋਲੇ ਵੀ ਨਾ ਆਪਦੇ ਕੋਲ ਤਾਂ ਬੰਦਾ ਹੈ ਨਹੀਂ ਹੂੰ ਇਹ ਜਿਹੜਾ ਹੈਗਾ ਸੁਸ਼ੀਲ ਰਿੰਕੂ ਜੀ ਇਹ ਕਾਂਗਰਸ ਪਾਰਟੀ ਦਾ ਇੱਕ ਚੰਗਾ ਤਕੜਾ ਦਲਤਾਕੂ ਸੀ ਹੂੰ ਹੂੰ ਇਹ ਯਾਦ ਹੁਣਾ ਤੁਹਾਡੇ ਜਦੋਂ ਛੜ ਛੜ ਕੇ ਸਾਰੇ ਜਾ ਰਹੇ ਸੀ ਨਾ ਹੂੰ ਹੂੰ ਉਦੋਂ ਜਿਲੰਦਰ ਦੇ ਕਾਂਗਰਸ ਅਫਸਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਹੂੰ ਹੂੰ ਤੇ ਸੁਸ਼ੀਲ ਰਿੰਕੂ ਨੇ ਰਾਜੇਪੁਰੇ ਨੂੰ ਖੁਸ ਸੁਝਾ ਦਿੱਤਾ ਸੀ ਹੂੰ ਕਹਿੰਦਾ ਜੀ ਇੱਥੇ ਇੱਕ ਕੰਧ ਬਣਾ ਦਿਓ ਹਾਂ ਤੇ ਕੰਧ ਤੇ ਬਣਾ ਦਿਓ ਫੋਟਮਾ ਅੱਛਾ ਜਿਹੜੇ ਬੰਦੇ ਛੜ ਛੜ ਕੇ ਗਏ ਐ ਤੇ ਇਹਨਾਂ ਦੇ ਨਾਲ ਹੀ ਤਾਂ ਮਾਰਿਆ ਕਰੋ ਛਤਰ ਹਾਂ ਨਾਲ ਹੀ ਕਹਿ ਕਰੋ ਗਦਾਰ ਅੱਛਾ ਇਦੂ ਆਮ ਆਦਮੀ ਪਾਰਟੀ ਵਾਲੇ ਨੇ ਮੈਨੂੰ ਕਿਹਨੂੰ ਖੜਾ ਕਰੀ ਗਏ ਕਿਉਂਕਿ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦਾ ਇੱਕ ਆਪਦਾ ਨਾਂ ਸੀ ਅਖੀਰ ਕਰ ਕਰਾ ਕੇ ਜਦੋਂ ਆਫਸਰਾਂ ਆਫਸਰਾਂ ਨਾਲ ਗੱਲਬਾਤ ਕੀਤੀ ਕਿਸੇ ਨੇ ਕਿਹਾ ਤਾਂ ਵੀ ਆ ਦਮੰਗ ਬਤਾਏ ਇਹਨੂੰ ਲੈ ਲਉ ਉਹ ਕਾਂਗਰਸ ਪਾਰਟੀ ਚੋਂ ਲੈ ਲਿਆ ਹੁਣ ਬੰਦਾ ਕਾਂਗਰਸ ਪਾਰਟੀ ਚੋਂ ਹੁਣ ਫੋਟੋ ਵਾਹ ਛਪੀ ਨਹੀਂ ਸੀ ਅਜੇ ਅਜੇ ਫੋਟੋ ਦੀ ਛਪ ਛਪੀ ਨਹੀਂ ਸੀ ਅੱਛਾ ਲੈ ਲਿਆ ਉਹਨੂੰ ਉਹ ਹਾਰਿਆ ਸੀ ਪਹਿਲਾਂ ਕੀ ਤੂੰ ਹਾਰਿਆ ਸੀ ਉਂਗਰਾਲ ਤੋਂ ਉਂਗਰਾਲ ਤੋਂ ਉਂਗਰਾਲ ਤੋਂ ਜਿਹੜਾ ਹੈਗਾ ਸतीश ਸ਼ੰਗਰਾਲ ਇਹ ਸੁਸ਼ੀਲ ਸੀ। ਹੂੰ। ਉਂਗਰਾਲ ਤੋਂ ਹਾਰਿਆ ਸੀ ਤੇ ਉਂਗਰਾਲ ਦੀ ਜਿਹੜੀ ਸਰਵਡਵੀ ਦੁਸ਼ਮਣ ਉਹਦੇ ਨਾਲ। ਹੂੰ। ਚਲੋ ਜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਦੋਨੋਂ ਬਹਤਾ ਬਹਾ ਕੇ ਵੀ ਕੋਈ ਨੁਕੀ ਨ ਗਿਲੇ ਸ਼ਿਕਵੇ ਦੂਰ। ਜਾਨਿਆ ਲਗੇ ਸਾਹਿਬ ਜਿਹੜਾ ਮੰਲੋ ਮੱਲੀ ਦਾ ਸਿਰ ਨਰਨਾਵਾ ਕੀਤਾ ਜਾਂਦਾ ਨਾ ਹੁੰਦਾ ਹੁੰਦਾ ਨਹੀਂ ਨਾ ਉਹ ਹੁੰਦਾ ਨਹੀਂ। ਹੂੰ। ਚਲੋ ਉਹਨੇ ਕਿਹਾ ਜੀ ਹੁਣ ਮਦਦ ਤਾਂ ਕਰਨੀ ਪੈਣੀ ਏ ਆਪਦੀ ਸੀਟ ਤੋਂ ਜੇ ਘਟ ਗਈਆਂ ਵੋਟਾਂ ਤੇ ਇਹਨਾਂ ਨੇ ਦਾਣਾ ਪਾਣੀ ਬੰਦ ਕਰ ਦੇਣਾ ਪ੍ਰਸ਼ਾਸਨ ਨੂੰ ਕਹਿ ਦੇਣ ਦੀ ਗੱਲ ਨਹੀਂ ਸੁਣਨੀ ਮਦਦ ਵੀ ਕੀਤੀ। ਮਦਦ ਕਰਨ ਤੋਂ ਬਾਅਦ ਰਿੰਕੂ ਸਾਹਿਬ ਪਾਰਲੀਮੈਂਟ ਦੇ ਮੈਂਬਰ ਬਣ ਗਏ ਤੇ ਤੁਹਾਡੇ ਯਾਦ ਹੋਣਾ ਫਿਰ ਉਹਨੇ ਕਹਿੰਦਾ ਜੀ ਵੇਖੋ ਸਾਡੇ ਕੋਲੇ ਤਾਂ ਅਸੀਂ ਹੁਣ 100 ਹੋ ਗਏ ਹੂੰ ਹੂੰ 92 ਉਹ ਸਤ ਰਾਜਸਵਾਲੇ 92 ਤੇ 99 ਤੇ ਇੱਕ ਪਾਰਲੀਮੈਂਟਾਂ ਦਾ 100 ਬੰਦਾ ਹੈ ਕਹਿੰਦੇ ਸਾਡਾ ਚੁਣ ਹੋਇਆ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਹਾਂ ਹਾਂ ਉਹਨੇ ਜੀ ਉੱਥੇ ਆ ਕੇ ਫਿਰ ਉਹ ਜਿਹੜੇ ਨਿੱਕੇ ਮੋٹے ਬਲ ਸੀ ਉਹਨੇ ਕਿ ਬਲ ਕੱਢੀਏ ਹੁਣ ਹੂੰ ਉਹਨੇ ਬਲ ਕੱਢਨੇ ਸ਼ੁਰੂ ਕਰਤੇ ਰਿੰਕੂ ਨੇ ਰਿੰਕੂ ਨੇ ਪਾਰਲੀਮੈਂਟ ਦਾ ਮੈਂਬਰ ਹੈ ਹਾਂ ਉਹਨੇ ਪ੍ਰੈਸ ਲਾ ਕੇ ਜਦੋਂ ਵੀ ਕੱਪੜੇ ਚੋਂ ਬਲ ਕੱਢਦੇ ਉਹ ਕੁਝ ਦਿਨ ਤਾਂ ਉਹਨੇ ਸੌਖਾ ਸੌਖਾ ਚੱਲਿਆ ਅੱਛਾ ਫਿਰ ਅੰਦਰਖਾਤੇ ਵਿਰੋਧ ਜਾਂ ਹੋਣ ਲੱਗੇ ਵੀ ਕਿਵੇਂ ਕਰੀਏ ਜਿਹੜੇ ਨਾਲ ਦੇ ਬੰਦੇ ਸੀ ਉਹ ਤੋੜਨੇ ਸ਼ੁਰੂ ਕਰਤੇ ਜਿਹੜਾ ਨਹੀਂ ਸੀ ਹੁੰਦਾ ਉਹ ਕਿਦੇ ਤੇ ਪਰਚਾ ਇਹ ਲਿਆ ਮੈਂ ਨਾ ਉਹ ਗੁਰਾਲਦਾ ਵੀ ਮੇਰੇ ਬੰਦਿਆਂ ਤੇ ਇਹ ਕਰਕੇ ਅਖੀਰ ਦੀ ਕਰ ਕਰਾ ਕੇ ਉਹ ਕਹਿੰਦਾ ਵੀ ਹਾਲਤ ਇਹ ਬਣ ਗਈ ਵੀ ਜਿਹੜਾ ਬੰਦਾ ਮੇਰੇ ਨਾਲ ਬੋਲਦਾ ਚੱਲਦਾ ਉਹਦੇ ਰਗੜੇ ਕੱਢੀ ਜਾਂਦਾ ਹੂੰ ਉਹ ਹੁਣ ਦੀ ਲਾਈਵ ਹੋ ਗਿਆ ਹੂੰ ਲਾਈਵ ਹੋ ਕੇ ਉਹ ਕਹਿੰਦਾ ਵੀ ਤੂੰ ਜਿਹੜਾ ਜੋਰ ਲਗਦਾ ਤੈਥੋਂ ਲਾ ਲਾ ਤੂੰ ਤਾਂ ਸਾਡੀ ਪਾਰਟੀ ਨੂੰ ਬਰਬਾਦ ਕਰਨਾ ਹੈ ਹਾਂ ਹਾਂ ਤੂੰ ਤਾਂ ਉੱਠ ਚੱਡਿਆ ਮੈਂ ਹਾਂ ਤੂੰ ਤਾਂ ਉੱਠ ਸਾਡੀ ਪਾਰਟੀ ਨੂੰ ਤੂੰ ਬਰਬਾਦ ਕਰਨਾ ਹੈ ਉਹਨੇ ਜੀ ਪੂਰਾ ਜਿੰਨਾ ਉਥੋਂ ਪੜਾਸ ਨਿਕਲਦੀ ਸੀ ਕੱਢੀ ਉਹਨੇ ਮੈਂ ਇਥੋਂ ਤਾਂ ਹੋ ਮਤਲਬ ਯਾਦ ਵੀ ਨਹੀਂ ਹੁਣ ਵੀ ਉਹਨੇ ਕੀ ਕੁਝ ਕਿਹਾ ਸੀ ਬਸ ਇੰਨੀ ਗੱਲ ਕਹ ਲੈ ਵੀ ਤੈਨੂੰ ਤਾਂ ਛੱਪਰ ਚਵਾੜਿਆ ਜੀ ਨਾਲ ਦੀ ਲੱਗ ਹਾਤੀਲਾ ਤੀਲਾ ਕਰਨਾ ਸੀ ਵੀਦਾਂ ਤੂੰ ਬੜਿਆ ਹੋਇਆ ਹਾਂ ਉਹ ਤੇ ਦੂਜੇ ਪਾਸੇ ਜਿਹੜਾ ਜੀ ਉਹਨੇ ਕਰਤਾ ਨਾਲ ਉਹਨੇ ਕਿਹਾ ਵੀ ਮੈਂ ਤੇਰੀ ਮਦਦ ਤਾਂ ਨਹੀਂ ਸੀ ਕਰਨੀ ਹਾਂ ਪਰ ਤੇਰੀ ਜਿਹੜੀ ਘਰ ਵਾਲੀ ਹੈ ਨਾ ਉਹ ਦੇਵਤਾ ਪੁਰਸ਼ ਹੈ ਅੱਛਾ ਉਹ ਕਹਿੰਦਾ ਜਿਹੜੀ ਬਹੁਤ ਮਤਲਬ ਲਿਆਕਤਾਲੀ ਬੀਬੀ ਆ ਉਹ ਆਈ ਮੇਰੇ ਕੋਲੇ ਤੇ ਉਹਨੇ ਜਦੋਂ ਕਿਹਾ ਤੇ ਮੈਂ ਉਹਦੀ ਵਜ੍ਹਾ ਕਰਨ ਤੇਰੀ ਮਦਦ ਕਰ ਸਕਦਾ ਮੇਰਾ ਖਿਆਲ ਵੀ ਘਰ ਚ ਵੀ ਤੀਲੀ ਲਾਰੇ ਲਾਰੇ ਹਾਂ ਅਸਤੀ ਚੰਗਰਾਲ ਵੀ ਅਪਾਰਟਮੈਂਟਾ ਗੋਡਾਂਗੀ ਕੋ ਬੈਂਦੋਨੀ ਵੀ ਮੈਂ ਤਾਂ ਤੇਨੂੰ ਜਿਤਾਇਆ ਹਾਂ ਮੈਂ ਤੇਨੂੰ ਜਿਤਾਇਆ ਤੇ ਉਹ ਕਹਿੰਦਾ ਤੂੰ ਜੋਰ ਲਾ ਲੈ ਜਿਹੜਾ ਕਹਿੰਦਾ ਮੇਰੇ ਜਿੰਨੇ ਮੇਰੇ ਕੈਂਡੀਡੇਟ ਹੈਗੇ ਮੈਂ ਬਣਾਏ ਕਾਰਪੋਰੇਸ਼ਨ ਦੇ ਉਹਨਾਂ ਦਾ ਹਾਲ ਮਾਣ ਇਹ ਹੋ ਗਿਆ ਜੀ ਮਾਮਲਾ ਇਕਤਾ ਉਹ ਤੇ ਦੂਜੇ ਪਾਸੇ ਇੱਕ ਹੋਰ ਹੋ ਗਿਆ ਅੱਛਾ ਜੀ ਆ ਤੁਹਾਡੇ ਯਾਦਵੀ 14 ਤਾਰੀਖ ਨੂੰ ਹੀ ਸੀਗੀ ਬਰਸੀ ਹਾਂਜੀ ਬਾਈਬਲ ਕਲਾ ਹਾਂਜੀ ਆਲੇ ਮਾ ਆਏ ਸੀਗਾ ਆਪਣਾ ਕੀ ਕਹਿੰਦੇ ਆ ਕੁੰਮਰ ਵਿਜੇ ਪ੍ਰਤਾਪ ਜੀ ਉਹ ਕਹੇ ਨਿਆਮੀ ਵਾਲਾ ਕੁਝ ਬੋਲ ਗਿਆ ਨਿਆਮੀ ਵਾਲੇ ਨਾਲ ਉਹ ਜਿਹੜੀ ਆ ਕੇ ਜਿਹੜੀ ਉਹ ਗੱਲ ਕਹੀ ਹੈ ਜਿਹੜੀ ਉਹਨੇ ਤਾਂ ਸਭ ਤੋਂ ਗੱਲ ਖਤਰਨਾਕ ਕਹਿਦੀ ਉਹਦੇ ਦੀ ਮੇਰਾ ਟੈਲੀਫੋਨ ਟੇਪ ਹੁੰਦਾ ਏ ਬੰਦਾ ਹਾਂ ਰੂਲਿੰਗ ਪਾਰਟੀ ਦੇ ਐਮ ਐਲ ਏ ਵੱਲੋਂ ਇਹ ਜਾਂ ਲਾਉਣੇ ਵੀ ਸਾਡੀ ਸਰਕਾਰ ਹੋਵੇ ਤੇ ਮੇਰਾ ਟੈਲੀਫੋਨ ਟੇਪ ਹੁੰਦਾ ਤੇ ਇਹਦਾ ਮਤਲਬ ਫਿਰ ਸਾਰੀ ਆਪੋਜੀਸ਼ਨ ਨਹੀਂ ਹੁੰਦਾ ਫਿਰ ਤਾਂ ਹੈ ਹੀ ਕੋਈ ਨਹੀਂ ਉਹਦੇ ਤੇ ਅਜੇ ਤੱਕ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ। ਅੱਛਾ ਜਮਾ ਨਹੀਂ ਆਇਆ। ਜਮਾ ਨਹੀਂ ਆਇਆ ਵੀ ਉਹ ਕੀ ਕਰਨ ਤੇ ਕਿਵੇਂ ਕਰਨ ਉਹਨੂੰ ਕੀ ਕਰੇ? ਕਿਵੇਂ ਰੋਕਣ? ਅੱਛਾ ਨਾ ਹੁਣ ਉਹਦੇ ਤੇ ਇਲਜ਼ਾਮ ਲਾ ਸਕਦੇ ਵੀ ਉਹ ਕਰਾਪਟ ਹੈ। ਇਹ ਵੀ ਨਹੀਂ ਕਹਿ ਸਕਦੇ। ਇਹ ਵੀ ਨਹੀਂ ਕਹਿ ਸਕਦੇ। ਨਾ ਉਹਦੇ ਤੇ ਕੋਈ ਖਹਿਰੇ ਵਾਂਗੂ ਮੁਕਰ ਵੀ ਨਹੀਂ ਸਕਦੇ। ਨਾ ਨਾ ਮੁਕਰ ਵੀ ਨਹੀਂ ਸਕਦੇ। ਉਹ ਬੰਦਾ ਹੁਣ ਜਿੱਥੇ ਉਹਨੇ ਆ ਕੇ ਜਿਹੜਾ ਇੱਕ ਸੰਕਟ ਖੜਾ ਕਰਤਾ ਸਾਲ ਡੂੜ ਹੋਇਆ। ਹੂੰ ਹੂੰ। ਬੰਦੇ 99 ਸੀ। ਹੂੰ ਹੂੰ। ਇਹਨਾਂ ਨੇ ਪਹਿਲਾਂ ਰੌਲਾ ਪਾਦਾ ਸੀ ਕਹਿੰਦੇ ਜੀ ਸਾਡੇ ਬੰਦੇ ਨੂੰ ਤਾਂ ਉਸ ਆਪਰੇਸ਼ਨ ਲੋਟਸ ਰਾਹੀਂ ਭਾਜੀਪੀ ਵਾਲੇ ਖਰੀਦੇ। ਆ ਪਿੱਛੇ ਜੇ ਬਾਜਬਾਦ ਸਾਹਿਬ ਨੇ ਵੀ ਕਹਿਤਾ ਸੀ ਜੀ ਵੀ 32 ਸਾਡੇ ਸੰਪਰਕ ਚ ਹੈ 18 ਸਾਡੇ ਕੋਲੇ 50 ਬਣ ਕੇ ਤੇ ਕੌਣ ਰਹਿੰਦੇ ਹੁਣ ਉਹ ਨੌ ਤਾਂ ਪਤਾ ਨਹੀਂ ਆਉਣਗੇ ਕਿ ਨਹੀਂ 32 ਸੰਪਰਕ ਚ ਹੈ ਜਾਂ ਨਹੀਂ ਹੈ ਲੇਕਿਨ ਜਿਹੇ ਜੀ ਕੁਸਰਮਸਰ ਸ਼ੁਰੂ ਹੋਗੀ ਜੀ ਚਾਂਦਮਾਰੀ ਵੀ ਸ਼ੁਰੂ ਹੋਗੀ ਤੇ ਇਲਜ਼ਾਮ ਲੱਗਣੇ ਵੀ ਸ਼ੁਰੂ ਹੋਵੇ ਉਹ ਫਿਰ ਉਹੀ ਆ ਵੀ ਸੁਖਣੀ ਬਾਹਰਲੇ ਵੇੜੇ ਕੁੱਤੀਆਂ ਭੌਂਕਦੀਆਂ ਭੌਂਕਦੀਆਂ ਭੌਂਕਣੀਆਂ ਜਰੂਰ ਟੈਲੀਗ੍ਰਾਫ ਵੱਜਣ ਲੱਗੀਆਂ ਜੀ ਅੱਛਾ ਟਲੋਸਾ ਆਪਣੀ ਗੱਲ ਵਿਚਾਲੇ ਜੀ ਰਹਿ ਗਈ ਹੁਣ ਜਿਹੜੇ ਕਾਂਗਰਸ ਵਾਲੇ ਵਾਪਸ ਆ ਗਏ ਹਾਂਜੀ ਇਧਰ ਉਧਰੋ ਗੇੜੇ ਗੂੜੇ ਖਾ ਕੇ ਆ ਗਏ ਇਹ ਕੀ ਹੁਣ ਸੋਚ ਕੇ ਆ ਵੀ ਇੱਥੇ ਕਾਂਗਰਸ ਚ ਕੁਝ ਵਟਿਆ ਜਾਊ ਜਾਂ ਨਹੀਂ ਵਟਿਆ ਜਾਊ ਕਿਉਂਕਿ ਇਹੀ ਰਾਜਾ ਬੜਿੰਗ ਕਹਿੰਦਾ ਸੀ ਜਿਹੜੇ ਛੱਡ ਕੇ ਗਏ ਇਹਨਾਂ ਨੂੰ ਮੁੜ ਕੇ ਟਿਕਟਾਂ ਨਹੀਂ ਦਿੰਦੇ ਸੀ ਰਾਜਾ ਬੜਿੰਗ ਵੀ ਕਹਿੰਦਾ ਸੀ ਸੁਖੀ ਰੰਦਾਵਾ ਵੀ ਕਹਿੰਦਾ ਸੀ ਪ੍ਰਤਾਪ ਬਾਜਵਾ ਵੀ ਕਹਿੰਦਾ ਸੀ ਅਜੀ ਠਲਾ ਸੀ ਠਲਾ ਸੀ ਅੱਛਾ ਹੁਣ ਇਹ ਵੀ ਰਾਜਾ ਬੜਿੰਗ ਤਾਂ ਖੁਸ਼ੀ ਨਹੀਂ ਨਾ ਥੀ ਖੁਸ਼ ਹੈ ਨਹੀਂਗਾ ਨਾ 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 ਰਾਜੇ ਬੜਿੰਗ ਜੀ ਤੁਸੀਂ ਬਾਡੀ ਲੈਂਗੁਏਜ ਦੇਖੋ ਜਦੋਂ ਖੜੇ ਸੀ ਹਾਂ ਉਹ ਮੱਚਿਆ ਪਿਆ ਸੀ ਪ੍ਰਤਾਪ ਬਾਜਵਾ ਜੀ ਮਗਰ ਜੇ ਮੂੰਹ ਜਿਆ ਇੰਨਾ ਕੀ ਦਿਖਾਉਂਦਾ ਸੀ ਹਾਂ ਉਹ ਚਰੋ ਕੀਤਾ ਕਰਾਇਆ ਸੀ ਵੀ ਜਿਹੜੇ ਨਵੇਂ ਲਿਆਉਣ ਉਹਦੇ ਚ ਹੁਣ ਇਹ ਆ ਗਿਆ ਵੀ ਤੁਸੀਂ ਆਇਆ ਕਰੋ ਵੀ ਉਹ ਕਹਿੰਦੇ ਵੀ ਸਾਾਨੂੰ ਪੁੱਛੇ ਤੋਂ ਵਗੈਰ ਕਿਉਂ ਕਰ ਲਿਆ ਹੂੰ ਜਿਹੜੀ ਮੀਟਿੰਗ ਹੋਈ ਬੁਲਾਇਆ ਕੀਤਾ ਸਾਰਾ ਉਹ ਤਾਂ ਬੇਨੂ ਗਪਾਲ ਨੇ ਬੁਲਾਇਆ ਬੇਨੂ ਗਪਾਲ ਨੇ ਬੇਨੂ ਗਪਾਲ ਨਾਲ ਸਾਰੀ ਗੱਲ ਕਰਤੀ ਉਹ ਉਹ ਕਹਿੰਦੇ ਆਇਆ ਕਰੋ ਚੰਡੀਗੜ੍ਹ ਇੱਕ ਫੰਕਸ਼ਨ ਕਰ ਲਓ ਹਾਂ ਚੰਡੀਗੜ੍ਹ ਵੀਰ ਲਾ ਲਓ ਹੂੰ ਰਾਜੀ ਬੜਿੰਗ ਨੇ ਕਹਿੰਦੇ ਇਹ ਵੀ ਕਹਿੰਦਾ ਸੀ ਵੀ ਚਾਰ ਪ੍ਰਧਾਨਾਂ ਨੇ ਮੈਨੂੰ ਅਸਤੀਫੇ ਦੇਤੇ ਹਾਂ ਤੇ ਉਹ ਮੇਰੇ ਕੋਲੇ ਅਸਤੀਫੇ ਜੀ ਉਹਨਾਂ ਦੇ ਹਾਂ ਉਹ ਫਿਰ ਉਹਨੇ ਕਹਤਾ ਨਹੀਂ ਬੰਦਿਆਂ ਦੀ ਲੋੜ ਹੈ ਇਹ ਅਸਲ 'ਚ ਦਾਨੇ ਵਾਲਿਆ ਸਾਹਿਬ ਪਤਾ ਕੀ ਹੈ ਵੀ ਇੱਥੇ ਪ੍ਰਧਾਨਪੁਰ ਤੋਂ ਕੁਝ ਹੋਰ ਹੁੰਦੇ ਹਾਂ ਹਾਂ ਜਦੋਂ ਮੌਕਾ ਆਉਂਦਾ ਉਹਦੇ ਕੁਝ ਹੋਰ ਹੁੰਦੇ ਆ ਆਮ ਤੌਰ 'ਤੇ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਇਹ ਹੁਣ ਇੱਕ ਧਾਰਨਾ ਬਣ ਗਈ ਵੀਨੇਬਿਲਟੀ ਵੀਨੇਬਿਲਟੀ ਹੈ ਕੌਣ ਜਿੱਦਦਾ ਤੇ ਕੌਣ ਹਾਰਦਾ ਹੁਣ ਇਹਨਾਂ ਦੇ ਵਿੱਚ ਜਿਹੜੀਆਂ ਇਹ ਸਵਾਰੀਆਂ ਹੈ ਇਹਨਾਂ ਦੇ ਵਿੱਚ ਇੱਕ ਦੋਾਂ ਤੋਂ ਬਗੈਰ ਮੈਨੂੰ ਤਾਂ ਕੋਈ ਵੀਨੇਬਿਲਟੀ ਵਾਲਾ ਨਹੀਂ ਦਾ ਨਹੀਂ ਜਿਸ ਜਿਹਦੇ ਮਤਲਬ ਜਿਹੜਾ ਕੁਚਨੌਤੀ ਦੇ ਸਕੇ ਆਪਦਾ ਵੋਟ ਬੈਂਕ ਸਿਰਫ ਤੇ ਸਿਰਫ ਆ ਤਲਵੰਡੀ ਵਾਲੇ ਜੀਤਮਿੰਦਰ ਕੋਲ ਹੀ ਹੈ ਹਾਂ ਬਾਕੀ ਤਾਂ ਕਿਸੇ ਕੋਲ ਵੋਟ ਬ ਇਹਦਾ ਕਰਕੇ ਮਤਲਬ ਜੋ ਜੋ ਮਰਜ਼ੀ ਕਰੀ ਇਹਨੂੰ ਫਿਰ ਇਹਨਾਂ ਨੇ ਇਹ ਇੱਕ ਹੋਰ ਕਿਸੇ ਖਬਰ ਨਹੀਂ ਖਬਰ ਲਾਤੀ ਹਾਂ ਵੀ ਜੀ ਇਹ ਤਾਂ ਸਾਰੇ ਕੈਪਟਨ ਅਮਰਿੰਦਰ ਸਿੰਘ ਨਾਲ ਰਹਿ ਕਰਕੇ ਗਏ ਹੈ ਤੇ ਅਮਰਿੰਦਰ ਸਿੰਘ ਵੀ ਆਉਣ ਵਾਲੇ ਹੀ ਹੈ ਉਹਦੇ ਨਾਲ ਦੀ ਨਾਲ ਕਹਿੰਦਾ ਕਿੰਦਾ ਮੇਰਾ ਨਾਲ ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਇਹ ਉਹ ਦੂਜੇ ਪਾਸੇ ਖੜੇ ਸੀ ਨਾ ਮੇਰੇ ਕੋਲੇ ਆਇਆ ਨਾ ਮੇਰਾ ਮਤਲਬ ਹੈ ਮੇਰੇ ਦੋਨੇ ਬੱਚੇ ਮੇਰਾ ਮੁੰਡਾ ਤੇ ਮੇਰੀ ਧੀ ਉਹ ਦੋਨੇ ਬੀਜੇਪੀ 'ਚ ਮੈਂ ਤਾਂ ਬੀਜੇਪੀ 'ਚ ਖੜਾ ਮੇਰਾ ਮੈਂ ਜ਼ਿੰਦਗੀ ਦੇ ਵਿੱਚ ਕਦੇ ਫੈਸਲਾ ਬਦਲੇ ਨਹੀਂ ਪੋਲੀਟੀਕਲ ਫੈਸਲਾ ਕਿੰਦਾ ਇੱਕ ਵਾਰੀ ਬਦਲਿਆ ਸੀ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋ ਗਿਆ ਸੀ ਉਹ ਮੈਂ برداشت ਨਹੀਂ ਕਰ ਸਕਿਆ ਮੈਂ ਛੱਡ ਕੇ ਆ ਗਿਆ ਸੀ ਮੁੜ ਕੇ ਮੈਂ ਕਾਂਗਰਸ ਫੇਰ ਚਲਾ ਗਿਆ ਹੁਣ ਮੈਂ ਤਾਂ ਭਾਈ ਬੀਜੇਪੀ ਚ ਪੱਕਾ ਤੇ ਮੈਂ ਇੱਥੇ ਰਹੂੰਗਾ ਉਹਨੇ ਤਾਂ ਸਿਗਨਲ ਇਹ ਦੇਤਾ ਇਹ ਜਿਹੜੇ ਹੈਗੇ ਹੁਣ ਇਹਨਾਂ ਨੂੰ ਉਹਨਾਂ ਨੂੰ ਛੱਡ ਚੁੱਕੇ ਐ ਦੂਜੇ ਲਾਈਨ ਨੂੰ ਤਿਆਰ ਨਹੀਂ ਹਾਲੇ ਲੰਮਕਦੇ ਫਿਰਦੇ ਆ ਨਾਲ ਉਹਨੋਂ ਦੂਜੇ ਆ ਕੇ ਵੀ ਜਿਹੜੇ ਕਾਲੇ ਜਿਹੇ ਕੱਪੜੇ ਨਾਲ ਪਾਈ ਫਿਰਦੇ ਸੀ ਸੀਆਰਪੀ ਵਾਲੇ ਹਾਂ ਹਾਂ ਉਹ ਕਹਿੰਦੇ ਵੀ ਉਹ ਵੀ ਸਿਕਿਉਰਿਟੀ ਕੁਝ ਤੱਕ ਘਟਾਤੀ ਹੈ ਅੱਛਾ ਤੇ ਮੇਰਾ ਖਿਆਲ ਵੀ ਜੇ ਘਟਾਤੀ ਹੈ ਹਾਂ ਹਾਂ ਉਹ ਅਗਲੇ ਦਿਨਾਂ ਦੇ ਵਿੱਚ ਹੋਰ ਹੋਰ ਦੀ ਹੋਰ ਹੋ ਜਾਣੀ ਹੈ ਉਹ 7-8 ਬੰਦੇ ਹੁੰਦੇ ਸੀ ਇੱਕ ਬੰਦੇ ਦੇ ਨਾਲ ਅੱਛਾ ਜੀ ਤੇ ਜਿਵੇਂ ਮਤਲਬ ਹੈ ਵੀ ਪੂਰਾ ਹੰਕਾਰਿਆ ਸ਼ਾਂਤੁਰ ਦਾ ਗਾਇਆ ਐਂ ਤੁਰਦੇ ਹੁੰਦੇ ਆ ਅਸਰੀ ਲਾਈਆਂ ਪਾਉਂਦੇ ਹੁੰਦੇ ਨੇ ਨਾ ਹਾਂ ਹਾਂ ਉਹ ਹੁਣ ਜਦੋਂ ਜਦੋਂ ਉਹ ਹਟ ਕੇ ਨਾਲ ਉਹ ਲੈ ਕੇ ਫੇਰ ਲੋਕ ਫੇਰ ਪੁੱਛਣਗੇ ਸਾਹਿਬ ਕਿਤਾਬ ਕੀ ਹੈ ਕੀ ਹੈ ਮਨਪ੍ਰੀਤ ਬਾਦਲ ਨੂੰ ਤਾਂ ਮਿਲ ਗਈ ਜੀ ਜਮਾਨਤ ਹਾਂ ਮਨਪ੍ਰੀਤ ਬਾਦਲ ਨੂੰ ਜਮਾਨਤ ਮੈਂ ਸੁਣਿਆ ਹੈ ਵੀ ਮਿਲ ਗਈ ਆਊਡਰ ਤਾਂ ਇਹ ਮੁਕੰਮਲ ਆਇਆ ਨਹੀਂ ਪਰ ਉਹ ਇੰਟਾਇਰ ਹੈ ਇੰਟਾਇਰ ਹੈ ਹਾਂ ਇੰਟਾਇਰਮ ਨਾ ਰੈਗੂਲਰ ਨਹੀਂ ਇੰਟਾਇਰਮ ਟਰਮ ਦੇ ਵਿੱਚ ਬੜਾ ਕੁਸ਼ਨ ਉਹ ਤਾਂ ਫਿਰ ਜਾਣਾ ਪਊਗਾ ਪੇਚ ਤਾਂ ਹੋਣਾ ਉਹ ਤਾਂ ਤਰੀਕ ਵੀ ਦਿੱਤੀ ਹੋਈ ਐਨੀ ਤਰੀਕ ਨੂੰ ਜਾ ਕੇ ਪੇਚੋ ਜੁਆਇਨ ਕਰ ਇਨਵਰਸਿਟੀ ਉਹ ਅਜੇ ਇਸ ਕਰਕੇ ਮੈਂ ਤਾਂ ਇਹ ਡਿਸਕਸ ਨਹੀਂ ਕੀਤਾ ਸਿਰਫ ਕਿ ਡਿਟੇਲਡ ਆਰਡਰ ਆ ਜੇ ਨਾ ਪੜ ਲੀ ਗਏ ਪੜ ਲੀ ਗਏ ਤਾਂ ਫਿਰ ਉੱਤੇ ਗੱਲ ਕਰ ਲਾਂਗੇ ਬਸ ਜਾਣਕਾਰੀ ਆਸਤੇ ਆਪ ਆਪਣੇ ਸਰੋਤਿਆਂ ਨੂੰ ਦੱਸਨੇ ਭਾਈ ਜਮਾਨਤ ਨੂੰ ਕਿਹੜਾ ਨੂੰ ਰਿਲੀਫ ਮਿਲ ਗਈ ਉਹ ਕਹਿੰਦੇ ਮੈਂ ਤਾਂ ਦੇਖਿਆ ਨਹੀਂ ਤੁਸੀਂ ਦੇਖਣੇ ਕਿ ਜੋ ਜੋ ਹੋਣਾ ਦਾ ਆ ਗਿਆ ਹਾਂ ਹਾਂ ਕਿ ਇਨਸਾਫ ਦੀ ਜਿੱਤ ਹਾਂ ਪਰ ਦਾਨੀਅਲ ਗਿਆ ਸਾਬਿਤ ਇਨਸਾਫ ਦੀ ਜਿੰਨੀ ਹੁੰਦੀ ਇਥੇ ਪਹੁੰਚ ਦੀ ਜੀ ਚੰਡੀ ਪਰ ਜੋਜੋ ਦਾ ਗੱਲ ਉਹੀ ਆ ਗਈ ਆਪਾਂ ਭਾਜਪਾ ਦੀ ਵੀ ਗੱਲ ਕਰ ਲਈਏ ਜੋਜੋ ਨੇ ਬਿਆਨ ਦਿੱਤਾ ਕੀਤਾ ਸੀ ਕਹਿੰਦਾ ਵੀ ਸਾਡਾ ਜ਼ਿਲ੍ਹਾ ਪ੍ਰਧਾਨ ਨਾ ਨੇ ਸਾਡੇ ਲਈ ਕਹਿੰਦਾ ਕੋਈ ਹਾ ਦਾ ਨਾਰਾ ਨਹੀਂ ਮਾਰਿਆ ਭਾਜਪਾ ਵਾਲੇ ਨੇ ਨਾ ਹੋਰ ਕੀਤਾ ਕਹਿੰਦਾ ਇਹ ਕਿਹਦੇ ਕੰਨੀ ਖੜਾ ਜੋ ਫਿਰ ਕਾਂਗਰਸੀਆਂ ਨੇ ਇੱਧਰ ਵੀ ਕੰਮ ਸ਼ੁਰੂ ਕਰਤਾ ਸੀ ਨਾ ਕਿ ਤਤਾਲ ਭਾਜਪਾ ਚ ਜਿਹੜਾ ਕੀ ਬਰਦਾਸ਼ਤ ਨਹੀਂ ਕਰਦੀ ਉਤੋਂ ਪਰ ਬਿਆਨ ਬਾਜੀ ਜੋਜੋ ਨੇ ਵੀ ਇੱਥੇ ਸਰੂਪ ਚੰਦ ਸਿੰਘਲੇ ਦੇ ਖਿਲਾਫ ਚਾਦਮਾਰੀ ਸ਼ੁਰੂ ਕੀਤੀ ਹੋਈ ਸੀ ਮੇਰਾ ਖਿਆਲ ਹੈ ਵੀ ਸ਼ਾਇਦ ਸਰੂਪ ਚੰਦ ਸਿੰਘਲੇ ਦੀ ਕਿਸਮਤ ਚ ਜੇ ਤਾਂ ਕਿਤੂ ਕੇ ਮਾਰਕੇ ਸਰੂਪ ਚੰਦ ਸਿੰਘਲੇ ਨੂੰ ਪਾਸੇ ਕਰ ਦੇਣ ਹਾਂ ਤੇ ਦਾਨੀ ਵਾਲੀਆ ਸਾਹਿਬ ਫਿਰ ਇੱਕ ਹੋਰ ਗੱਲ ਹੋ ਗਈ ਹੁਣ ਮਨਪ੍ਰੀਤ ਬਾਦਲ ਤਾਂ ਬੀਜੇਪੀ ਚਲਾ ਗਿਆ ਹਾਂਜੀ ਅਕਾਲੀ ਦਲ ਦਾ ਜਗਾ ਖਾਲੀ ਹੈ ਅਕਾਲੀ ਦਲ ਦਾ ਜਿਹੜਾ ਹੈਗਾ ਪਬਲੀ ਢੋਲਾਤਾ ਹਾਂ ਹਾਂ ਦੂਜੇ ਪਾਸੇ ਆਪਾਂ ਦੇਖੀ ਕਾਂਗਰਸ ਦਾ ਕੋਈ ਕੈਂਡੀਡੇਟ ਨਹੀਂ ਦਿੱਤਾ ਹਾਂ ਹਾਂ ਹੈ ਨਹੀਂ ਫਿਰ ਦੇ ਤਾਂ ਕਹੀ ਹੈ ਕਹੀ ਹੈ ਪਰ ਉਹ ਹੈ ਨਹੀਂ ਉਹ ਹਿੰਦੂ ਲੀਡਰ ਸਾਰਾ ਕੁਝ ਕਰਕੇ ਵੈਸੇ ਹੁਣ ਤਿੰਨ ਚਾਰ ਬੰਦੇ ਹੈਗੇ ਜਿਵੇਂ ਕੇ ਕੇ ਅਗਰਵਾਲ ਹੈ ਹਾਂ ਹਾਂ ਉਹਦਾ ਨਾਂ ਹੈਗਾ ਰਾਜਨ ਗਰਗੇ ਉਹਦਾ ਨਾਂ ਹੈਗਾ ਪਰ ਨਾ ਹੈਗੇ ਨਾ ਪਰ ਉਹ ਹੈ ਨਹੀਂ ਉਹ ਅਜੇ ਤੱਕ ਪਾਰਲੀਮੈਂਟਰੀ ਜਿਹੜਾ ਤਜਰਬਾ ਉਹਨਾਂ ਦਾ ਜਿਹੜਾ ਉਹ ਹੈ ਨਹੀਂਗਾ ਤੇ ਜੇ ਆਪਾਂ ਦੇਖੀਏ ਦੋ ਵਾਰੀ ਜਿੱਤੇ ਕਿ ਕਰੀ ਦੋ ਵਾਰੀ ਜਿੱਤੇ ਸਰੂਪ ਚੰਦ ਜਿੱਤੇ ਦੋ ਵਾਰੀ ਜਿੱਤੇ ਮੈਨੂੰ ਲੱਗਦਾ ਤੇ ਕਿਤੇ ਉਹਨੂੰ ਐ ਨਾ ਕਹਿ ਦੇਣ ਵੀ ਚੰਗਾ ਕਾਂਗਰਸ ਵਾਲੇ ਕਹਿ ਦੇਣ ਵੀ ਸ਼ਗਰ ਤੂੰ ਹੀ ਆ ਜਾ ਸਾਡੇ ਵਾਲੇ ਉਧਰ ਥੋੜੇ ਚਲੇ ਗਏ ਉਧਰ ਉਹ ਕਰ ਫਿਰ ਚਲੇ ਗਏ ਹਾਂ ਹਾਂ ਤੇ ਤੂੰ ਭਾਈ ਇਕਾਲੀ ਦਲ ਚੋਂ ਹੀ ਐ ਚੱਲ ਕੋਈ ਗੱਲ ਨਹੀਂ ਨਹੀਂ ਇਕਾਲੀ ਦਲ ਦੀ ਨਹੀਂ ਉਹਨਾਂ ਨੂੰ ਕਹਿਣਾ ਸੌਖਾ ਹੋ ਜਾਊਗਾ ਵੀ ਬੀਜੇਪੀ ਚੋਂ ਸਾਡੇ ਸ਼ਾਮਲ ਹੋਣੇ ਸ਼ੁਰੂ ਹੋਗੇ ਹੋ ਗਏ ਹਾਂ ਉਹ ਵੀ ਕਰਕੇ ਤੇ ਕਿਤੇ ਇਹ ਨਾ ਕਰ ਦੇਣ ਵੀ ਇਹ ਵੀ ਗੱਲ ਸਿਆਣੀ ਆ ਸਾਡੀ ਹੋ ਸਭ ਕੁਝ ਹੋ ਸਕਦਾ एवरीथिंग ਇਜ਼ ਪੋਸੀਬਲ ਐਂਡ ਫੇਅਰ ਇਨ ਲਵ ਐਂਡ ਵਾਰ ਹੈਂ ਜੀ

Cifer 0660 QTL because we care. Quick, Frank, ਕਿ ਬੈਂਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮੱਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਾ ਦੇ ਸ਼ੋਅਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 652 सिक्स जीरो सिक्स सिक्स इन दो लोकेशन तो सेवा में प्रदान करते ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्ट सात सौ सतानवे तेईस चौर ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਜਿਹੜੇ ਵੀ ਸਾਡੇ ਨਾਲ ਇਸ ਵਕਤ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਜੀ ਤੁਸੀਂ ਇਸ ਗੱਲਬਾਤ ਦੇ ਉੱਤੇ ਵੱਧ ਤੋਂ ਵੱਧ ਕਮੈਂਟ ਕਰੋ ਸ਼ੇਅਰ ਕਰੋ ਤੇ ਜੇਕਰ ਤੁਸੀਂ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨਾ ਚਾਹੁੰਦੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਤੁਸੀਂ YouTube ਤੇ ਫੇਸਬੁੱਕ ਦੇ ਉੱਤੇ ਦੇਖ ਵੀ ਰਹੇ ਹੋ 9780141741 ਟੈਲਸਪ ਮਾਨ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਸਰੀ ਦੇ ਨਾਲ ਕੈਪਸਪੋਰਟ ਸ਼ਹਿਰਾ ਉੱਥੇ ਲੈ ਕੇ ਚੱਲਦਾ ਜੀ ਉੱਥੇ ਉੱਥੋਂ ਦੇ ਟਰਾਂਸਪੋਰਟ ਵਿਭਾਗ ਦੇ ਨੇ ਇੱਕ ਕਪੜਾ ਕੱਢਿਆ ਅੱਛਾ ਜੀ ਉਹ ਜਦੋਂ ਆਪਾਂ ਇੱਥੇ ਪਾਸਿੰਗ ਕਹਿ ਦਿੰਦੇ ਆ ਉੱਥੇ ਡੀਓਟੀ ਸੇਫਟੀ ਦੇ ਇਨਸਪੈਕਸ਼ਨ ਕਹਿੰਦੇ ਆ ਜੀ ਉਹ ਇੱਕ ਆਪਣੇ ਭਾਈਚਾਰੇ ਦਾ ਹੀ ਉੱਥੇ ਵਰਕਸ਼ਾਪ ਸੀਗੀ ਟਰਕਸ਼ਾਪ ਸੀ ਉਹ ਮਾਂ ਦਾ ਪੁੱਤ ਆਇਆ ਕਰੇ ਮੋਹਰਾਂ ਲਾਈ ਜਾ ਕਰੇ ਆਪਣੇ ਇੰਡੀਆ ਵਾਲਾ ਕੰਮ ਚਲਾ ਲਿਆ ਉਹ ਫਿਰ ਉਹਨਾਂ ਨੇ ਉਂਗਲਾਂ ਤੇ ਮੀਟਰ ਚੜਾ ਕੇ ਦੇਖਿਆ ਡੀਓਟੀ ਵਾਲਿਆਂ ਨੇ ਵੀ ਐਨੇ ਟਰੱਕ ਮਹੀਨੇ ਦੇ ਵਿੱਚ ਤੂੰ ਪਾਸ ਕਰਤੇ ਜੇਕਰ ਇੱਕ ਟਰੱਕ ਵੀ ਤੂੰ ਤੇਰਾ ਉਹਨਾਂ ਦਾ ਸਮਾਂ ਸੀਗਾ ਵੀ 40 ਮਿੰਟ 45 ਮਿੰਟ 50 ਮਿੰਟ ਲਾਵੇਂ ਇੱਕ ਟਰੱਕ ਤੇ ਤੇ ਜੇ 8 ਘੰਟੇ ਕੰਮ ਕਰਦਾ ਤੂੰ ਐਨੇ ਕਰ ਸਕਦਾ ਤੂੰ 8 ਘੰਟੇ ਨਹੀਂ 24 ਘੰਟੇ ਵੀ ਤੇਰਾ ਕੰਮ ਬੰਨ ਲੀਏ ਤਾਂ ਜਿੰਨੀਆਂ ਤੂੰ ਮੋਹਰਾਂ ਲਾਤੀਆਂ ਇਹ ਤਾਂ ਕਹਿੰਦਾ ਨੇੜੇ ਤੇ ਏਡੀ ਨਹੀਂ ਖੜਦੀਆਂ ਇਹ ਤਾਂ ਕਹਿੰਦਾ ਵੀ ਇਹ ਤੇ ਤੇਰੇ ਹਿਸਾਬ ਨਾਲ ਚੱਲੀਏ ਜਿੰਨੇ ਤੂੰ ਇੱਕ ਦਿਨ ਚ ਕਰਦਾ ਇਹ ਸਾਲ ਡੂਡ ਸਾਲ ਚ ਪੂਰੇ ਹੋ ਸਕਦੇ ਉਹੋ ਜੀ ਇੱਕ ਨੇੜੇ ਤੇੜੇ ਦੀ ਗੱਲ ਆ ਆਮ ਆਦਮੀ ਪਾਰਟੀ ਦੀ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਹਕੀਕਤ ਦੀ ਖੁੱਦੋ ਵਾਲੀ ਰਾਣੀ ਉਹ ਖੁੱਲ ਕੇ ਬਿਜਾਰ ਚ ਡਿੱਗ ਪਈ ਹੁਣ ਆ ਸੜਾ ਹੁੰਦਾ ਕਹਿੰਦੇ ਮਰੀਜ਼ ਹੀ ਇੰਨੇ ਚੈੱਕ ਕਰਤੇ ਇੱਕ ਦਿਨ ਚ ਮੈਨੂੰ ਲੱਗਦਾ ਵੀ ਕਾਹਦੇ ਨਾ ਕੀਤੇ ਹੋ ਤੁਸੀਂ ਦੱਸ ਦਿਓ ਦੇਖੋ ਗੱਲ ਇਹ ਜਾਣ ਵਾਲਿਆ ਸਰ ਪਹਿਲੀ ਗੱਲ ਆਮ ਆਦਮੀ ਪਾਰਟੀ ਨੇ ਤੁਸੀਂ ਗਵਾਉ ਇਸ ਜੇ ਦੇ ਕੇ ਇਹਨਾਂ ਨੇ ਜਦੋਂ ਆਪਣਾ ਪ੍ਰੋਗਰਾਮ ਜਾਰੀ ਕੀਤਾ ਜੀ ਇਹਨਾਂ ਨੇ ਕਹਿ ਸੀ ਕਿ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੇ ਕੱਚੇ ਮੁਲਾਜ਼ਮੇ ਉਹ ਦਿਹਾੜੀਦਾਰ ਹੈ ਉਹ ਡੇਲੀ ਬਿਜ਼ਸ ਵਾਲੇ ਹੈ ਜੀ ਉਹ ਲਾਲੂ ਤੁਹਾਡੇ ਦੇ ਵਾਲੇ ਕੰਟਰੈਕਟ ਵਾਲੇ ਕੰਟਰੈਕਟ ਵਾਲੇ ਤੇ ਇੱਕ ਆਊਟਸੋਰਸਸ ਵਾਲੇ ਹੂੰ ਅਸੀਂ ਕਹਿੰਦੇ ਸੀ ਹੁਣ ਇਹ ਤੋਂ ਬਾਅਦ ਸਾਰਾ ਕੰਮ ਕਰਦਿਆਂਗੇ ਬੰਦ ਹੂੰ ਹੂੰ ਤੇ ਰੈਗੂਲਰ ਭਰਤੀ ਕਰਾਂਗੇ ਜੀ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਆ ਮਹੱਲਾ ਕਲੀਨ ਕਾਲੀ ਗੱਲ ਜਾਂ ਆਮ ਆਦਮੀ ਪਾਰਟੀ ਕਲੀਨ ਕਾਲੀ ਗੱਲ ਹੀ ਹੈ ਨਹੀਂ ਹੂੰ ਹੂੰ ਕਿਉਂਕਿ ਜੇ ਆਪਾਂ ਪੰਜਾਬ ਦਾ ਦੇਖੀਏ ਸਿਲਸਿਲਾ ਪੰਜਾਬ ਦੇ ਵਿੱਚ ਹੈਲਥ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਬੜਾ ਮਜ਼ਬੂਤ ਹੁੰਦਾ ਸੀ ਜੀ ਇਹ ਇੰਨਾ ਮਜ਼ਬੂਤ ਹੁੰਦਾ ਸੀ ਤੁਸੀਂ ਉਹ ਦੇਖੋ ਕਿ ਪਿੰਡਾਂ ਦੇ ਵਿੱਚ ਹਸਪਤਾਲ ਖੁੱਲੇ ਹੁੰਦੇ ਸੀ ਮੈਂ ਕਹਿੰਦੀ ਮੈਨੂੰ ਯਾਦ ਆ ਸਾਡੇ ਪੰਜ ਕੋਸੀ ਉਹਨਾਂ ਦਿਨਾਂ 'ਚ ਸੱਤ ਬਿਸਤਰਾਂ ਦਾ ਹਸਪਤਾਲ ਜਦੋਂ ਅਸੀਂ ਛੋਟੇ ਜੰਮਿਆਂ ਵਰਗੇ ਹਾਂ ਡਾਕਟਰ ਉੱਥੇ ਰਹਿੰਦੇ ਹਾਂ ਇੱਕ ਹੁੰਦਾ ਸੀ ਸਬ ਸੈਂਟਰ ਹੂੰ ਹੂੰ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਹਸਪਤਾਲ ਖੁੱਲੇ ਤੇ ਉਸ ਹਸਪਤਾਲ ਦੇ ਨਾਲ ਹੁੰਦਾ ਸੀਗੇ ਸੈਂਟਰ ਹੁੰਦੇ ਸੀ ਪਿੰਡਾਂ ਦੇ ਵਿੱਚ ਇੱਕ ਨਰਸ ਹੁੰਦੀ ਹੂੰ ਹੂੰ ਜਾ ਕੇ ਦੇ ਕੇ ਹਾਂ ਬੀ ਐਚ ਡਬਲ ਬੀ ਐਚ ਡਬਲ ਕਿ ਬਹੁਤ ਵਧੀਆ ਚੀਜ਼ ਸੀ ਨੇ ਬੇਸਿਕ ਹੈਲਥ ਵਰਕਰ ਵਰਕਰ ਅੱਛਾ ਉਹ ਬੇਸਿਕ ਹੈਲਥ ਵਰਕਰ ਦਾ ਹੁਣਾ ਹੈ ਕਿ ਉਹਨੇ ਜੀ ਜਾ ਕੇ ਘਰ ਘਰ ਉਹਨੂੰ ਪਿੰਡ ਦਿੱਤਾ ਵੈ ਉਹਨੇ ਘਰ ਘਰ ਜਾਣਾ ਜਾ ਕੇ ਪੁੱਛਣਾ ਹਾਂ ਭਾਈ ਤੁਹਾਡੇ ਕੋਈ ਬਿਮਾਰਟ ਮਾਰਤਾ ਨਹੀਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈਗੀ ਐ ਸਭ ਤੋਂ ਵੱਡੀ ਬਿਮਾਰੀ ਮਲੇਰੀਆ ਹੁੰਦੀ ਸੀ ਜੀ ਤੇ ਉਹਨੇ ਕਹਿੰਦੇ ਇਹਨਾਂ ਤਾਂ ਚੜਿਆ ਉਹ ਕਹਿੰਦਾ ਲੈ ਆਓ ਜੀ ਉਹਦੇ ਕੋਲੇ ਸਲਾਈਡਾਂ ਹੁੰਦੀਆਂ ਕੋਲੇ ਸੂਈ ਹੁੰਦੀ ਸੂਈ ਮਾਰਦਾ ਖੂਨ ਕੱਢਦਾ ਸਲਾਈਡ ਬਣਾਉਂਦਾ ਤੇ ਲੈ ਜਾਂਦਾ ਅਗਲੇ ਦਾ ਨਾਂ ਨੂੰ ਲਿਖ ਕੇ ਤੇ ਭੇਜ ਦਿੰਦੇ ਤੇ ਕਈ ਵਾਰੀ ਜਦੋਂ ਪਤਾ ਹੁੰਦਾ ਕਿ ਮਲੇਰੀਆ ਬੜਾ ਖਤਰਨਾਕ ਸੀ ਬਹੁਤ ਖਤਰਨਾਕ ਸੀ ਆ ਡੇਂਗੂ ਅੱਜ ਦੇ ਡੇਂਗੂ ਵਾਲੀ ਗੱਲ ਤੇ ਉਦੋਂ ਪਤਾ ਲੱਗਦਾ ਵੀ ਇਹ ਤਾਂ ਮਲੇਰੀਆ ਤੇ ਫਿਰ ਉੱਥੇ ਆਉਂਦੇ ਜੀ ਸਪਰੇਅ ਕਰਾਉਂਦੇ ਆਲੇ ਦੁਆਲੇ ਉਹ ਡੀਡੀਟੀ ਆਉਂਦੇ ਫਿਰ ਉਹਨਾਂ ਦੇ ਦਿੰਦੇ ਉਹ ਪੱਕੀ ਆ ਜਾਂਦੀ ਸੀ ਜੀ ਉਹ ਪੱਕੀ ਆ ਜਾਂਦੀ ਸੀ ਇਹ ਸਾਰਾ ਕੰਮ ਹਸਪੀਟਲੇ ਹੁੰਦਾ ਸੀ ਹੈਲਥ ਦਾ ਸਿਸਟਮ ਇਹਨਾ ਮਜ਼ਬ ਹਸਪਤਾਲ ਪ੍ਰਾਇਮਰੀ ਹੈਲਥ ਸੈਂਟਰ ਹੁੰਦੇ ਹਮਮ ਸਬ ਸੈਂਟਰ ਹੁੰਦੇ ਹੈਲਥ ਇਸ ਤਰ੍ਹਾਂ ਦਾ ਸਾਰਾ ਸਿਲਸਿਲਾ ਸੀ ਹਮਮ ਜਦੋਂ ਆਈ ਬੀਐਨ ਸਿੰਘ ਵਾਲੀ ਸਰਕਾਰ ਕਿਉਂਕਿ ਜਿਹੜਾ ਪੰਜਾਬ ਦਾ ਮਾੜਾ ਦੌਰ ਸੀ ਉਸ ਮਾੜੇ ਦੌਰ ਨੇ ਸਾਰੇ ਕੰਮ ਦਾ ਬੇੜਾ ਕਰ ਕਰਤਾ ਹਮਮ ਐਜੂਕੇਸ਼ਨ ਦਾ ਬੇੜਾ ਕਰ ਕਦੋਂ ਹੋ ਗਿਆ ਡਾਕਟਰ ਹਸਪਤਾਲਾਂ ਚ ਜਾਣੋਂ हट ਗਈ ਨਾਲ ਦੀ ਨਾਲ ਇਹ ਕਹਿੰਦਾ ਮਰਨਾ ਥੋੜਾ ਹੀ ਹੈ ਉਹ ਸ਼ਹਿਰਾਂ ਚ ਰਹਿਣ ਲੱਗੇ ਗਾਹੇ ਬਗਾਹੇ ਗਏ ਪਿੰਡਾਂ ਵਾਲੇ ਕੋਈ ਮਾੜਾ ਮੋਟਾ ਜਿਆ ਸੀ ਮਤਲਬ ਡਿਸਪੈਂਸਰੀਆਂ ਅਲਟੀਮੇਟਲੀ ਕੁਝ ਰਿਟਾਇਰ ਟੂ ਹੋ ਗਏ ਉਹ ਕਹਿੰਦੇ ਲੋੜ ਹੀ ਨਹੀਂ ਪਉਂਦੀ ਨਾ ਭਰਤੀ ਕਰੋ ਹੂੰ ਹੂੰ 인ਫਰਾਸਟ੍ਰਕਚਰ ਸਾਡੇ ਕੋਲੇ ਸੀ ਚਾਹੀਦਿਆਂ ਸੀ ਸਾਨੂੰ ਮੈਡੀਸਿਨਸ ਜੀ ਤੇ ਡਾਕਟਰ ਹੂੰ ਹੂੰ ਤੇ ਪੈਰਾ ਪੈਰਾ ਮੈਡੀਕਲ ਸਟਾਫ ਮੈਡੀਕਲ ਸਟਾਫ ਉਹ ਕਿਸ ਨੇ ਭਰਤੀ ਕੀਤਾ ਨਹੀਂ ਗਾ ਜਿਹੜੀ ਗੱਲ ਕਰਨੀ ਚਾਹੀਦੀ ਸੀ ਉਹਨੂੰ ਪੁਰਾਣੇ ਹਸਪਤਾਲਾਂ ਪੁਰਾਣੇ ਹਸਪਤਾਲਾਂ ਤੇ ਫੇਰਤੀ ਕੁਚੀ ਹਾਲ ਉਹ ਜੀ ਬਣ ਗਿਆ ਕਲੀਨਿਕ ਹੂੰ ਹੂੰ ਤੇ ਤਾਂ ਨੇ ਵਾਲੀ ਆ ਸਭ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਹੈ ਦੇ ਵਿੱਚ ਜੀ ਇਹ ਕਲੀਨਿਕ ਹੈ ਜਿਹੜੀ ਇਹ ਕਲੀਨਿਕ ਜਿਹੜੇ ਹੈ ਵਰਦੀ ਬਜਾਏ ਸੰਤਾਪ ਬਣ ਗਈ ਅੱਛਾ ਜੀ ਕਿਉਂਕਿ ਜਿਹੜਾ ਸਟਾਫ ਭਰਤੀ ਕੀਤਾ ਹੈ ਹਾਂ ਹਾਂ ਉਹ ਸਟਾਫ ਦਾ ਕੋਈ ਹਸਾਬਕਤਾ ਵੀ ਨਹੀਂ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਆਪਣੇ ਕੋਲੇ ਕੁੜੀ ਇੱਕਾਈ ਸੀ ਹਰਪ੍ਰੀਤ ਜਿਨੇ ਇਥੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਨੇ ਪਾ ਛੁੱਟੀ ਦੇ ਕੇ ਤੇ ਉਹਦੀ ਕੈਨਸਲ ਕਰਦੀ ਕੈਨਸਲ ਕਰਤੀ ਹਾਂ ਉਹਨੂੰ ਵਿਚਾਰੀ ਨੂੰ ਨੌਕਰੀ ਤੋਂ ਕੱਢਤਾ ਉਹ ਆਦਮੀ ਕੀ ਜੀ ਬੱਚੀ ਲੈ ਕੇ ਥੋੜੇ ਜਿਹੇ ਦਿਨਾਂ ਦੀ ਭੌਕ ਦੀ ਫਿਰੇ ਕਿਸੇ ਨੇ ਗੱਲ ਨਹੀਂ ਸੁਣੀ ਆਪਣੇ ਕੋਲੇ ਅਗਲੀ ਬੀਡੀਆ ਮੀਡੀਆ ਖਬਰਾਂ ਲੱਗੀਆਂ ਹਾਈ ਕੋਰਟ ਗਏ ਉੱਥੋਂ ਹਦਾਇਤ ਹੋ ਗਈ ਕਿ ਭਾਈ ਕਰੋ ਇਹਨੂੰ ਬਹਾਲ ਕਰਨੀ ਪੈਗੀ ਦੂਜੇ ਪਾਸੇ ਹੁਣ ਆਪਏ ਦੇਖੀਏ ਕਿ ਚਾਹੇ ਡਾਕਟਰ ਹੈ ਜੀ ਚਾਹੇ ਦੂਜਾ ਸਟਾਫ ਹੈ ਇਹ ਸਾਰੇ ਦੇ ਸਾਰੇ ਇਸ ਨਾਲ ਰੱਖਿਆ ਸਬੰਧਿਤ ਕਿ ਕੇਸ ਕਿੰਨੇ ਆਏ ਕੇਸ ਕਿੰਨੇ ਆਏ ਇੱਕ ਡਾਕਟਰ ਨੂੰ ਕਹਿੰਦੇ 40-50 ਰੁਪਏ ਮਿਲਨੇ ਹੂੰ ਹੂੰ ਇੱਕ ਇੱਕ ਮਰੀਜ਼ ਦਾ ਜੇ ਮਤਲਬ ਆਊਗਾ ਤੇ ਉਹਨੇ 40-50 ਮਿਲਨੇ ਹੁਣ 40-50 ਜੀ ਨੂੰ 60000 70000 ਰੁਪਏ ਤਨਖਾਹ ਮਿਲਦੀ ਹੈ ਕੱਚੇ ਨੂੰ ਕੱਚੇ ਨੂੰ ਤੇ ਉਹ 40-50 ਰੁਪਏ ਦੇ ਕਿਵੇਂ ਸਾਰੂਗਾ ਨਹੀਂ ਸਾਰਦਾ ਵੈਸੇ ਤਾਂ ਜਿਹੜਾ ਰੈਗੂਲਰ ਡਾਕਟਰ ਹੈ ਜੇ ਆਪਾਂ ਦੇਖੀ ਤਾਂ 1 ਲੱਖ ਰੁਪਏ ਤੇ ਉਹਦੀ ਤਾਂ ਤਨਖਾਹ ਜਾਈ ਦੀ ਹਾਂ ਉਹ ਫਿਰ ਅਗਲਾ ਕਹਿੰਦੇ ਕੱਢ ਲਓ ਕੋਈ ਨਾ ਕੋਈ ਤਰੀਕਾ ਕਰ ਹਾਂ ਹਾਂ ਫਿਰ ਤਰੀਕਾ ਕਰ ਕੱਢ ਲਏ ਤਾਂ ਡੇਲੀ ਗੱਲ ਹਾਂ ਉਹ ਕਹਿੰਦੇ ਪਾਈਓ ਗੰਡਾ ਸੋ ਪੁੱਤਰ ਕੰਡਾ ਸੋ ਤੇ ਛੰਡਾ ਸੋ ਤੇ ਮੱਝ ਕੌਰ ਤੇ ਟਮਾਟਰ ਸਿੰਘ ਤੇ ਬੈਂਗਣ ਸਿੰਘ ਤੇ ਭਲਾਨਾ ਸਿੰਘ ਪਾਈ ਚਲੋ ਤੇ ਲਿਖੀ ਚਲੋ ਹਾਂ ਪਾਪਾ ਕੈਂਕੜੀ ਜੀ ਇੰਨੀ ਹੋ ਗਈ ਹੁਣ ਇੱਕ ਮਰੀਜ਼ ਨੂੰ ਜੇ 6 ਮਿੰਟ ਮਿਲਦੇ ਐ 5 6 ਮਿੰਟ ਤੱਕ ਪੁਲਿਸ ਤੇ ਲੱਗਦਾ ਪਹਿਲੀ ਗੱਲ ਤਾਂ ਨਾਂ ਚੜਾਉਣ ਤੇ ਮਿੰਟ ਡੂਡ ਲੱਗ ਜਾਂਦਾ ਕਿਉਂ ਸਿਆਣਾ ਬੰਦਾ ਹੈ ਜੀ ਹੈ ਜੀ ਕਰੀ ਜਾਂਦਾ ਮੁਰਕੇ ਦਾ ਆਧਾਰ ਕਾਰਡ ਚੜਾਉਣੇ ਆ ਹੋਰ ਕਰਦੇ ਆ 10 ਮਿੰਟ ਤਾਂ ਖਾ ਹੀ ਜਾਂਦਾ ਢਿੱਲੋ ਸਾਹਿਬ 10 ਮਿੰਟ ਤਾਂ ਖਾ ਜਾਂਦਾ ਜੇ ਜੇ ਗੋਤਾ ਦੇਖ ਕੇ ਵੀ ਕੱਢਣਾ ਹੋਵੇ ਨਾ ਜੇ ਗੋਤਾ ਦੇਖ ਕੇ ਕੱਢਣ ਵਾਲੀ ਗੱ ਤਾ ਉਤੋਂ ਬਾਅਦ ਕੀ ਹੋਇਆ ਜੀ 6 ਮਿੰਟ ਲੱਗਦੇ ਤੇ ਇਹਨਾਂ ਨੇ ਕੀ ਕੀਤਾ ਜੀ 100 150 ਹਾਂ ਕਈ ਤਾਂ ਮਤਲਬ 2-200 ਦਿਖਾਤੀ ਇੱਕ ਇੱਕ ਦਿਨ ਬੀਤੀ ਹੋ ਗਈ ਉਹ ਕਹਿੰਦੇ ਖੰਨੇ ਤੋਂ ਤਾਂ ਕੀ ਕਹਿੰਦੇ ਆ ਰਹੀ ਹੈ ਕਹਿੰਦੇ 6 ਘੰਟੇ 302 302 ਹੀ ਲਾਤੀ 302 ਲਾਤੀ ਉਹ ਜਿਹੜਾ ਸਾਰਾ ਕੁਝ ਹੋ ਗਿਆ ਇਹ ਪਟਿਆਲੇ ਚੋਂ ਕੰਮ ਸ਼ੁਰੂ ਹੋਇਆ ਅੱਛਾ ਜੀ ਪਟਿਆਲੇ ਚੋਂ ਕੰਮ ਸ਼ੁਰੂ ਹੋਇਆ ਤੇ ਕਿਤੇ ਮਾੜੀ ਮੋਟੀ ਖਬਰ ਖਬਰ ਲੱਗੀ। ਅਖੰਡਾ ਤਾਂ ਨਾਲ ਹੀ ਐ ਨਾ ਫਿਰ ਆਪਣੇ ਪਟਿਆਲਾ ਮਲੋਪਾਦ ਤੋਂ ਕਰਨਾ। ਹਾਂ 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 ਨਹੀਂ ਉਹ 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 ਅਜੇ ਉਹ ਅਜੇ ਖੰਨੇ ਵਾਲਾ ਦਾ ਖਾਤਾ ਤੁਸੀਂ ਖੋਲਤਾ ਨਾ ਦਸਤਾ ਵੀ ਹੁਣ ਖੋਲਿਆ। ਇਹ ਤਾਂ ਪਟਿਆਲੇ ਵਾਲਾ ਖੁੱਲਿਆ। ਅੱਛਾ ਤੁਸੀਂ ਪਟਿਆਲੇ ਜੀ ਤੁਰੇ ਫਿਰਦਾ। ਮੈਂ ਤਾਂ ਪਟਿਆਲੇ ਜੀ ਤੁਰਿਆ ਫਿਰਦਾ ਨਾ ਮੈਂ ਮਲੋਪਾਦ ਤੋਂ ਖੰਨੇ ਹੀ ਪਹੁੰਚ ਗਿਆ। ਉਹ ਤੁਸੀਂ ਤਾਂ ਫਿਰ ਗੱਡੀ ਤੇ ਜਾਣਾ ਤੁਹਾਡੇ ਕੋਲ ਦੂਜੀ ਹੈ ਮੇਰੇ ਕੋਲ ਤਾਂ ਟੁੱਟੀ ਹੈ। ਹਾਂ। ਉਹਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਮਤਲਬ ਜਿਹੜਾ ਕਰ ਕਰ ਕੇ ਜਦੋਂ ਰੌਲਾ ਪੈ ਗਿਆ। ਹੂੰ ਹੂੰ। ਤੇ ਡੀਸੀ ਨੇ ਹੁਕਮ ਦਿੱਤਾ ਵੀ ਦੀ ਆਡਿਟ ਕਰਾਓ ਅੱਛਾ ਜੀ ਹੁਣ ਪਟਿਆਲਾ ਜਿਹੜਾ ਉਹ ਮਹੱਤਵਪੂਰਨ ਹੈ ਕਿਉਂਕਿ ਪਹਿਲਾ ਮੌਕਾ ਜਦੋਂ ਆਮ ਆਦਮੀ ਪਾਰਟੀ ਨੇ ਚੰਗਾ ਫੈਸਲਾ ਕੀਤਾ ਹਮ ਕਿ ਹੈਲਥ ਦਾ ਜਿਹੜਾ ਵਜ਼ੀਰ ਬਣਾਇਆ ਇੱਕ ਡਾਕਟਰ ਨੂੰ ਬਣਾਇਆ ਅੱਛਾ ਜੀ ਡਾਕਟਰ ਬਲਬੀਰ ਸਿੰਘ ਬਲਬੀਰ ਸਿੰਘ ਹਾਂ ਹੁਣ ਉਹਦਾ ਆਪਦਾ ਜ਼ਿਲ੍ਹਾ ਹਮ ਤੇ ਆਪਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਦੀਵੇ ਥੱਲੇ ਹਨੇਰਾ ਹੋਣ ਲੱਗ ਦਿੱਤਾ ਫਿਰ ਵੀ ਕੰਮ ਟੇਡਾ ਹੀ ਹੈ ਹੁਣ ਉਹ ਡੀਸੀ ਮੈਡਮ ਨੇ ਸਾਕਸ਼ੀ ਸਾਨੀ ਲੱਗੀ ਉੱਥੇ ਉਹ ਕਹਿੰਦੀ ਜੀ ਇਹਦਾ ਕਰੋ ਕਰੋ ਆਪਰਾ ਆਊਡਟਿਸ ਕੈਨ ਕਰੋ ਆਊਡਟ ਕਰੋ ਸੀਟੀ ਸਕੈਨ ਕਰੋ ਉਹਨੋਂ ਹੋਣਾ ਸ਼ੁਰੂ ਹੋ ਗਿਆ ਜੀ ਦੂਜੇ ਪਾਸੇ ਪ੍ਰਤਾਪ ਬਾਜ ਵਿਰੋਧੀ ਧਿਰ ਦਾ ਗੂ ਹੈ ਹੂੰ ਹੂੰ ਉਹਦਾ ਜੀ ਇਹ ਕੰਮ ਕਰ ਲੈ ਇੱਥੇ ਨਹੀਂ ਹੋਇਆ ਖੰਨੇ ਵਾਲਾ ਤੁਸੀਂ ਦੱਸਦਾ ਉਹਦਾ ਸਾਰੇ ਪੰਜਾਬ ਦਾ ਹੀ ਕਰ ਲੋ ਹੂੰ ਹੂੰ ਲਗਭਗ ਸਾਰੇ ਥਾਂ ਤੇ ਇਹ ਹੀ ਹੈ ਜਦੋਂ ਬੰਦੇ ਨੂੰ ਪੂਰੀ ਤਨਖਾਹੀ ਨਹੀਂ ਮਿਲੀ ਜੀ ਹੁਣ ਤੁਸੀਂ ਕਹੋ ਵੀ ਭਾਈ ਗੱਲ ਇਹ ਵੀ ਤੂੰ ਹੈ ਅਫਸਰ ਹੂੰ ਹੂੰ ਰੋਟੀ ਤੂੰ ਖਾਣੀ ਨਹੀਂ ਜੀ ਚਾਹ ਤੈਨੂੰ ਪੀੜ ਨਹੀਂ ਦੇਣੀ ਤੇ ਅਫਸਰ ਤੂੰ ਪੱਕਾ ਹੈ ਕਿੰਨੀ ਕੀ ਦਿਰ ਕਰੂਗਾ ਫਿਰ ਫਿਰ ਉਹਨੂੰ ਕਰਨਾ ਹੀ ਪੈਣਾ ਨਾ ਮਾੜਾ ਮੋਟਾ ਦਾ ਅਗਲਾ ਕਹਿੰਦੇ ਮਾੜਾ ਲੰਗਰ ਪਾਣੀ ਤਾਂ ਸਕਣੀ ਇਹ ਇਸ ਢੰਗ ਦੇ ਨਾਲ ਮਤਲਬ ਇਹ ਸਾਰਾ ਕੁਝ ਹੋਇਆ ਤਾਂ ਇਹ ਬੰਦਿਆ ਜਗੜ ਜੀ ਵੀ ਉਹ ਡਾਕਟਰ ਅਸ਼ੰਦਰ ਕੌਰ ਆਏ ਸੀ ਜੀ ਉਹ ਗੱਲਾਂ ਕਰਨ ਲੱਗ ਪਏ ਕਹਿੰਦੇ ਵੀ ਜਾਂ ਤਾਂ ਕਹਿੰਦੇ ਡਾਕਟਰੀ ਦੀ ਪੜ੍ਹਾਈ ਦੀ ਫੀਸ ਘਟਾਓ ਕਹਿੰਦੇ ਫਿਰ ਤੁਸੀਂ ਭਾਲਦੇ ਹੋ ਵੀ ਡਾਕਟਰ ਕਹਿੰਦੇ ਕਮਿਸ਼ਨ ਨਾ ਖਾਣ ਦਵਾਈਆਂ ਚ ਫਿਰ ਤੁਸੀਂ ਭਾਲਦੇ ਹੋ ਵੀ ਡਾਕਟਰ ਆ ਨਾ ਕਰਨ ਆਉਣਾ ਕਰਨ ਕਹਿੰਦੇ ਵੀ ਤੁਸੀਂ ਜਿੱਦੀ ਕਹਿੰਦੇ ਡਾਕਟਰ ਦੀ ਪੜ੍ਹਾਈ ਦੀ ਫੀਸ ਨਾਲ ساری ਉਮਰ ਲੱਗਿਆ ਰਹੇ ਉਹ ਤੋਂ ਨਾ ਸਰਕਾਰੀ ਨੌਕਰੀ ਚ ਲੱਗ ਕੇ ਤਾਂ ਉਹ ਤੋਂ ਫੀਸ ਨਹੀਂ ਮੁੜਦੀ ਵਿਆਜ ਤਾਂ ਦੂਰ ਦੀ ਗੱਲ ਰਹੀ ਦੇਖੋ ਗੱਲ ਇਹ ਹੈ ਕਿ ਇਹ ਜਿਹੜੀ ਹੈਗੀ ਹੈ ਹੈਲਥ ਐਜੂਕੇਸ਼ਨ ਹੈ ਜਿਹੜੀ ਇਹ ਫ੍ਰੀ ਚਾਹੀਦੀ ਹੈ ਸਟੇਟ ਵੱਲੋਂ ਚਾਹੀਦੀ ਹੈ ਸਟੇਟ ਵੱਲੋਂ ਚਾਹੀਦੀ ਹੈ ਜਦੋਂ ਤੁਸੀਂ ਪ੍ਰਾਈਵੇਟ ਦੁਕਾਨਾਂ ਖੋਲੋਗੇ ਹਾਂ ਇਜਾਜ਼ਤ ਦੇਉਗੇ ਮਤਲਬ ਤੁਸੀਂ ਦੇਖੋ ਕਿ ਜਦੋਂ ਨਵੀਂ ਆਰਥਿਕ ਨੀਤੀ ਅਡਾਪਟ ਕੀਤੀ ਹੈ ਇੰਡੀਆ ਨੇ ਉਹ ਜਿਹੜੀ ਹੈ ਦੰਕਲ ਪ੍ਰੋਪੋਜ਼ਲ ਸੀਓ ਦੇ ਰਾਹੀਂ ਗੱਟ ਸਮਝੌਤਾ ਹੋਇਆ ਸੀ ਜੀ ਜੀ ਵਰਲਡ ਬੈਂਕ ਦੇ ਤਹਿਤ ਉਹਦੇ ਰਾਹੀਂ ਇਹ ਕੀਤਾ ਕਿ ਐਜੂਕੇਸ਼ਨ ਤੇ ਹੈਲਥ ਇਹਦੇ ਚੋ ਸਟੇਟ ਨਿਕਲ ਜੇ ਇਹ ਪ੍ਰਾਈਵੇਟ ਪਲੇਅਰ ਸੇ ਹਵਾਲੇ ਕਰ ਦੇਓ ਤੇ ਪ੍ਰਾਈਵੇਟ ਪਲੇਅਰਸ ਕੋਈ ਸੇਵਾਸਤਾਂ ਨਹੀਂ ਤਾਂ ਮੁਨਾਫੇ ਹਾਸਲੇ ਆਉਂਦੀ ਉਹਨੂੰ ਤਾਂ ਮੁਨਾਫਾ ਫਿਰ ਲੈਣੇ ਹੀ ਲੈਣਾ ਹੈ ਇਨਾ ਇਨਫਰਾਸਟ੍ਰਕਚਰ ਅਸੀਂ ਬਣਾਇਆ ਜੀ ਇਹਦੇ ਤੇ ਦਿਓ ਬੀਬੀ ਤੀ 40 40 ਲੱਖ ਤੱਕ ਦਾ ਤਾਂ ਕੰਮ ਪਹੁੰਚ ਗਿਆ ਮੈਂ ਚਲੋ ਹੁਣ ਮੈਂ ਨਾ ਨਹੀਂ ਲੈਂਦਾ ਸਾਡਾ ਇੱਕ ਮਿੱਤਰ ਸੀ ਇਥੇ ਚੀਫ ਐਗਰੀਕਲਚਰ ਅਫਸਰ ਹੁੰਦਾ ਤੇ ਉਹਦਾ ਬੇਟੇ ਨੂੰ ਕਹਿੰਦੇ ਵੀ ਡਾਕਟਰ ਬਣਾਉਣੇ ਹੂੰ ਹੂੰ ਕਹਿੰਦਾ ਯਾਰ ਫਲਾਣੇ ਬੰਦੇ ਦਾ ਕਾਲਜ ਹੈ ਤੇ ਉਹਦੇ ਕੋਲ ਜਾਣਾ ਸੀ ਅਸੀਂ ਉਹਦੇ ਕੋਲ ਚਲੇ ਗਏ ਦੋ ਤਿੰਨ ਪੱਤਰਕਾਰ ਨਾਲ ਜਾਣਦਾ ਸੀ ਬੰਦਾ ਮੈਨੂੰ ਵੀ ਹਾਂ ਜੀ ਕਿਵੇਂ ਆਏ ਸਿੱਖਿਆ ਕਰਕੇ ਆ ਗੱਲ ਹੈ ਇਹ ਕਹਿੰਦਾ ਹਾਂ ਠੀਕ ਹੈ ਦੇ ਦਨੇ ਦਾਖਲਾ ਫਲਾਣੇ ਬੰਦੇ ਨਾਲ ਗੱਲ ਕਰ ਲੋ ਹੂੰ ਹੂੰ ਉਹਨੇ ਇੱਕ ਬੰਦੇ ਦਾ ਨਾਮ ਲੈਤਾ ਪਰ ਨਾਲ ਉਹਨੇ ਕਹਿਤਾ ਜੇ ਤੂੰ ਗੱਲ ਕਰਨ ਵਾਲੀ ਗੱਲ ਵੀ ਆਹ ਭਾਈ ਬੰਦੇ ਆਏ ਆ ਦੋ ਤਿੰਨ ਹੂੰ ਤੇ ਇਹ ਪੱਤਰਕਾਰਾਂ ਦਾ ਕਰਕੇ ਤੂੰ ਇੰਨਾ ਕੁ ਪੈਸਾ ਘਟਾ ਦੀ ਅੱਛਾ ਇੰਨਾ ਘਟਾ ਦੀ ਹਾਂ ਇਹ ਮੇਰੀ ਮਤਲਬ ਇਹ ਮੇਰਾ ਕਰਕੇ ਤੇ ਬਾਕੀ ਠੀਕ ਹੈ ਹਮ ਹਮ ਦਾਨੇ ਵਾਲੀਆ ਸਾਹਿਬ ਉਹਦੇ ਜਿਹੜਾ ਖਰਚਾ ਆਇਆ ਹਮ ਉਹ ਮੁੰਡਾ ਅੱਜ ਕੱਲ ਬੜਾ ਵਧੀਆ ਡਾਕਟਰ ਹੈ ਖਰਚਾ ਕਿੰਨਾ ਆਇਆ ਸਰ 8 ਲੱਖ ਰੁਪਏ ਦੇ ਵਿੱਚ ਬੰਦਾ ਐਡਮਿਸ਼ਨ ਮਿਲਿਆ ਐਡਮਿਸ਼ਨ ਤੇ ਹੁਣ ਤਾਂ ਤੁਹਾਨੂੰ ਮੈਨੂੰ ਲੱਗਦੀ ਹੈ 40 ਲੱਖ 50 ਲੱਖ ਪਤਾ ਨਹੀਂ ਕਿੰਨੇ ਕਿੰਨੇ ਲੈ ਲਦੇ ਪੁੱਛੋ ਹੀ ਨਾ ਜੀ ਹੁੰਦਾ ਠੀਕ ਤੇ ਫਿਰ ਉਹ ਡਾਕਟਰ ਜਿਹੜਾ ਡਾਕਟਰ ਥੋੜਾ ਉਹਨਾਂ ਦਾ ਵਪਾਰੀ ਬਣ ਗਿਆ ਵਪਾਰੀ ਬਣ ਗਿਆ ਦੇਖ ਲਓ ਹੁਣ ਬਠਿੰਡੇ ਹਸਪਤਾਲ ਖੁੱ ਮੈਂ ਤਾਂ ਇੱਕ ਗੱਲ ਕਹਿਣਾ ਕਿ ਨੇਰੇ ਦੇ ਵਿੱਚੋਂ ਆਰੇ ਹੀ ਲਾਇਵੇ ਆ ਮੰਨਦਾ ਬਿਲਕੁਲ ਬਿਲਕੁਲ ਹੈ ਬਾਜ ਵੀ ਨਹੀਂ ਆਉਂਦੀ ਐ ਨਾ ਆਰੇ ਇਹ ਬੰਦੇ ਵੱਢਣ ਆਲੇ ਆਰੇ ਆ ਉਹੀ ਮੈਂ ਕਹਿੰਦਾ ਆਰਿਆਂ ਦੀ ਬਾਜ ਹੀ ਨਹੀਂ ਲੱਕਣ ਆਲੇ ਆਰੇ ਤੇ ਗੂਜਦੇ ਆ ਹਾਂ ਹਾਂ ਇਹ ਉਹੀ ਆਰੇ ਆ ਨੇ ਜਿਨ੍ਹਾਂ ਦੀ ਆਵਾਜ਼ ਵੀ ਨਹੀਂ ਆਉਂਦੀ ਹਾਂ ਹਾਂ ਤੇ ਹੁਣ ਕਹਿੰਦੇ ਇੱਕ ਜਿਹੜੀ ਬਾਜ ਆਉਣੀ ਚਾਹੀਦੀ ਸੀ ਕਹਿੰਦੇ ਉਹ 1 ਨਵੰਬਰ ਨੂੰ ਉਹ ਬਾਜ ਕਹਿੰਦੇ ਹੋਰ ਹੀ ਹੋ ਗਈ ਕਹਿੰਦੇ ਹੁਣ ਤੂੰ 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 ਕਹਿੰਦੇ ਵੀ ਉਹ ਕਹਿੰਦਾ ਵੀ ਮਜੀਠੀਆ ਕਹਿੰਦਾ ਮੈਂ ਬੋਤਲ ਲਿਆਉਂ ਉਹ ਕਹਿੰਦਾ ਮੈਂ ਆ ਲੈਉਂ ਮੰਨੂ ਤਾਂ ਇਹ ਲੱਗਦਾ ਥੋੜਾ ਸਭ ਮੈਂ ਨਾ ਥੋੜੀ ਜੀ ਗੱਲ ਕਰੂੰਗਾ ਭਾਈ ਆਪਣੇ ਇਹ ਕਹਿੰਦਾ ਮੇਰੇ ਮੈਂ ਮੇਰੇ ਦਾਦਾ ਜੀ ਨੇ ਨਾ ਮੈਨੂੰ ਛੋਟੇ ਹੁੰਦੇ ਹੀ ਆਪਦੇ ਕੋਲੇ ਬਿਠਾਉਣ ਲੱਗ ਪਈ ਮੈਂ ਜੋ ਛੋਟਾ ਸੀਗਾ ਤੇ ਉਹ ਤਾਜੀ ਸਰਪੰਚ ਬਣੇ ਮੂ ਚਲੋ ਬਣ ਮੋਤਵਰੀ ਤਾਂ ਸੀਗੀ ਪਿੰਡ ਘਰ ਦੇ ਵਿੱਚ ਤੇ ਉਹ ਦੋ ਬੰਦੇ ਲੜੇ ਤੇ ਸਿੱਧੇ ਬਾਪੂ ਜੀ ਬਕੈਣ ਥੱਲੇ ਬੈਠੇ ਸੀਗੇ ਤੇ ਉੱਥੇ ਆ ਗਏ ਮੂੜਿਆਂ ਤੇ ਉਹ ਆਪਸ ਵਿੱਚ ਗਾਲਾਂ ਕੱਢਣ ਲੱਗੇ ਬਾਪੂ ਜੀ ਕੋਲੇ ਛੋਟੀ ਹੁੰਦੀ ਉਹਨਾਂ ਦੀ ਦੋਨਾਂ ਦੀ ਮਾਰੀ ਛੋਟੀ ਹੇ ਕੁੱਤੇ ਉਹ ਕਹਿੰਦੇ ਤੁਸੀਂ ਮੈਨੂੰ ਗਾਲਾਂ ਕੱਢਦੇ ਹੋ ਕਹਿੰਦੇ ਨਹੀਂ ਤਾਂ ਆ ਜੀ ਤੁਹਾਨੂੰ ਥੋੜਾ ਕੱਢਦੇ ਆ ਕਹਿੰਦਾ ਕੰਜਰੋ ਕਹਿੰਦਾ ਮੇਰੇ ਘਰੇ ਵੜ ਕੇ ਜੇ ਤੁਸੀਂ ਕਹਿੰਦਾ ਇੱਕ ਦੂਜੇ ਨੂੰ ਗਾਲਾਂ ਕੱਢਦੇ ਮੈਨੂੰ ਕੱਢਦੇ ਹੂੰ ਹੂੰ ਤਾਂ ਮੈਨੂੰ ਤਾਂ ਉਹ ਗੱਲ ਲੱਗਦੀ ਹੈ ਵੀ ਲੀਡਰ ਜਿਹੜੇ ਹਨ ਇਹ ਲੋਕਾਂ ਨੂੰ ਹੀ ਗਾਲਾਂ ਕੱਢਦੇ ਆ ਆਪਸ ਵਿੱਚ ਚਾਹ ਦਾ ਕੱਪ ਇਕੱਠੇ ਹੋ ਕੇ ਪੀ ਲੈਂਦੇ ਇਹ ਤਾਂ ਫਿਰ ਲੋਕਾਂ ਨੂੰ ਹੀ ਗਾਲਾਂ ਕੱਢਦੇ ਜਿਹੜੀ ਆ ਤੂ ਤੂ ਮੈਂ ਮੈਂ ਤੇ ਲੱਗੇ ਹੋਏ ਆ ਨਹੀਂ ਦੇਖੋ ਗੱਲ ਇਹ ਕੀ ਹੈ ਪਹਿਲੀ ਗੱਲ ਤਾਂ ਇਹ ਕਿ ਇਕੱਠੇ ਕਾਦੇ ਆਸਤੇ ਹੋਣੇ ਹੂੰ ਸਤਲੁ ਜਮਨਾ ਲਿੰਕ ਨਹਿਰ ਦਾ ਜਿਹੜਾ ਕ੍ਰਾਈਸਿਸ ਆਉਦੇ ਵਾਸ ਤਾਂ ਤੁਹਾਨੂੰ ਪੁਰਾਣਾ ਇਤਿਹਾਸ ਭੁੱਲਣਾ ਪਊਗਾ ਐਂ ਗਿਲੇ ਸ਼ਿਕਵੇ ਖਤਮ ਕਰਕੇ ਤੁਹਾਨੂੰ ਤੁਹਾਡੇ ਕੋਲ ਜਿਹੜਾ ਅਜੰਡਾ ਹੋਣਾ ਕਿ ਭਾਈ ਸਤਲੁਜ ਜਮਨਾ ਲਿੰਕਣਾ ਨਹੀਂ ਰਹਿ ਗਈ ਆਓ ਆਪਾਂ ਇਹ ਤੋਂ ਛੁਟਕਾਰਾ ਕੇ ਮਿਐ ਹਸਲ ਕਿਵੇਂ ਹਸਲ ਕਰੀਏ ਇਹ ਅਜੰਡਾ ਦੇਣਾ ਪਊ ਇਹਨੂੰ ਤੇ ਇਹ ਤੇ ਗੱਲ ਕਰ ਰਹੇ ਜੇ ਤੁਸੀਂ ਗਾਲਾਂ ਦੇਓਗੇ ਪਹਿਲਾਂ ਵੀ ਆ ਤੇਰੇ ਮੈਂ ਲਾਹੂੰਗਾ ਕਪੜੇ ਤੇਨੂੰ ਮੈਂ ਕਰੂੰਗਾ ਨੰਗਾ ਤੇ ਤੂੰ ਆ ਤੇ ਕੀਦਾ ਦਿਮਾਗ ਖਰਾਬ ਹੈ ਵੀ ਉਹ ਆਊਗਾ ਆਊਗਾ ਹਾਂ ਪਹਿਲਾ ਟੈਗੋਰ ਥੀਟਰ ਦੇ ਵਿੱਚ ਕਹਿੰਦੇ ਜੀ ਕੋ ਹੋਊਗੀ ਗੱਲ ਨਾ ਕੀਤੀ ਬਾਤ ਨਾ ਕੀਤੀ ਐਵੇਂ ਦਿਨ ਬੰਨ ਲਿਆ ਹਾਂ ਦਿਨ ਬੰਨ ਲਿਆ ਜਦੋਂ ਉੱਥੇ ਪੱਤਰਕਾਰ ਚਲੇ ਗਏ ਉਹਨਾਂ ਕੋਲ ਉਹ ਕਹਿੰਦੇ ਜੀ ਸਾਨੂੰ ਸੀਐਮ ਹਾਊਸ ਦੇ ਵਿੱਚੋਂ ਫੋਨ ਆਇਆ ਸੀ ਪੁੱਛਿਆ ਸੀ ਵੀ ਤੁਹਾਨੂੰ ਨੇ ਖਾਲੀ ਆ ਸੀ ਖਾਲੀ ਕਹਿਤਾ ਹਾਂ ਫਿਰ ਕਹਿੰਦੇ ਜੀ ਸਾਨੂੰ ਪਤਾ ਲੱਗਿਆ ਵੀ ਆ ਗੱਲ ਕਰਨੀ ਹੈ ਉਹ ਕਹਿੰਦੇ ਸਭਿਆਚਾਰ ਜਿਹੜਾ ਹੈਗਾ ਮੰਚ ਹੈ ਹਾਂ ਇਸ ਮੰਚ ਦੇ ਉੱਤੇ ਤਾਂ ਪੋਲੀਟਿਕਲ ਅਸੀਂ ਡਰਾਮਾ ਨਹੀਂ ਹੋਣ ਦਿੰਦੇ ਹਾਂ ਫਿਰ ਕਹਿੰਦੇ ਜੀ ਚਲੋ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹੈ ਉੱਥੇ ਕਰ ਲਓ ਆਪਣੇ ਲੁਧਿਆਣੇ ਉੱਥੇ ਕਰਨ ਵਾਲੀ ਗੱਲ ਹੈ ਉੱਥੇ ਲਗਭਗ ਮੈਨੂੰ ਜਿਹੜਾ ਭਗਵੰਤ ਸਿੰਘ ਮਾਨੋਰੀ ਕਹਿੰਦੇ ਵੀ ਤੁਸੀਂ ਆ ਜਿਓ ਮੈਂ ਤੁਹਾਡਾ ਪ੍ਰਬੰਧ ਕਰੂੰਗਾ ਖਾਣ ਪੀਣ ਦਾ ਅੱਛਾ ਜੀ ਲਓ ਜੀ ਕਹਿੰਦੇ ਆਪਣਾ ਕੀ ਕੋਕ ਤੇ ਪੀਜਾ ਪੀਜਾ ਉਹ ਪਸੰਦ ਹੈ ਮਨਪ੍ਰੀਤ ਆਪ ਜੀ ਸੁਖੀ ਸਿੰਘ ਬਾਦਲ ਦੀ ਉਹਦੇ ਆਸਤੇ ਹੋ ਹਾਂ ਹਾਂ ਕਾਲੀ ਚਾਹ ਹਾਂ ਜੀ ਕਾਲੀ ਕੌਫੀ ਕਾਲੀ ਕੌਫੀ ਕਾਲੀ ਕਾਲੀ ਕੌਫੀ ਕਹਿੰਦੇ ਇਹ ਹੈਗੀ ਆ ਪਸੰਦ ਪ੍ਰਤਾਪਾ ਜੀ ਪ੍ਰਤਾਪਾ ਜੀ ਉਹਨੂੰ ਦੇ ਦਾਂਗੇ ਜੀ ਅੱਛਾ ਜੀ ਉਹ ਵੀ ਮੈਂ ਲੈ ਆਉਂਗਾ ਅਗਲੀ ਗੱਲ ਕਹਿੰਦੇ ਚਾਹ ਜਾਖੜ ਸਾਹਿਬ ਚਾਹ ਪੀ ਲੈਣਗੇ ਹਾਂ ਹਾਂ ਉਹਨਾਂ ਸਾਰਿਆਂ ਨੂੰ ਬੜਤਾ ਵੀ ਤੁਸੀਂ ਆ ਜਿਓ ਤੇ ਗੜ ਰਾਈ ਆਪਾਂ ਇਹ ਕੰਮ ਕਰ ਲੈਣ ਹੁਣ ਬਿਕਰਮ ਸਿੰਘ ਮਜੀਠੀਆ ਜਿਹੜਾ ਹੈਗਾ ਬੜਾ ਤਿੱਖਾ ਲੀਡਰ ਹੈ ਹੂੰ ਉਹ ਕਹਿੰਦਾ ਜੀ ਤੁਸੀਂ ਇਹ ਦੱਸੋ ਵੀ ਆਪਦਾ ਕਿਵੇਂ ਕਰੋਗੇ ਹੂੰ ਉਹ ਜਿਹੜੀ ਕਹਿੰਦੇ ਵੀ ਉੱਥੇ ਇੱਕ ਬੋਤਲ ਵੀ ਰੱਖਣੀ ਚਾਹੀਦੀ ਹੈ ਹਾਂ ਉਹ ਕਹਿੰਦਾ ਮੈਂ ਲੈ ਉਹ ਸਿੰਗਲ ਮਾਲਟ ਹੋਵੇ ਉਹ ਸੱਕ ਕਿਹੜੀ ਹੋਵੇ ਕੀ ਖੁਸ਼ ਹੋਵੇ ਹੁਣ ਉਹ ਲੋ ਉਹਨੇ ਹੋ ਬੰਦੀ ਘੜਤਾ ਹੁਣ ਤੁਸੀਂ ਇਹ ਦੱਸੋ ਵੀ ਇਹ ਕਿੰਨੀ ਕਿ ਸੰਜੀਦਗੀ ਹੈ ਪੰਜਾਬ ਦੇ ਲੀਡਰਾਂ ਚ ਐਸワイਐਲ ਨੂੰ ਲੈ ਕੇ ਦੀ ਚੁਣੌਤੀ ਹੈ ਜਿਹੜੀ ਉਹਨੂੰ ਇਹਦਰ ਪੇਸ਼ ਇਹਦਾ ਟਿਚਣਾ ਕਰ ਰਹੇ ਹੈ ਪੰਜਾਬ ਦੇ ਲੋਕਾਂ ਨੂੰ ਟਿਚਣਾ ਕਰਦੇ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਲੋਕਾਂ ਦਾ ਧਿਆਨ ਭਟਕਾਉਂਦਾ ਧਿਆਨ ਭਟਕਾਉਂਦੇ ਲੋਕਾਂ ਨੂੰ ਟਿਚਣਾ ਕਰਦੇ ਲੋਕਾਂ ਨੂੰ ਟਿਚਣਾ ਕਰਦੇ ਟਿਚਣਾ ਕਰਨ ਲਈ ਇੱਕ ਜੇ ਤੁਹਾਡੇ ਸਾਹਮਣੇ ਇੱਕ ਪ੍ਰੋਬਲਮ ਹੈ ਆਪਾਂ ਆਮ ਤੌਰ ਤੇ ਕੀ ਕਹਿੰਦੇ ਦੁਸ਼ਮਣ ਦਾ ਦੁਸ਼ਮਣ ਦੋਸਤ ਹੁਣ ਸਾਡੀ ਦੁਸ਼ਮਣੀ ਕਿਹਦੇ ਨਾਲ ਆਪਾਂ ਮਿਆਸਮੇ ਇਥੇ ਪੋਲਿਟੀਕਲ ਦੁਸ਼ਮਣੀ ਥੋੜੀ ਹਾਂਜੀ ਪਰ ਦੂਜੇ ਪਾਸੇ ਜਿਹੜੀ ਹੈਗੀ ਹੈ ਕੇਂਦਰ ਨਾਲ ਹੈ ਜੀ ਜੇ ਕੇਂਦਰ ਇੱਥੋਂ ਜਿਹੜਾ ਹੈਗਾ ਕੇਂਦਰ ਨੇ ਕਿਸ ਢੰਗ ਨਾਲ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰੇ ਹੂੰ ਹੂੰ 1955 ਚਦਾਨੇ ਵਾਲਿਆ ਸਾਹਿਬ ਜਿਹੜਾ ਪਹਿਲਾ 1995 ਚ ਸਮਝੌਤਾ ਹੋਇਆ ਕਿ ਇਹਨੂੰ ਇੰਨਾ ਦੇ ਦਿਓ ਇਹਨੂੰ ਇੰਨਾ ਦੇ ਦਿਓ ਜੀ 1955 ਚ ਹਾਂ ਹਾਂ ਕਿ ਇਹ ਆ ਪਾਣੀ ਦਿੱਤਾ ਜਾਊ ਉਹਦੇ ਵਿੱਚ ਇੱਕ ਫੈਸਲਾ ਹੋਇਆ ਸੀ ਜੀ ਕਿ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਇਹਦਾ ਇਹਦਾ ਜਿਹੜਾ ਹੈਗਾ ਇਹਦੇ ਪੈਸੇ ਤੈਅ ਕਰਾਂਗੇ ਹਾਂ ਹਾਂ ਉਦੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਹੋਈ ਨਹੀਂ ਦੱਸੋ ਇਹ ਗੱਲ ਤਾਂ ਇਹ ਕਰਨ ਵਾਲੀ ਹੈ ਕਿ ਮੀਟਿੰਗ ਕਿਉਂ ਨਹੀਂ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨਾ ਪਾਣੀ ਗਿਆ ਹੂੰ ਹੂੰ ਆਪਾਂ ਬੈਂਸਾਂ ਨੂੰ ਜੋ ਮਰਜ਼ੀ ਆ ਕਹਿ ਦਈ ਸਿਮਰਜੀਤ ਬੈਂਸੋਰਾ ਨੂੰ ਜੀ ਪਾਰਟੀ ਉਹਨਾਂ ਦੀ ਕਿੱਡੀ ਕ ਹੈ ਹੂੰ ਜੋ ਆ ਦੋਪਰਾ ਹੈ ਦੋਪਰਾ ਹੈ ਪਰ ਉਹਨਾਂ ਨੇ ਜਿਸ ਢੰਗ ਦੇ ਨਾਲ ਉਹਤੇ ਕੰਮ ਕੀਤਾ ਜਿਵੇਂ ਉਹਨਾਂ ਨੇ ਅੰਕੜੇ ਇਕੱਠੇ ਕੀਤੇ ਡਾਟਾ ਇਕੱਠਾ ਕੀਤਾ ਕਿ ਪੈਸਾ ਬਣਦਾ ਕਿਨੇ ਹੂੰ ਹੂੰ ਹੁਣ ਚਾਹੀਦਾ ਤਾਂ ਇਹ ਹੈ ਕਿ ਜੇ ਤੁਸੀਂ ਮੀਟਿੰਗ ਕਰਨੀ ਹੈ ਤੁਸੀਂ ਕਰੋ ਕਿਸਾਨ ਧਰਾਂ ਨਾਲ ਕਿਸਾਨ ਧਰਾਂ ਨਾਲ ਤੁਸੀਂ ਉਹਨਾਂ ਪੋਲੀਟੀਕਲ ਪਾਰਟੀਆਂ ਨਾਲ ਗੱਲ ਕਰੋ ਜਿਨ੍ਹਾਂ ਦੇ ਵਿਧਾਨ ਸਭਾ ਦੇ ਮੈਂਬਰ ਹੈਗੇ ਆ ਪਾਰਟੀ ਮੀਟਿੰਗ ਕਰੋ ਕਰੋ ਆ ਜਿਹੜੀ ਹੈਗੀ ਆ ਉੱਥੇ ਜਿਹੜੀ ਦੂਜੀ ਗੱਲ ਹੈ ਕਿ ਮੀਟਿੰਗ ਨੂੰ ਕੰਟਰੋਲ ਕੌਣ ਕਰੂਗਾ ਸੱਚਾ ਸੱਚਾ ਕੌਣ ਹੈ ਝੂਠਾ ਕੌਣ ਇਹਦਾ ਫੈਸਲਾ ਕੌਣ ਕਰੂਗਾ ਫੈਸਲਾ ਕੌਣ ਕਰੂਗਾ ਕਹਿੰਦੇ ਜੀ ਅਸੀਂ ਸਪੀਕਰ ਲਾ ਦੇਾਂਗੇ ਇਹਦਾ ਮਤਲਬ ਤਾਂ ਇਹ ਹੈ ਕਿ ਉਹਨਾਂ ਨੇ ਪਬਲਿਸਿਟੀ ਕਰਨੀ ਹੈ ਸਰਕਾਰ ਦੀ ਸਥਿਤੀ ਹੈ ਮੈਂ ਕੱਲ ਸੁਣ ਰਿਹਾ ਸੀ ਕਿਸੇ ਨੂੰ ਮੈਂ ਮੰਤਰੀ ਜੀ ਨੂੰ ਇੱਕ ਨੂੰ ਜੀਮਾ ਸਾਹਿਬ ਨੂੰ ਉਹ ਕਹਿੰਦੇ ਜੀ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਪੰਜਾਬੀ ਭਾਈਚਾਰਾ ਬਣਿਆ ਵੱਡੇ ਵੱਡੇ ਹਾਲ ਬੁਖ ਕਰਾ ਲਏ ਹੈ ਹਾਂ ਉੱਥੇ ਦੇਖਣ ਰਿਹਾ ਉੱਥੇ ਉਹਨਾਂ ਨੂੰ ਦਿਖਾਵਾਂਗੇ ਜਿਵੇਂ ਇਲੈਕਸ਼ਨ ਮਿਲੇ ਕਰਨਾ ਇੱਕ ਪਬਲਿਸਿਟੀ ਸਟੰਟ ਹੈ ਹੋਰ ਕੀ ਹੈ ਤੇ ਪਬਲਿਸਿਟੀ ਸਟੰਟ ਦੇ ਵਿੱਚ ਜਿਵੇਂ ਤਮਾਸ਼ਾ ਬਣਾਉਣਾ ਹਾਂ ਤਮਾਸ਼ਾ ਬਣਾਉਣਾ ਤਮਾਸ਼ੇ ਦੇ ਵਿੱਚ ਦੂਜਿਆਂ ਦੇ ਰੰਗ ਹਾਂ ਵੀ ਜੇ ਨਾਲੇ ਤੁਸੀਂ ਸੱਦੋਂ ਵੀ ਆ ਜਾ ਮੈਂ ਨਾ ਤੁਹਾਨੂੰ ਸੱਜੋਂ ਤੁਸੀਂ ਦੁਸ਼ਮਣ ਦੀ ਗੱਲ ਕੀਤੀ ਹੈ ਸਾਡਾ ਪਿੰਡ ਹੈ ਤਾਂ ਇੱਕੋ ਬਜ਼ੁਰਗ ਦੀ ਲਾ ਦੀ ਪਰ ਤੁਹਾਨੂੰ ਪਤਾ ਜਿੱਥੇ ਸ਼ਰੀਕਾ ਹੁੰਦਾ ਨਾ ਉੱਥੇ ਥੋੜਾ ਮੋਟਾ ਖੜਕਪਟਕ ਵੀ ਹੁੰਦੀ ਇੱਕ ਚੀਜ਼ ਨੇ ਸਾਰਾ ਪਿੰਡ ਇਕੱਠਾ ਕਰਤਾ ਸੀ ਇੱਕ ਮੋਰੀ ਵੇਚਦੀ ਲੰਗਦਾ ਸੀ ਉਹੀ ਐ ਬਿਫਤਾ ਪਈ ਸੀ ਬਿਫਤਾ ਕੀ ਪੀ ਸੀ ਕਿ ਗਵਾਂਢੀ ਪਿੰਡ ਦੇ ਸ਼ਿਕਾਰ ਸਾਡਾ ਇੱਕ ਚਾਚਾ ਘਰਾਂ ਚੋਂ ਖੇਡਦਾ ਸੀ ਪਰ ਉਹਨੇ ਪਿੰਡ ਦੀ ਹਦੂਦ ਚ ਖੇਡਿਆ ਸੀ ਤੇ ਉਹਨਾਂ ਨੇ ਆ ਕੇ ਜੀ ਪਿੰਡ ਦੀ ਹਦੂਦ ਦੇ ਵਿੱਚ ਹੀ ਟਰੈਕਟਰ ਸਾੜਤਾ ਤੇ ਫਿਰ ਪਿੰਡ ਵਾਲੇ ਕਹਿੰਦੇ ਵੀ ਆਏ ਨਹੀਂ ਸਾਡੀ ਭਾਵੇਂ ਲਖੜ ਫਸਾ ਚਨੌਤੀ ਪਿੰਡ ਰੂ ਹੈ ਚਨੌਤੀ ਪਿੰਡ ਨੂੰ ਸਾਰਾ ਪਿੰਡ ਇੱਕ ਮੋਰੀ ਥਾਣੀ ਦੀ ਨੰਗਿਆ ਸੀ ਕੋਈ ਕਿਸੇ ਨੇ ਇਹ ਨਹੀਂ ਆਖਿਆ ਵੀ ਮੇਰੀ ਉਹਦੇ ਨਾਲ ਲੱਗਦੀ ਉਹਨੇ ਮੇਰੇ ਪਾਣੀ ਦੀ ਵਾਰੀ ਉਹਨੇ ਮੇਰੇ ਸੀਰੇ ਢਾਈ ਉਹਨੇ ਵਾਦਾ ਕੀਤਾ ਤਾਂ ਐ ਭੁੱਲਣਾ ਪੈਣਾ ਜੀ ਬਿਲਕੁਲ ਬਿਲਕੁਲ ਇੱਕ ਮੋਰੀ ਨੰਗਣਾ ਬੋ ਚਨੌਤੀ ਨੂੰ ਜੇ ਪ੍ਰਵਾਨ ਕਰਨਾ ਤਾਂ ਇਹਦਾ ਅਸਲ ਦੇ ਵਿੱਚ ਗੱਲ ਇਹ ਕਿ ਲਟਕਾ ਦਿਓ ਇਧਰ ਲਟਕਾ ਦਿਓ ਲਟਕਾ ਦਿਓ ਇਹ ਤੁਹਾਡਾ ਬਣਾ ਦੇ ਉਹਦੋਂ ਨੂੰ ਆਪਣੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਜਾਣਗੀਆਂ ਅਸੈਂਬਲੀ ਦੀਆਂ ਚੋਣਾਂ ਹਰਿਆਣੇ ਵਾਲੀਆਂ ਦਾ ਰੋਲਾ ਹਰਿਆਣੇ ਦਾ ਰੋਲਾ ਹਰਿਆਣੇ ਦਾ ਬਸ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਭ ਮਿਹਰਬਾਨੀ ਸੋ ਪ੍ਰੋਗਰਾਮ ਸ਼ਾਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਅਗਾ ਚੋਣੇ ਸੋ ਜੁੜੇ ਰਹੋ ਰੇਡੀਓ ਪੰਜਾਬ ਟਰੂਡੇ ਨਾਲ ਫਿਰ ਮੁਲਾਕਾਤ ਹੋਏਗੀ ਕੱਲ ਸ਼ਾਮਾਦਾਨ